सतनाम। सतनाम एक ओंकार। सतनाम कर्ता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच आद गुरै नमः जुगाद गुरै नमः सत गुरै नमः श्री गुरुदेवै नमः नमस्कार नमस्कार नमस्कार। जाहर पीर जगत गुर बाबा गुरु नानक साहिब दियां संगतां दे चरणां दी धूड़ दास तुहाडा अपना महादेसा नंदन जसवीर सिंह मुख सेवादार गुरद्वारा बुरज साहिब माई देसा पातशाही दसवीं पिंड चक फतेह सिंह वाला नेड़े भुचो मंडी जिला बठिंडा देश पंजाब। गुरु प्यारियो गुरु सवारियो आओ फतेह दियां सांझां पाइए गज के फतेह बुलाओ वाहेगुरु जी का खालसा वाहेगुरु जी की फतेह। साहे सहिंसा साहिबे कमाल गुरु गोबिंद सिंह साहिब महाराज पातशाह दियां कीतियां बख्शिशां सदका लाइयां अलाही ड्यूटियां सदका आपा रोजाना ब्रागण रूह ब्रह्म ग्यानी माँ धन धन माई देसा जी दे बुरज साहिब तो जुगो जुग अटल साहिब श्री गुरु ग्रंथ साहिब जी की बाणी दे सहज पाठ करते हाँ और नाल नाल सरल स्पष्ट अध्यात्मक व्याख्या का आनंद माणते हाँ। हर एक जगह की अपनी एक आभा हुंदी है अपनी एक प्रेजेंस हुंदी है। यह नगर ऐसा नगर है जिहदी शुरुआत ही गुरु नानक दे घर तो गुरु नानक की गद्दी तो वरसाए हुए चौथे गुरु नानक गुरु रामदास साहिब दे बचना नाल शुरुआत हुंदी है। इस नगर दे वड्डे वडेरे रल मिल के गुरु रामदास साहिब दे चरणां च सेवा करदे आ। बाबा आदम भाई भगतू भाई गौरा भाई जीवन गुरु अर्जन देव साहिब दे दरबार विच सेवा करदे आ उम्र भर। गुरु हरगोबिंद साहिब समय खेती का सारा प्रबंध भाई भगतू ते उन्हां दी अंश वंश सामदी है। सतवें पातशाह गुरु हर राय साहिब दे समय तक भाई भगतू उन्हां दा पुत्र भाई जीवन जिहड़े अपने प्राण अपने सवास अंतम समय करतारपुर जलंधर कोल गुरु दी गोद दे विच समर्पण कर दिंदे आ। थोड़ा समा पहला
ਅਸੀਂ ਦਰਸ਼ਨਾਂ ਨੂੰ ਗਏ ਸੀਗੇ ਕੋਰੀਡੋਰ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਅਸਥਾਨ 'ਤੇ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਭਾਈ ਭਗਤੂ ਦੇ ਅਸਥਾਨ 'ਤੇ ਵੀ ਰੁਕੇ ਉੱਥੇ ਦਰਸ਼ਨ ਦਿਦਾਰੇ ਕੀਤੇ ਜਦੋਂ ਭਾਈ ਭਗਤੂ ਦਾ ਸੰਸਕਾਰ ਕੀਤਾ ਸੀ ਕਈ ਵਰ ਦਿੱਤੇ ਸਨ ਪਾਤਸ਼ਾਹ ਨੇ ਉਹਨਾਂ ਨੂੰ ਅਤੇ ਨਗਰ ਦੇ ਵਿੱਚ ਉਹਨਾਂ ਦੀ ਅਤੇ ਉਹਨਾਂ ਦੀ ਸਮਾਧ ਦੀ ਬੜੀ ਮਾਨਤਾ ਹੈ ਨਗਰ ਵਾਲੇ ਲੋਕ ਕਿਸੇ ਦਾ ਵੀ ਅੰਤਿਮ ਸੰਸਕਾਰ ਹੋਵੇ ਭਾਈ ਭਗਤੂ ਦੀ ਸਮਾਧ 'ਤੇ ਜ਼ਰੂਰ ਨਤਮਸਤਕ ਹੁੰਦੇ ਆ ਕੋਲ ਹੀ ਭਾਈ ਜੀਵਨ ਦੀ ਸਮਾਧ ਹੈ ਗੁਰੂਆਂ ਦੇ ਚਰਨਾਂ 'ਚ ਸੇਵਾ ਸਿਮਰਨ ਕਰਕੇ ਜੋ ਉਪਾਧੀਆਂ ਪਾਈਆਂ ਉਹਨਾਂ ਦੀਆਂ ਯਾਦਾਂ ਅੱਜ ਵੀ ਸੰਭਾਲੀਆਂ ਹੋਈਆਂ ਹਨ ਭਾਈ ਭਗਤੂ ਤਾਂ ਸਤਪੁਰਸ਼ ਹੋਏ ਆ ਜਿਨ੍ਹਾਂ ਨੇ ਬੜਾ ਆਪਣਾ ਜੀਵਨ ਲੇਖੇ ਲਾਇਆ ਚਾਰ ਪਾਤਸ਼ਾਹੀਆਂ ਦੇ ਉੱਥੇ ਇਹਨਾਂ ਦੇ ਨਾਲ ਇੱਕ ਜਿਹੜਾ ਖੇਤੀਬਾੜੀ ਕਰਨ ਸਮੇਂ ਕੁੱਤਾ ਰਹਿੰਦਾ ਸੀ ਉਸ ਕੁੱਤੇ ਦਾ ਵੀ ਬੁੱਤ ਲੱਗਿਆ ਹੋਇਆ ਚਰਨਾਂ ਦੇ ਵਿੱਚ ਜਿੱਥੇ ਸੰਗਤਾਂ ਜਾ ਕੇ ਭਾਈ ਭਗਤੂ ਦੀ ਸਮਾਧ 'ਤੇ ਨਤਮਸਤਕ ਹੁੰਦੀਆਂ ਉਸੇ ਦਾ ਪਰਿਵਾਰ ਭਾਈ ਭਗਤੂ ਦੀ ਦੂਸਰੀ ਸਪਤਨੀ ਮਾਈ ਬੀਰੋ ਜਿਹਨੂੰ ਅਸੀਂ ਬੀਬੀ ਬੀਰੋ ਮਾਈ ਬੀਰੋ ਦੇ ਨਾਂ ਨਾਲ ਜਾਣਦੇ ਹਾਂ ਉਹ ਸਮਾਂ ਆਉਂਦਾ ਕਿ ਸੱਤਵੇਂ ਪਾਤਸ਼ਾਹ ਆਪਣੇ ਨਗਰਾਂ ਦੇ ਵਿੱਚ ਆਉਂਦੇ ਹੈ ਇਹ ਇਲਾਕੇ ਦੇ ਵਿੱਚ ਜਦੋਂ ਆਉਂਦੇ ਆਪਣੇ ਇਹਨਾਂ ਥਾਵਾਂ 'ਤੇ ਉਦੋਂ ਨਗਰ ਨਹੀਂ ਸੀ ਵਸੇ ਹੋਏ ਭੁੱਚੋ ਪਿੰਡ ਵਸਿਆ ਹੋਇਆ ਸੀ ਭੁੱਚੋ ਰਹਿੰਦੇ ਆ ਮਾਈ ਵੀਰੋ ਭਾਈ ਗੌਰਾ ਇਹ ਪਰਿਵਾਰ ਇੱਥੇ ਵਿਰਾਜਦਾ ਹੈ ਮਾਤਾ ਜੀ ਦਰਸ਼ਨ ਕਰਨ ਜਾਂਦੇ ਹੈ ਸਤਿਗੁਰਾਂ ਅੱਗੇ ਅਰਜ ਕਰਦੇ ਹੈ ਕਿ ਤੁਹਾਡੇ ਸੇਵਕ ਜੀਵਨ ਦਾ ਪੁੱਤਰ ਸੰਤ ਦਾਸ ਜਵਾਨ ਹੋ ਚੁੱਕਿਆ ਹੈ ਅਤੇ ਮਾਂ ਹੋਣ ਦੇ ਨਾਤੇ ਮੇਰਾ ਦਿਲ ਕਰਦਾ ਕਿ ਜਿਵੇਂ ਭਾਈ ਗੌਰੇ ਦਾ ਸਾਹੀ ਠਾਠ ਵਾਟ ਆ ਆਪਣਾ ਨਗਰ ਹੈ ਅਤੇ ਮੈਂ ਬੱਚੇ ਦਾ ਵੀ ਨਗਰ ਬੰਨਾਂ ਤਾਂ ਉਸ ਟਾਈਮ ਸਤਿਗੁਰਾਂ ਤੋਂ ਆਗਿਆ ਦੇ ਕੇ ਆਪਣਾ ਜਿਹੜਾ ਪਿੰਡ ਆ ਚੱਕ ਫਤਿਹ ਸਿੰਘ ਵਾਲਾ ਇੱਧਰ ਨੂੰ ਭਾਈ ਗੌਰੇ ਨਾਲ ਰਾਇ ਕੀਤੀ ਕਿ ਸਾਡਾ ਮਨ ਹੈ ਅਸੀਂ ਨਗਰ ਬੰਨੀਏ ਤਾਂ ਗੌਰੇ ਨੇ ਕਿਹਾ ਮਾਂ ਆ ਭੁੱਚੋ ਤੋਂ ਲੈ ਕੇ ਝੰਡੂਕੇ ਤੱਕ ਦਾ ਰਕਬਾ ਆਪਣਾ ਹੀ ਆ ਅਤੇ ਮੈਂ ਆਪਦੇ ਦਿਲੋਂ ਇਹ ਮੇਰੇ ਭਾਈ ਨੂੰ ਹੀ ਛੱਡਿਆ ਹੋਇਆ ਭਾਈ ਜੀਵਨ ਨੂੰ ਉਹਦੇ ਪੁੱਤਰ ਨੂੰ ਸੰਤ ਦਾਸ ਨੂੰ ਆਪਣੇ ਭਤੀਜੇ ਨੂੰ ਤੇਰਾ ਜਿੱਥੇ ਵੀ ਦਿਲ ਕਰਦਾ ਤੈਨੂੰ ਵਧੀਆ ਜਗ੍ਹਾ ਲੱਗਦੀ ਹੈ ਉਸੇ ਜਗ੍ਹਾ 'ਤੇ ਤੂੰ ਨਗਰ ਬੰਨ ਮਾਤਾ ਜੀ ਘੋੜ ਸਵਾਰ ਹੋ ਕੇ ਨਾਲ ਸਿੰਘਾਂ ਨੂੰ ਲੈ ਕੇ ਗੇੜਾ ਦਿੰਦੇ ਆ ਸਾਰੇ ਇਲਾਕੇ ਦਾ ਉਹਨਾਂ ਨੂੰ ਜਿਹੜੀ ਜਗ੍ਹਾ ਪਸੰਦ ਆਉਂਦੀ ਹੈ ਬੜੀ ਰਮਣੀਕ ਜਗ੍ਹਾ ਜਿੱਥੇ ਸਾਧੂ ਸੰਤਾਂ ਦੇ ਚਰਨ ਪਏ ਵੇ ਆ ਇਸ ਇਲਾਕੇ ਦੇ ਵਿੱਚ ਦੀ ਲੰਘਦਿਆਂ ਕਿੰਨੇ ਹੀ ਜੋਗੀ ਕਿੰਨੇ ਹੀ ਸਾਧੂ ਜਿਵੇਂ ਲਵੇਰੀ ਸਰ ਬਾਰੇ ਆਉਂਦਾ ਕਿ ਇੱਥੇ ਸਿੱਧਾਂ ਨਾਲ ਵੀ ਗੋਸ਼ਟ ਹੋਈ ਛੇਵੇਂ ਪਾਤਸ਼ਾਹ ਵੀ ਆਏ ਅਤੇ ਇਲਾਕਾ ਇਸ ਤਰ੍ਹਾਂ ਰਮਣੀਕ ਸੀ ਜਿੱਥੇ ਬਨਵਾਸ ਕੱਟਿਆ ਰਾਮ ਚੰਦਰ ਨੇ ਉਹ ਸਾਰੇ ਇਲਾਕੇ ਦੇ ਵਿੱਚ ਘੁੰਮਦੇ ਆ ਅਤੇ ਜਿੱਥੇ ਬੁਰਜ ਸਾਹਿਬ ਅੱਜ ਬਣਿਆ ਉਹ ਜਗ੍ਹਾ ਪਸੰਦ ਕਰਕੇ ਚੱਕ ਪਾਉਂਦੇ ਆ ਪਹਿਲਾ ਮਕਾਨ ਬਣਾਉਂਦੇ ਆ ਸੱਤਵੇਂ ਪਾਤਸ਼ਾਹ ਦੇ ਸਮੇਂ ਅਤੇ ਨਗਰ ਦਾ ਨਾਂ ਰੱਖਦੇ ਆ ਭਾਈ ਕਾ ਚੱਕ ਕਿਉਂਕਿ ਭਾਈ ਕਾ ਖਿਤਾਬ ਆ ਜਿਹੜਾ ਗੁਰੂ ਪਰਿਵਾਰ ਵੱਲੋਂ ਗੁਰੂ ਸਾਹਿਬ ਵੱਲੋਂ ਮਿਲਿਆ ਬਹੁਤ ਵੱਡਾ ਉੱਚ ਗਿਫਟ ਹੈ ਬਹੁਤ ਵੱਡੀ ਦਾਤ ਹੈ ਜਿਹਨੂੰ ਹਰ ਇੱਕ ਇਨਸਾਨ ਆਪਣੇ ਸੀਨੇ ਨਾਲ ਆ ਕੇ ਰੱਖਦਾ ਭਾਈ ਕਾ ਚੱਕ ਨਾਂ ਰੱਖ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਸੰਤ ਦਾਸ ਨੇ ਰਹਿਣਾ ਸ਼ੁਰੂ ਕੀਤਾ ਸੰਤ ਦਾਸ ਦਾ ਵਿਆਹ ਕੀਤਾ ਬਾਬਾ ਜੇਠੂ ਸਿੰਘ ਦੀ ਲੜਕੀ ਮਾਈ ਦੇਸਾਂ ਨਾਲ ਇਹ ਵਿਆਹ ਕੇ ਆਏ ਉਦੋਂ ਦੇ ਸਮੇਂ ਅਨੁਸਾਰ ਜਿਵੇਂ ਦੋ ਦੋ ਤਿੰਨ ਤਿੰਨ ਸਾਦੀਆਂ ਹੁੰਦੀਆਂ ਦੂਜੀਆਂ ਦੋ ਸਾਦੀਆਂ ਢਿਲਵੀਂ ਮੌੜੀ ਪਿੰਡ ਹੋਈਆਂ ਇੱਕ ਮਾਤਾ ਦੇ ਜਿਹੜੇ ਦੋ ਬੇਟੇ ਆ ਰਾਮ ਸਿੰਘ ਫਤਿਹ ਸਿੰਘ ਹੈ ਇੱਕ ਦੇ ਭਗਤ ਸਿੰਘ ਤਖਤ ਸਿੰਘ ਹੈ ਇਦੋਂ ਅੱਗੇ ਆਪਾਂ ਸਟੋਰੀ ਸਾਰੀ ਜਾਣਦੇ ਹਾਂ ਕਿ ਇਹ ਨਗਰ ਕਿਵੇਂ ਬਣਿਆ ਕਿਵੇਂ ਵਸਿਆ ਕਿਵੇਂ ਪੱਤੀਆਂ ਬਣੀਆਂ ਉਹ ਸਾਰਾ ਕੁਝ ਸਾਨੂੰ ਪਤਾ ਮਾਈ ਦੇਸਾਂ ਸ਼ੁਰੂ ਤੋਂ ਹੀ ਗੁਰੂ ਨਾਨਕ ਦੇ ਘਰ ਨਾਲ ਜੁੜੀ ਹੋਈ ਰੂਹ ਆ ਜਿਹੜੀ
ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਪਣੇ ਪਤੀ ਨਾਲ ਜਾਂਦੀ ਹੈ, ਦੋ ਦੋ ਚਾਰ ਚਾਰ ਮਹੀਨੇ ਸੇਵਾ ਕਰਕੇ ਆਉਂਦੀ ਹੈ, ਸਾਹਿਬਜ਼ਾਦਿਆਂ ਦੀ ਪਰਵਰਿਸ਼ ਵਿੱਚ ਉੱਥੇ ਰਹਿੰਦੀ ਆ। ਮਾਤਾ ਸੁੰਦਰ ਕੌਰ ਨਾਲ, ਮਾਤਾ ਸਾਹਿਬ ਦੇਵਾਂ ਨਾਲ ਬੜਾ ਪਿਆਰ ਹੈ, ਬੜਾ ਸਤਿਕਾਰ ਹੈ। ਪਰ ਇੱਕ ਸਮਾਂ ਆਉਂਦਾ ਪਰਿਵਾਰ 'ਤੇ ਜਦੋਂ ਭਾਈ ਸਾਹਿਬ ਚੜ੍ਹਾਈ ਕਰ ਜਾਂਦੇ ਆ ਭਾਈ ਸੰਤ ਦਾਸ, ਤਾਂ ਮਾਤਾ ਜੀ ਨੂੰ ਇਹ ਕੋਠੜੀ ਦੇ ਦਿੱਤੀ ਜਾਂਦੀ ਹੈ ਕਿ ਤੂੰ ਇਕੱਲੀ ਹੈਗੀ ਆ, ਤੂੰ ਬਹੁਤਾ ਘਰ ਕੀ ਕਰਨਾ ਹੈ, ਤੂੰ ਰੱਬ ਰੱਬ ਕਰ। ਤਾਂ ਮਾਤਾ ਜੀ ਨੂੰ ਜੋ ਵਿਧੀਆਂ ਜੋ ਗੁਰੂ ਦੇ ਚਰਨਾਂ 'ਚੋਂ ਮਿਲਿਆ ਸੀ ਉਹਦੇ ਤਹਿਤ ਹਰ ਵੇਲੇ ਅਰਦਾਸ ਕਰਦੇ ਰਹਿਣਾ, ਬੇਨਤੀ ਕਰਦੇ ਰਹਿਣਾ ਕਿ ਇਹ ਕਣਗੀਆਂ ਵਾਲੇ ਪਿਤਾ, ਮੇਰਾ ਤਾਂ ਹੁਣ ਘਰ ਦਾ ਹਾਲਾਤ ਇਹ ਜਿਹਾ ਕਿ ਮੈਂ ਨਹੀਂ ਆ ਸਕਦੀ, ਮੈਂ ਦਰਸ਼ਨਾਂ ਨੂੰ ਵੀ ਨਹੀਂ ਆ ਸਕਦੀ, ਤੁਸੀਂ ਕਿਰਪਾ ਕਰਿਓ, ਮੇਰੇ ਘਰ ਚਰਨ ਪਾਇਓ, ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਓ। ਜਦੋਂ ਕਿਸੇ ਦੇ ਦਿਲ ਤੋਂ ਹੂਕ ਨਿਕਲਦੀ ਹੈ, ਇੱਕ ਮਨ ਇੱਕ ਚਿੱਤ ਹੋ ਕੇ ਸੇਵਕ ਭਗਤ ਅਰਦਾਸ ਕਰਦਾ ਹੈ, ਤਾਂ ਗੁਰੂ ਤੱਕ ਭਗਵਾਨ ਤੱਕ ਪਹੁੰਚਦੀ ਹੈ। ਜੰਗਾਂ ਯੁੱਧਾਂ ਦੇ ਸਮੇਂ ਤੋਂ ਵਿਹਲੇ ਹੋ ਕੇ ਜਦੋਂ ਦਮਦਮਾ ਸਾਹਿਬ ਪਾਤਸ਼ਾਹ ਟਿਕਦੇ ਹੈ, ਤਾਂ ਉਦੋਂ 1706 ਈਸਵੀ ਦੇ ਵਿੱਚ ਮਾਤਾ ਸੁੰਦਰ ਕੌਰ ਸਾਹਿਬ ਕੌਰ ਆ ਕੇ ਮਿਲਦੇ ਆ। ਭਾਈ ਭਗਤੂ ਦੇ ਪਰਿਵਾਰ ਦਾ ਜ਼ਿਕਰ ਹੁੰਦਾ ਤਾਂ ਪਾਤਸ਼ਾਹ ਦਰਸ਼ਨ ਕਰਨ ਗਏ ਰਾਮ ਸਿੰਘ ਫਤਿਹ ਸਿੰਘ ਨੂੰ ਕਹਿੰਦੇ ਆ ਕਿ ਰਾਮ ਸਿਆਂ, ਅਸੀਂ ਤੁਹਾਡੇ ਨਗਰ ਆਉਣਾ, ਚੱਲ ਕੇ ਤਿਆਰੀਆਂ ਕਰੋ। ਫਿਰ ਪਾਤਸ਼ਾਹ 18 ਜੇਠ ਵਾਲੇ ਦਿਨ ਆਪਣੇ ਨਗਰ 'ਚ ਪਹੁੰਚਦੇ ਆ, 9 ਦਿਨ ਇੱਥੇ ਰਹਿੰਦੇ ਆ। 9 ਦਿਨਾਂ ਦੌਰਾਨ ਬਹੁਤ ਸਾਂਝਾਂ ਪਾਈਆਂ ਸੰਗਤਾਂ ਨੇ, ਇਲਾਕੇ ਦੀਆਂ ਸੰਗਤਾਂ ਨੇ, ਕਿਤੇ ਦਰਸ਼ਨ ਦਿਦਾਰੇ ਕੀਤੇ। ਫੌਜ ਦੀ ਭਰਤੀ ਚੱਲ ਰਹੀ ਸੀ ਖਾਲਸਾ ਫੌਜ ਦੀ, ਖਾਲਸਾ ਫੌਜ ਦੇ ਵਿੱਚ ਇਲਾਕੇ ਦੇ ਲੋਕ ਭਰਤੀ ਹੋਏ, ਰਾਮਾ ਫੱਤਾ ਬਖਤਾ ਤਖਤਾ ਚਾਰੇ ਭਰਾ ਭਰਤੀ ਹੋ ਕੇ ਸਿੰਘ ਸਜੇ, ਇਸ ਤਰ੍ਹਾਂ ਇੱਥੇ ਵਰਤਾਰਾ ਵਰਤਿਆ। ਅਤੇ ਜੋ ਮਾਂ ਦੇਸਾਂ ਦੇ ਦਿਲ ਦੀਆਂ ਗੱਲਾਂ ਸੀ, 9 ਦਿਨ ਮਾਤਾ ਜੀ ਉਰਾਣਾ ਗੁਰੂ ਪਿਤਾ ਨਾਲ ਕੀਤੀਆਂ। ਅਤੇ ਜਿਹੜਾ ਧਿਆਨ ਹੈ ਇਹਨੂੰ ਜੇ ਆਪਾਂ ਕਿਸੇ ਇੱਕ ਗੱਲ 'ਤੇ ਲਾ ਲਈਏ ਕਿ ਇੱਥੇ ਕੀ ਕਰਨਾ ਜਾਂ ਕੀ ਹੋਇਆ ਜਾਂ ਅੱਗੇ ਕੀ ਹੋਇਆ ਹੋਵੇਗਾ, ਇਹਦੇ 'ਚ ਇੱਕ ਐਡੀ ਕੁ ਤਾਕਤ ਹੈ, ਇਹ ਆਪਣੇ ਹਿਰਦੇ ਰਾਹੀਂ ਹੁੰਦਾ ਹੋਇਆ ਸਹਿਸਤਰਾਰ ਤੋਂ 81 ਰਿਕਾਰਡ ਨਾਲ ਜਾ ਜੁੜਦਾ। ਜਿਹੜੀਆਂ ਗੱਲਾਂ ਵੀ ਮਨੁੱਖਤਾ ਦੇ ਭਲੇ ਵਾਲੀਆਂ ਰਿਕਾਰਡ 'ਚ ਪਈਆਂ, ਜੇ ਤੁਸੀਂ ਭਲਾਈ ਲਈ ਕੋਈ ਕਦਮ ਚੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਲਦੀਆਂ ਸ਼ੁਰੂ ਹੋ ਜਾਂਦੀਆਂ। ਇਹ ਹੀ ਵਿਧਾਨ ਹੈ ਕਰਤੇ ਪੁਰਖ ਦਾ, ਮਾਈ ਦੇਸਾਂ ਨੇ ਕਿਰਪਾ ਕੀਤੀ ਹੈ ਸੇਵਾ ਕਰਦਿਆਂ 'ਤੇ। ਜੋ ਵੀ ਬਾਣੀ ਪੜ੍ਹਦਿਆਂ ਦੇ ਭਾਵ ਬਣਦੇ ਸੀ ਕਿ ਜੋ ਬਾਣੀ ਵਿੱਚ ਲਿਖਿਆ ਇਹ ਇਸ ਤਰ੍ਹਾਂ ਹੈ, ਪਰ ਜਿਹੜਾ ਪ੍ਰਚਾਰਿਆ ਜਾ ਰਿਹਾ ਬਹੁਤ ਕੱਟੜਤਾ ਦੇ ਢੰਗ ਨਾਲ ਕਿ ਬੰਦਾ ਦੂਰ ਤਾਂ ਹੋ ਸਕਦਾ ਸੁਣ ਕੇ, ਨੇੜੇ ਨਹੀਂ ਲੱਗਦਾ ਵੀ ਐਂ ਜੇ ਕਿਉਂ ਹੋਇਆ ਵਾ। ਹਰ ਵੇਲੇ ਅਰਦਾਸ ਕਰਨੀ ਕਿ ਮਾਤਾ ਜੀ ਕਿਰਪਾ ਕਰਿਓ, ਕਦੇ ਸਾਂਝ ਪਾ ਲਈਏ। ਅਤੇ ਜਦੋਂ ਬਿਲਕੁਲ ਇਕਮਿਕਤਾ ਹੋਈ, ਕਿਰਪਾ ਹੋਈ, ਤਾਂ ਫਿਰ ਬਚਨ ਦਿੱਤਾ ਕਿ ਹੁਣ ਗੱਲ ਕਰ ਸਕਦੇ ਹੋ, ਅਤੇ ਉਦੋਂ ਤੋਂ ਇਹ ਗੱਲ ਕਰਨੀ ਸ਼ੁਰੂ ਕੀਤੀ ਹੈ। ਜੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਪੜ੍ਹਾਂਗੇ, ਕੋਸ਼ਿਸ਼ ਕਰਾਂਗੇ ਕਿ ਉਹ ਉਸੇ ਤਰ੍ਹਾਂ ਹੀ ਦੱਸਿਆ ਜਾਵੇ, ਤਾਂ ਕਿ ਸੱਚ ਸਾਡੇ ਸਾਹਮਣੇ ਆਵੇ ਕਿ ਸਤਿਗੁਰੂ ਸਾਨੂੰ ਕਿਵੇਂ ਇੱਕ ਪਰਮ ਸੱਤਾ ਨਾਲ ਜੋੜਦੇ ਆ। ਉਹਦੀ ਸੱਤਾ ਨੂੰ ਕਿਤੇ ਵੀ ਵੰਡਦੇ ਨਹੀਂ ਹੈ ਕਿ ਕੋਈ ਊਚ ਹੈ, ਕੋਈ ਨੀਚ ਹੈ, ਕੋਈ ਦੂਜਾ, ਕੋਈ ਤੀਜਾ। ਮਾਲਕ ਇਸ ਗੱਲ 'ਤੇ ਲਿਆਉਂਦੇ ਆ ਕਿ ਸਾਰੇ ਇੱਕੋ ਨੂਰ ਹੀ ਹੈ, ਅਤੇ ਜਿਵੇਂ ਜਿਵੇਂ ਕੋਈ ਕਰ ਰਿਹਾ ਉਹਦੀ ਉਵੇਂ ਉਵੇਂ ਡਿਊਟੀ ਹੈ, ਇਹ ਕਰਮ ਫਲ ਹੈ। ਇਹ ਇੱਕ ਵੱਡਾ ਵਿਧਾਨ ਆ ਜਿਹੜਾ ਸਮਝਣਾ ਪੈਂਦਾ ਜੀਵਨ ਲਾ ਕੇ, ਜੀਵਨ ਦਾ ਸਮਾਂ ਲਾ ਕੇ। ਜੇ ਕੋਈ ਤੁਰਿਆ ਜਾਂਦਾ ਰਾਹੀਆਂ ਵਾਂਗੂ ਪੁੱਛੇ ਵੀ ਆਹ ਗੱਲ ਐਂ ਕਿਉਂ ਆ, ਐਂ ਇੱਕੇ ਦਮ ਦੱਸੀ ਨਹੀਂ ਜਾ ਸਕਦੀ, ਸਮਾਂ ਦੇਣਾ ਪੈਂਦਾ। ਹਾਂ, ਜੋ ਵਾਅਦਾ ਸਾਡੇ ਨਾਲ ਮਾਤਾ ਨੇ ਕੀਤਾ ਕਿ ਤੁਸੀਂ ਇਹ ਗੱਲ ਕਰਦੇ ਰਹੋ, ਕਰਦੇ ਜਾਇਓ, ਜਿਨ੍ਹਾਂ ਦੇ ਹਿਰਦੇ ਪਿਆਸੇ ਆ, ਜਿਨ੍ਹਾਂ ਦੇ ਹਿਰਦੇ ਤੜਪਦੇ ਆ ਉਹ ਸਿੱਖ ਬਿਨਾਂ, ਜਿਨ੍ਹਾਂ ਦੇ ਹਿਰਦਿਆਂ ਨੂੰ ਤਾਂਘ ਹੈ ਪ੍ਰੇਮ ਦੀ, ਪਿਆਰ ਦੀ, ਉਹਨਾਂ ਤੱਕ ਗੱਲ ਪਹੁੰਚਾਉਣਾ ਅਸਤਿਤਵ ਦਾ ਕੰਮ ਹੈ, ਤੇਰਾ ਨਹੀਂ, ਤੇਰਾ ਫਰਜ਼ ਆ ਬੋਲਣਾ। ਅੱਗੇ ਸਾਡੇ 'ਤੇ ਛੱਡੋ, ਅਸੀਂ ਕਿਹਦੇ ਤਿੱਕਰ ਕਦੋਂ ਭੇਜਣਾ ਉਹ ਆਪੇ ਜਾਊਗਾ। ਅਤੇ ਆਪਾਂ ਇਹੀ ਗੱਲ ਸਿੱਖਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਇੱਕ ਦਾ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਜਿਹੜੀਆਂ ਅੱਜ ਵੰਡੀਆਂ ਪਾਈਆਂ ਜਾ ਰਹੀਆਂ, ਜਿਵੇਂ ਭੜਕਾਇਆ ਜਾ ਰਿਹਾ, ਉਹ ਗੱਲ ਛੇਤੀ ਬੰਦਾ ਚੱਕ ਲੈਂਦਾ,
ਅਤੇ ਜਿਹਦਾ ਮੇਲ ਨਹੀਂ ਹੈ ਗੁਰੂ ਦੀ ਬਾਣੀ ਨਾਲ, ਜਿਹਨੇ ਗੁਰੂ ਨਾਨਕ ਦੇ ਘਰ ਦਾ ਲਿਬਾਸ ਵੀ ਪਹਿਨਣਾ ਹੈ, ਉਹਨੂੰ ਕਮ ਸੇ ਕਮ ਇੰਨੀ ਕੁ ਸੋਝੀ ਹੋਣੀ ਚਾਹੀਦੀ ਆ ਕਿ ਇੱਕ ਵਾਰੀ ਉਹ ਸਹਿਜ ਪਾਠ ਦੇ ਦਰਸ਼ਨ ਕਰ ਲਵੇ ਕਿ ਮੇਰੇ ਗੁਰੂ ਨੇ ਕਿਹਾ ਕੀ ਆ। ਅਤੇ ਜਿਵੇਂ ਅਸੀਂ ਵਰਤਾਰਾ ਵੇਖਦੇ ਹਾਂ ਕਿ ਗੁਰੂ ਕੁਛ ਹੋਰ ਕਹਿੰਦਾ, ਸਿੱਖ ਕੁਛ ਹੋਰ ਕਰਦਾ ਫਿਰਦਾ ਹੈ, ਅਤੇ ਉੱਥੋਂ ਹੀ ਦਵੈਤ ਖੜ੍ਹੀ ਹੁੰਦੀ ਹੈ, ਦਵੈਸ ਚੱਲਦੀ ਹੈ। ਆਓ ਪਿਆਰਿਓ, ਇਹ ਭਾਗਾਂ ਵਾਲੀ ਜਗ੍ਹਾ ਤੋਂ, ਗੁਰੂ ਗੋਬਿੰਦ ਸਿੰਘ ਦੀ ਵਰਸਾਈ ਹੋਈ ਧਰਤੀ ਤੋਂ, ਇਹੋ ਹੀ ਇੱਕ ਇੰਨਾ ਕੁ ਟੋਟਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪਾਤਸ਼ਾਹ ਨੇ ਜਿਹੜਾ ਲਿਖ ਕੇ ਦਿੱਤਾ ਨਾ ਕਿ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਇੰਨਾ ਕੁ ਰੂਟ ਪ੍ਰੇਮ ਵਾਲਾ ਹੀ ਆ। ਪਾਤਸ਼ਾਹ ਬਿਲਕੁਲ ਸਪੈਸ਼ਲ ਮਿਲਣ ਆਉਂਦੇ ਆ, ਇੱਥੇ ਰਹਿੰਦੇ ਆ, ਅੱਗੋਂ ਪ੍ਰੇਮ ਨਾਲ ਭਾਵਨਾ ਨਾਲ ਯਾਦ ਕਰਦੀ ਗਊ ਨੂੰ ਮਿਲਦੇ ਆ, ਜਾ ਕੇ ਨਵੇਰੀ ਸਰ ਉਹਦੀ ਰੱਖਿਆ ਕਰਦੇ ਆ, ਥੜਾ ਬਣਾ ਕੇ ਉੱਥੇ ਜੋਤ ਬੱਤੀ ਕਰਨ ਦਾ ਹੁਕਮ ਦਿੰਦੇ ਆ, ਗਾਹਾਂ ਜਾਂਦੇ ਆ, ਭਾਗੂ ਪਿੰਡ ਰਹਿੰਦੇ ਆ, ਭੁੱਚੋ ਦੇ ਕੋਲ ਦੀ ਬੇਰੀਆਂ ਵਾਲੇ ਗੁਰਦੁਆਰੇ ਕੋਲੋਂ ਲੰਘਦੇ ਆ, ਤਾਂ ਹਾਜੀ ਰਤਨ ਦੇ ਅਸਥਾਨ 'ਤੇ ਜੋ ਪਿਆਰਾ ਬੈਠਾ ਜਿਹੜਾ ਹਰ ਵੇਲੇ ਯਾਦ ਕਰਦਾ ਉਹਨੂੰ ਮਿਲਦੇ ਆ। ਫਿਰ ਕਿਲ੍ਹੇ 'ਚ ਪਹੁੰਚਦੇ ਆ, ਉਹਦੀ ਆਪਣੀ ਵੀ ਤੰਗ ਸੀ ਪਾਤਸ਼ਾਹ ਦੀ ਕਿ ਇਸ ਕਿਲ੍ਹੇ 'ਚ ਜ਼ਰੂਰ ਚਰਨ ਪਾਉਣੇ ਆ, ਕੋਈ ਰੂਹ ਉੱਥੇ ਵੀ ਰੱਬੀ ਯਾਦ ਕਰਦੀ ਸੀ। 318ਵਾਂ ਸਾਲ ਹੋ ਜਾਣਾ ਇਸ ਵਾਰ, 318ਵਾਂ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਬਖਸ਼ਿਸ਼ ਦਿਵਸ, ਜਿੱਥੇ ਮਾਈ ਦੇਸਾਂ 'ਤੇ ਬਖਸ਼ਿਸ਼ਾਂ ਕੀਤੀਆਂ, ਮਾਲਵੇ 'ਤੇ ਬਖਸ਼ਿਸ਼ਾਂ ਕੀਤੀਆਂ, ਉਦੋਂ ਦਾ ਮਾਲਵਾ ਅਤੇ ਅੱਜ ਦਾ ਮਾਲਵਾ ਬਹੁਤ ਫਰਕ ਆ ਕਿ ਟਿੱਬਿਆਂ ਦੀ ਧਰਤੀ ਅੱਜ ਬਾਗਾਂ ਦੀ ਧਰਤੀ ਹੈ। ਦੁਨੀਆਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਗੱਲ ਚੱਲਦੀ ਹੈ, ਜਿੱਥੇ ਬਠਿੰਡੇ ਦਾ ਨਾਂ ਆ ਜਾਂਦਾ ਤਾਂ ਹਰ ਇੱਕ ਪੰਜਾਬੀ ਦੇ ਕੰਨ ਖੜ੍ਹੇ ਹੋ ਜਾਂਦੇ ਆ, ਇੱਕ ਖੁਸ਼ੀ ਮਹਿਸੂਸ ਕਰਦਾ। ਇਹ ਬਚਨਾਂ ਦੀ ਤਾਕਤ ਹੈ, ਇਹ ਵਰਾਂ ਦੀ ਤਾਕਤ ਹੈ। ਆਓ ਪਿਆਰਿਓ, ਗੁਰੂ ਪਿਤਾ ਦੀ ਰਹਿਮਤ ਸਦਕਾ ਬਾਣੀ ਦੀ ਸਾਂਝ ਪਾਈਏ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹ ਤਨ ਦੇਹ। ਬਿਣ ਗੁਣ ਕਾਮਨਾ ਆਵਈ, ਟਹਿ ਢੇਰੀ ਤਨ ਖੇ। ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜਿੱਥੇ ਵਿਸ਼ਵ ਦੇ ਲੋਕਾਂ ਨਾਲ ਸਾਂਝ ਪਾਉਂਦੇ ਆ, ਅਤੇ ਨਾਲ ਆਪਣੇ ਮਨ ਦਾ ਹਵਾਲਾ ਦੇ ਕੇ, ਕਿਉਂਕਿ ਦੱਸਣ ਦਾ ਇੱਕ ਢੰਗ ਹੁੰਦਾ, ਦੁਨੀਆ ਨਾਲ ਗੱਲ ਕਰਨ ਦਾ ਵੀ ਇੱਕ ਢੰਗ ਹੁੰਦਾ। ਸੁਣ ਮਨ ਮਿੱਤਰ ਪਿਆਰਿਆ, ਕਿ ਉਹ ਮੇਰੇ ਮਨਾ, ਉਹ ਮੇਰੇ ਮਿੱਤਰਾ ਪਿਆਰਿਆ, ਮਿਲ ਵੇਲਾ ਹੈ ਇਹ। ਹੁਣ ਇੱਕ ਉਦਾਹਰਨ ਦਿੰਦੇ ਆ, ਸਾਡੇ ਅੰਦਰ ਨਾ ਅਸੀਂ ਜੋ ਵੀ ਬੋਲਦੇ ਹਾਂ ਉਹਦੀ ਇੱਕ ਲੀਕ ਬਣਦੀ ਆ, ਸੰਸਕਾਰ ਬਣਦਾ, ਅਤੇ ਸਾਨੂੰ ਆਮ ਸਿਖਾਇਆ ਕੀ ਜਾਂਦਾ ਬਾਹਰੀ ਤੌਰ 'ਤੇ ਪ੍ਰਚਾਰਕਾਂ ਵੱਲੋਂ, ਇਹ ਮਨ ਪਾਪੀ ਹੈ, ਇਹ ਮਨ ਨਰਕਾਂ ਨੂੰ ਲੈ ਜਾਂਦਾ, ਇਹ ਮਨ ਐਂ ਕਰਦਾ, ਐਂ ਫਿਰ ਇਹਨੂੰ ਜਿੱਤ ਨਹੀਂ ਸਕਦਾ ਕੋਈ, ਇਹ ਨਿਰੰਕਾਰ ਦੀ ਸ਼ਕਤੀ ਹੈ, ਇਹਨੂੰ ਪਿਆਰਿਆ ਜਾ ਸਕਦਾ, ਇਹਦਾ ਸਤਿਕਾਰ ਕੀਤਾ ਜਾ ਸਕਦਾ ਹੈ। ਸੁਣ ਮਨ ਮਿੱਤਰ ਪਿਆਰਿਆ, ਅਸੀਂ ਇਹ ਵਿਧੀਆਂ ਹੁੰਦੀਆਂ ਕਿ ਆਪਣੇ ਮਨ ਨੂੰ ਅਤੇ ਆਪਣੇ ਆਪ ਨੂੰ ਕਦੇ ਵੀ ਮਾੜਾ ਬਚਨ ਨਾ ਬੋਲੋ, ਆਪਦੇ ਆਪ ਨੂੰ ਕਦੇ ਹੇਠੀ ਹੇਠ ਨਾ ਲਿਆਓ, ਜਦੋਂ ਹੀ ਗੱਲ ਕਰਨੀ ਆ ਪੂਰੇ ਸਤਿਕਾਰ ਨਾਲ, ਪਿਆਰ ਨਾਲ। ਜੇ ਅਸੀਂ ਸਾਡੇ ਮਨ ਦਾ, ਸਾਡੇ ਤਨ ਦਾ ਸਤਿਕਾਰ ਨਹੀਂ ਕਰਾਂਗੇ, ਦੂਜਾ ਕੌਣ ਕਰੂ। ਇਹ ਸੂਤਰ ਬਾਣੀ 'ਚੋਂ ਹੀ ਮਿਲਣੇ ਆ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ।
ਮਨ ਨੂੰ ਦੱਸੋ ਕਿ ਦੇਖੋ ਤੂੰ ਪਹਿਲਾਂ ਹੈ ਨਹੀਂ ਸੀ ਅੱਜ ਤੋਂ ਇੰਨੇ ਸਾਲ ਪਹਿਲਾਂ, ਆਉਣ ਵਾਲੇ ਸਮੇਂ 'ਚ ਫੇਰ ਨਹੀਂ ਹੋਣਾ ਇੱਥੇ। ਜਿਹੜਾ ਸਹੀ ਵੇਲਾ ਉਹ ਆਹੀ ਆ ਜਦੋਂ ਆਪਣੇ ਕੰਨ 'ਚ ਗੱਲ ਪੈ ਰਹੀ ਆ, ਜਬ ਲੱਗ ਜੋਬਨ ਸਾਸ ਹੈ, ਜਦੋਂ ਤੱਕ ਤੇਰੇ 'ਤੇ ਜਵਾਨੀ ਹੈ, ਤੇਰੇ ਕੋਲ ਸੋਹਣਾ ਸੁੰਦਰ ਸਰੀਰ ਹੈ, ਇਹ ਸੋਹਣਾ ਹਰਿਮੰਦਰ ਹੈ, ਹਰਿਮੰਦਰ ਦੇ ਵਿੱਚ ਲਾਈਟ ਜਗਦੀ ਆ, ਯਾਨੀ ਸਵਾਸਾਂ ਨਾਲ ਸਾਹਾਂ ਦੇ ਵਿੱਚ ਪ੍ਰਾਣ ਵੱਸਦੇ ਆ, ਪ੍ਰਾਣ ਇੱਕ ਕਰੰਟ ਹੈ, ਇੱਕ ਬਿਜਲੀ ਵਾਂਗ ਹੈ, ਉਹਦੇ ਨਾਲ ਸਾਡਾ ਸਾਰਾ ਤਨ ਚੱਲਦਾ। ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹ ਤਨ ਦੇ, ਉਦੋਂ ਤੱਕ ਹੀ ਇਹ ਤਨ ਹੈ ਤੇਰੇ ਕੋਲ, ਉਦੋਂ ਤੱਕ ਹੀ ਇਹ ਦੇਹ ਹੈ। ਹੁਣ ਮਨ ਨੂੰ ਇਹ ਕਿਉਂ ਦੱਸਿਆ ਜਾ ਰਿਹਾ, ਜਿਵੇਂ ਇੱਕ ਪਿਓ ਬੱਚੇ ਨੂੰ ਸਮਝਾਉਂਦਾ ਕਿ ਤੇਰੇ ਕੋਲ ਇਹਨਾਂ ਚੀਜ਼ਾਂ ਕਾਰਨ ਹੀ ਵੇਲਾ, ਆਹ ਜਿਹੜੀ ਗੱਡੀ ਨੂੰ ਤੂੰ ਦੱਬੀ ਤੁਰਿਆ ਫਿਰਦਾ ਇਹ ਇੰਨੇ ਕੁ ਦਿਨ ਹੀ ਆ, ਲੈ ਜਾਣੀਆਂ ਬੈਂਕ ਵਾਲਿਆਂ ਨੇ ਚੱਕ ਕੇ ਜੇ ਕਿਸ ਤਰ੍ਹਾਂ ਭਰੀ, ਖਾਲੀ ਰਹਿ ਜਾਏਗਾ, ਇਕੱਲਾ ਰਹਿ ਜਾਏਗਾ, ਵੇਲਾ ਨਹੀਂ ਹੱਥ ਆਉਣਾ। ਮਨ ਨੂੰ ਉਵੇਂ ਸਮਝਾ ਰਹੇ ਆ ਪਾਤਸ਼ਾਹ ਕਿ ਤੈਨੂੰ ਦੇਹ ਮਿਲੀ ਹੋਈ ਆ। ਇਹ ਗੱਲ ਸਾਡੇ ਧਿਆਨ 'ਚ ਕਦੇ ਵੀ ਨਹੀਂ ਆਉਂਦੀ, ਸਾਨੂੰ ਇਹ ਲੱਗਦਾ ਵੀ ਮੈਂ ਹੀ ਸਰੀਰ ਹੈ, ਆਹ ਜਿਹੜਾ ਭੁਲੇਖਾ ਇਹ ਮਾਇਆ ਪਾਉਂਦੀ ਆ। ਸਾਨੂੰ ਕਦੇ ਚੇਤਾ ਨਹੀਂ ਆਉਂਦਾ ਕਿ ਅਸੀਂ ਮਾਤਾ ਦੇ ਪੇਟ 'ਚ ਆਉਣ ਤੋਂ ਪਹਿਲਾਂ ਵੀ ਇੱਕ ਹਸਤੀ ਸੀ, ਅਸੀਂ ਜੀਵ ਹਾਂ, ਅਸੀਂ ਹੰਸ ਹੈ, ਅਸੀਂ ਭਰਮਣ ਕਰਦੇ ਸੀ ਆ ਸ੍ਰਿਸ਼ਟੀ ਦਾ, ਰਾਮਣਾ ਆਨੰਦਣਾ। ਸਾਡੀ ਮੰਗ ਅਤੇ ਸਾਡੇ ਸੰਸਕਾਰਾਂ ਕਾਰਨ ਸਾਨੂੰ ਇੱਕ ਮਾਤਾ ਪਿਤਾ ਦਾ ਜੋੜਾ ਉਪਲਬਧ ਕਰਾਇਆ ਪਰਮਾਤਮਾ ਨੇ, ਅਸਤਿਤਵ ਨੇ, ਅਤੇ ਅਸੀਂ ਇੱਧਰ ਆਏ ਹਾਂ। ਆਏ ਹਾਂ ਤਾਂ ਸਾਨੂੰ ਸਰੀਰ ਮਿਲਿਆ ਆਉਂਦਿਆਂ ਨੂੰ, ਇਹ ਸਰੀਰ ਨੇ ਇੱਕ ਦਿਨ ਚਲੇ ਜਾਣਾ, ਇਹਦਾ ਇੱਕ ਨਿਯਮ ਹੈ, ਇਹਦਾ ਇੱਕ ਧਰਮ ਹੈ, ਇਹ ਮਰਨ ਧਰਮ ਆ, ਧਰਤੀ ਹੈ, ਇੱਥੇ ਜੋ ਉਪਜਿਓ ਸੋ ਬਿਣਸ ਹੈ। ਐਸੀ ਚੀਜ਼ ਇੱਥੇ ਬਣਾਈ ਨਹੀਂ ਗਈ ਕਿ ਜਿਹੜੀ ਪੈਦਾ ਹੋਵੇ ਅਤੇ ਖਤਮ ਨਾ ਹੋਵੇ, ਇਹ ਵੱਡਾ ਨਿਯਮ ਹੈ। ਮਨਾ ਤੈਨੂੰ ਇਹ ਸਰੀਰ ਦਿੱਤਾ, ਤੇਰੇ ਦੇਹਦਿਆਂ ਦੇਹਦਿਆਂ ਦੇਖ ਕਿੰਨੇ ਚਲੇ ਗਏ, ਅਤੇ ਤੇਰੇ ਉੱਤੇ ਵੀ ਜਿੰਨਾ ਚਿਰ ਜੋਬਨ ਹੈ ਅਤੇ ਸਾਹ ਵਗਦੇ ਹੈ ਉਹਨਾਂ ਚਿਰ ਹੀ ਇਹ ਤਬ ਲੱਗ ਇਹ ਤਨ ਦੇ, ਉਦੋਂ ਤੱਕ ਹੀ ਆ। ਹੁਣ ਜਦੋਂ ਤੇਰੇ ਕੋਲ ਇਹ ਅਧਿਕਾਰ ਹੈਗਾ, ਜੋਬਨ ਵੀ ਹੈ, ਤਾਕਤ ਵੀ ਹੈ, ਸਮਝ ਵੀ ਹੈ, ਸਾਹ ਵੀ ਵਗਦੇ ਆ, ਤਨ ਵੀ ਹੈਗਾ, ਬਿਣ ਗੁਣ ਕਾਮ ਨ ਆਵਈ ਢਹਿ ਢੇਰੀ ਤਨ ਖੇ। ਹੁਣ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਕੋਈ ਗੁਣ ਖੱਟ ਲਾ, ਇਹੋ ਜਿਹੇ ਗੁਣ ਖੱਟ ਲਾ ਕਿ ਤੂੰ ਇਹ ਆਕਾਰ ਦੇ ਵਿੱਚ ਰਹਿਣ ਵਾਲਾ ਹੈ, ਇਹ ਸਰੀਰ ਰੂਪੀ ਮਿੱਟੀ ਦੀ ਮੂਰਤ ਵਿੱਚ ਤੂੰ ਭੜੋਲੀ ਵਿੱਚ ਰਹਿਣਾ, ਗੁਣ ਸਿੱਖ ਲਾ ਕਿਸੇ ਜਾਗੇ ਹੋਏ ਤੋਂ, ਆਕਾਰ ਤੋਂ ਨਿਰਾਕਾਰ ਦੀ ਯਾਤਰਾ ਕਰ ਲਾ। ਜਿਹੜੇ ਨਿਰਾਕਾਰ 'ਚੋਂ ਤੂੰ ਆਇਆ ਉੱਥੇ ਹੀ ਸਾਰੇ ਆਨੰਦ ਹੈ, ਅਤੇ ਵਾਪਸੀ ਤੂੰ ਉੱਥੇ ਹੀ ਜਾਣਾ ਹੈ, ਅਤੇ ਉਹਦੇ ਰਾਹ ਬੰਦ ਹੋਣਗੇ ਜੇ ਤੈਨੂੰ ਉਹ ਗੁਣ ਨਾ ਪੱਲੇ ਹੋਏ। ਬਿਣ ਗੁਣ ਕਾਮ ਨਾ ਆਵਈ ਢਹਿ ਢੇਰੀ ਤਣ ਖੇ, ਪਤਾ ਹੀ ਨਹੀਂ ਲੱਗਣਾ ਇਹ ਤਣ ਦੀ ਢੇਰੀ ਨੇ ਕਦੋਂ ਖੇਹ ਬਣ ਜਾਣਾ ਹੈ, ਅਤੇ ਤੇਰੀ ਰੂਹ ਨੇ ਕਦੇ ਵਿਚਾਰ ਹੀ ਨਹੀਂ ਕੀਤੀ ਸੀ ਇਹ ਗੱਲ। ਜਿਵੇਂ ਬਹੁਤ ਬੰਦਿਆਂ ਨਾਲ ਇਹ ਗੱਲ ਹੋ ਜਾਂਦੀ ਆ ਕਿ ਫੋਨ ਡਿੱਗ ਪਿਆ, ਕਦੇ ਧਿਆਨ ਹੀ ਨਹੀਂ ਸੀ ਦਿੱਤਾ ਵੀ ਸਾਡੇ ਘਰਦਿਆਂ ਦੇ ਨੰਬਰ ਆ ਉਹ ਕੀ ਆ, ਕਾਪੀ 'ਤੇ ਕਦੇ ਲਿਖੇ ਹੀ ਨਹੀਂ ਸੀ, ਕਦੇ ਪੜ੍ਹੇ ਵੀ ਨਹੀਂ ਸੀ, ਨਾ ਹੀ ਭਰਿਆ ਵਾ ਸੀ ਮਾਈ ਹੋਮ, ਹੁਣ ਆਈ ਨਹੀਂ ਪਤਾ ਵੀ ਅੱਖਰ ਕਿਹੜੇ ਆ, ਅਤੇ ਹੁਣ ਡੌਰ ਭੌਰ ਝਾਕਦਾ ਉੱਧਰੋਂ ਹਨੇਰੀ ਰਾਤ ਆ, ਕੋਲੇ ਕੁਛ ਉਹ ਪਛਤਾਉਂਦਾ ਕਿ ਮੇਰੇ ਹੁਣ ਜੇ ਚੇਤੇ ਹੋਵੇ ਤਾਂ ਮੈਂ ਕਿਸੇ ਨੂੰ ਕਹਿ ਕੇ ਇਹ ਫੋਨ ਕਰ ਲਵਾਂ। ਇਸੇ ਤਰ੍ਹਾਂ ਸਾਡੀ ਜਿਹੜੀ ਦੇਹੀ ਹੈ ਇਹ ਜਿੰਨਾ ਚਿਰ ਆ ਉਨਾ ਚਿਰ ਹੀ ਸਾਡੇ ਨਾਲ ਸਾਰੇ ਰਿਸ਼ਤੇ ਆ, ਸਾਰੇ ਨਾਤੇ ਹੈ। ਜਦੋਂ ਹੀ ਇਹ ਚਲੀ ਗਈ ਉਦੋਂ ਬਾਅਦ ਸਾਡੇ ਕੋਲ ਆਹ ਪਿੰਡ ਨਾਲ ਆਹ ਲੋਕਾਂ ਨਾਲ ਗੱਲ ਕਰਨ ਦਾ ਕੋਈ ਵਸੀਲਾ ਨਹੀਂ। ਇਹ ਕਿਰਿਆ ਧਿਆਨ 'ਚ ਬੈਠਿਆਂ ਨੂੰ ਤਾਂ ਸਮਝ ਆ ਸਕਦੀ ਹੈ ਕਿ ਕਿਸੇ ਦਿਨ ਘਟਨਾ ਐਸੀ ਘਟਦੀ ਹੈ ਕਿ ਧਿਆਨ 'ਚ ਬੈਠਿਆਂ ਗੁਰਮੁਖਾਂ ਨੂੰ ਸੂਖਮ ਸਰੀਰ ਅਲੱਗ ਹੋ ਜਾਂਦਾ ਹੈ,
पता लगता भी सारे घर वाले किवें पए आ, मेरी देह भी पई है। तो वह दिन चेते आउंदा, बाणी दे शब्द चेते आउंदे आ भी वाकई एक दिन मैं आए छड्ड जाणा है। वह जदों कोई होश नाल जाग के छड्दा है तो जिवें सानू सूरज दींदा दिने, उवें जिवें एक लाइट असमान दे वल्लों आउंदी दींदी है, जिहदे नाल बंदा एक मिक हो जांदा है। जिहनूं गुरु साहिब कहिंदे आ ज्योति ज्योत रली संपूर्ण थिया राम, फिर तो संपूर्णता दे दर ते पहुँच जाता, संपूर्ण हो जाता है। तो जे ताहां नूं निगाह नहीं गई, थल्ले नूं गलियां च ही रहेगी, फिर प्रेत बन के भूत बन के पिसाच बन के इत्थे ही घूमदा। जिन्हें कोई बाहर का कदे राह ही नहीं देखिया फिर वह पिंड च ही गेड़े दिंदा, मतलब जिवें कोई कमला भी हो गया फिर उत्थे ही तुरिया फिरदा। इस तरह महाराज कहिंदे तू गुण खट ला, नाम नूं जपला, नाम नूं ध्याला, एक ओंकार दी धारा बह रही है हर वेले। वह धारा आदि सच है, वह अज भी उन्नी सच है ते उन्हें रहना भी सच है, उहदे नाल जुड़। मेरे मन लै लाहा घर जाहे, कहिंदे मना लाहा लैणा, कोई गुण सिख ला, अपने आपे नूं जाण जा, फिर तू अपने घर सही पहुँच सकदा है। अपने घर पहुँचण दे सारे पासवर्ड ही है, जिहड़े पहलां वेदां किताबां समिरतियां च दसे रिशियां मुनियां ने, हुण गुरु नानक ने गुरु ग्रंथ साहिब च दसे होए आ कि सोडा हिरदा किवें खुलदा है, सोडा सहस्त्रार किवें खुलदा है, सोडा दसम द्वार किवें खुलदा है। जिन्हां दे खुले आ, जिन्हां नूं ज्ञान है, जिन्हां नूं समझ आ, उन्हां दी संगत कर, यही लाहा लै, यही लाहा गुरु नानक ने वंडिया दुनिया नूं। जे असीं मन नूं लजाइए गुरु दे नाल नाल के गुरु नानक साहिब गए मक्के मदीने जगन्नाथपुरी गए, उत्थे जदों लोकां नूं इकट्ठे करके लामी बहाउंदे सी की कराउंदे होणगे। जिहड़ियां गल्लां सानूं अज लगदियां तो उदों पहलां भी ग्रंथां च लिखियां वी आ, वह तो साढ़े नालों वध जाणदे आ। लोग वह किहड़ी विद्या जिहड़ी गुरु नानक दे दिंदे सी तो लोग इधर नूं उलटदे सी, जिहड़ियां विद्या मगर असीं अज भजदे हां वह तो पहलां भी सीगियां। कोई ऐसी दात है गुरु नानक कोल, कोई ऐसी किरपा जिहड़ी नगद नारायण है, जिहड़ी तुरंत बंदे दे अंदर प्रकाश करदी है, ये सतगुरु कोल एक दया दा मेहर दा खजाना हुंदा जिहड़ा अज भी उवें वरत रहा। असीं पदार्थां करके जुड़दे हां, पदार्थ आ जांदे आ, असीं परमार्थ करके जुड़ांगे, वह पासवर्ड पुछांगे, वह मंत्र जाणांगे, जिन्हां नाल हर हिरदा खुलदा है, जिन्हां नाल एकमिकता हुंदी है, तो गुरु नानक उह बख्श दिंदे आ। ऐसी विधि बना दिंदे आ, सानूं कोई जागिया वाह बुला दिंदे आ। गुरमुख नाम सलाही है हों मैं निवरी पाहे रहाओ। सुन पातशाह कहिंदे गुरमुख नाम सलाही है, जिहड़ा सलहता करदा ना, जिहड़ा उहदे नाल जुड़िया वा, जिहड़ा मालक दे गुण गाउंदा, ऐसे गुरमुख नाल मिल के, ऐसे साधु नाल गुरु नाल मिल के तू भी सलहता करनी शुरू कर। ये दुनियावी तौर पर भी सच है, ये इलाही तौर पर भी सच है कि जदों कोई सलहता करनी शुरू कर दिंदा उहदे तिकर वह शक्ति पहुँच करती है। अज की घड़ी जे तुसी देखो कि 200 बंदा इकट्ठा हो के किसी पिंड का किसी एक बंदे का नाम लैना शुरू कर दे कि फलानी पार्टी का जिहड़ा फलाना बंदा सी उहदे फैन है, असीं उहदी खातर कुछ भी कर सकते हैं, वह बड़ा सियाणा है, वह बड़ा वधिया है, वह देश लई चंगा है, वह कौम लई चंगा है, वह साडी गल सुणदा है। थोड़े 100 बंदे दे इकट्ठे हो के एक रील पाउण दी देर आ, वह कला की उहदे नाल दी फौज भी तुहाडे कोले पहुँच जू 2 दिनां च कि चलो जिहड़े इन्नी सलहता करदे आ, इन्ने गुण गाउंदे आ, इन्ने मेरे फैन है, मेरा हक बणदा, मैं जाके साबाशी देवां, मैं जो उहना खातर कर सकदा मैं करां। क्यों? क्योंकि सलहता च बहुत बड़े गुण है। हर एक शक्ति सलहता दे बीज मंत्र ते खड़ी है। जिन्हों भी चाहुणे हो, जिन्हों भी पाउणा, बाबा नानक कहिंदा सलहता करो। आम जीव तो लैके भगवान तक यही गल है,
भगत तो लैके भगवान तक यही विधान है। गुरमुख नाम सलाही है। जदों नाम की सलाहता करते हैं कि वह एक है, उदे रूप है, वह दयालु है, कृपालु है, हर हिरदे विच वसदा है, हर एक दे नाल है। ते जदों एक दी वड्डी गल होनी शुरू हो जाए, हउमै निवरी भाहे, कहिंदे हउमे दी अग आ ना जिहड़ी आप दे आप नूं वड्डा मन्नण वाली, वह दूर हो जाती है। जिवें सियाणे बंदे इह गल करदे हुंदे आ कि जिहड़ा बंदा घर दी चार दुआरी च बैठा कल्ली मैं करदा नहीं हटदा, आपणी वड्डा मन्नदा है, सियाने बजुर्ग ते माता भी कह दिंदी है तू तख्त पोस्ते जाके गल कर ला, तैनू पता लग जू किन्ने क पानी च है, क्योंकि उत्थे पता लगदा जो बराबर दे बैठे होंदे आ गल कित्थों क तक मैनू पता। ते पिंड वाले अगे वधा दिंदे होंदे आ कि दुनिया तो परे तो परे है, ये गल सिख के मुड़दा बंदा जो ज्ञानियां गुरमुखा जाके पढ़े लिखिया ना विद्वाना ना डिबेट करता है, आपू एक भी नहीं आउटदी, अगले चार सुनाते हैं, फिर बंदा कन्ना नूं हथ लाउंदा भाई दुनिया परे तो परे पई है। महाराज कहिंदे जदों सलहता करदे हैं, सलहता करद्या करद्या वड्डियां शक्तियां नाल बाह पैंदा है, तां होमे नूं कोई राह ही नहीं लभदा, दूर हो जाती है, होमे की अग अंदरों खत्म हो जाती है, रहाओ। सुन सुन गंढन गंढी है, लिख पढ़ बुझ है भार, तृष्णा ऐनस अगली हउमै रोग विकार, ओहो बेपरवाह अतोदवा गुरमत कीमत सार। सुन सुन गंढन गंढी है, लिख पढ़ बुझ है भार। पातशाह कहिंदे ओ मालक दी जिहड़ी मेहर आ, जिहड़ी उहदी प्रेजेंस है, जिहड़ा एक ओंकार दा नाद है, उहनूं सुन सुन के साडा गंढन गंढिया जांदा, रिश्ता बन जांदा उहदे नाल। जिन्ना चिर सुनदे नहीं हाँ उन्ना चिर रिश्ता नहीं बनता। तो जे उहदे बारे असी लिखते हैं पढ़ते हैं, लिख पढ़ बुझ है भार, कहिंदे दिन रात उहनूं जानण दा असी जतन करते हैं, किनूं जिहड़ा सुनना है, जिहड़ा अंदर वसदा, जिहदे बाणी कहिंदी है कि हर वेले तुहाडे नाल आ, तुहाडे अंग संग है। तृष्णा अहनिस अगली हउमै रोग विकार। महाराज कहिंदे सानू जे टिकण नहीं दिंदी, पहला तो बंदा जिन्ना चिर सुनदा ते पढ़दा नहीं इन्ना क भी ध्यान च नहीं आउंदा, उहनूं समझ ही नहीं हुंदी भी इहनूं तृष्णा कहिंदे है, इहनूं आसा कहिंदे है, उहनूं लगदा हुंदा मेरा ही सुभाअ शायद इह जिहड़ा कुछ मैं करदा फिरदा। इह तां जदों सतपुरख मिलदे आ, गुरमुख मिलदे आ, उह दसदे आ कि सुभाअ तां तैनूं प्रेममई दित्ता परमात्मा ने, ममतामई दित्ता सुभाअ, तां आ जिहड़ी तूं मैं करदा फिरदा होमे दे चक्कर च है, ਇਹ ਤਾਂ ਤੂੰ ਉਲਝਿਆ ਹੋਇਆ ਹੈ। ਤ੍ਰਿਸ਼ਨਾ ਅਹਿਨਸ ਅਗਲੀ, ਕਹਿੰਦੇ ਅੰਤਰ ਆਤਮੇ ਤ੍ਰਿਸ਼ਨਾ ਵਿਆਪ ਰਹੀ ਹੈ, ਹਉਮੈ ਰੋਗ ਵਿਕਾਰ, ਅਤੇ ਹਉਮੈ ਦਾ ਰੋਗ ਆ ਜਿਹੜਾ ਤਾਪ ਵਾਂਗੂ ਚੜਿਆ ਵਾ, ਹਰ ਵੇਲੇ ਆਪਦੇ ਆਪ 'ਤੇ ਨਿਗਾਹ ਰੱਖਦਾ, ਤਪਸ 'ਚ ਰਹਿੰਦਾ, ਆਪਦੇ ਆਪ ਨੂੰ ਦੁਨੀਆਂ ਦਾ ਧੁਰਾ ਮੰਨ ਕੇ ਚੱਲਦਾ, ਇਹੀ ਹਉਮੈ ਦੀ ਨਿਸ਼ਾਨੀ ਹੈ। ओहो बेपरवाह अतोलवा गुरमत कीमत सार। कहिंदे जिहड़ा मालक आ ना, मालक मालक ही हुंदा, भावें दुनियावी तौर ते होवे भावें इलाही तौर ते होवे, मालक दी टौर ही वक्खरी है। कहिंदे उहनूं किसे दी परवाह हुंदी नहीं, जिहदे हथ मलकीअत है, ਜਿਹਦੇ ਹੱਥ ਪਾਵਰ ਹੈ ਉਹ ਕਿਸੇ ਦੀ ਪ੍ਰਭਾਵ ਕਿਉਂ ਕਰੇ। ਨਾਲੇ ਉਹ ਭਾਵਾਂ ਨੌਕਰ ਉਹ ਤੋਂ ਦੁੱਗਣਾ ਪੜਿਆ ਹੋਵੇ ਉਹਦੀ ਸਲਾਹ ਕਿਉਂ ਮੰਨੇ, ਕਿਉਂਕਿ ਉਹ ਕਹਿੰਦਾ ਮੈਂ ਮਾਲਕ ਹੈ। ਜਿਹੜਾ ਇੱਧਰਲਾ ਮਾਲਕ ਹੈ
ਇਹ ਤਾਂ ਸਾਰੀਆਂ ਸਮਝਾਂ ਸਾਰੀਆਂ ਵਿਧੀਆਂ ਸਾਰਾ ਕੁਛ ਬਣਾਉਂਦਾ ਹੀ ਆਪ ਹੈ, ਇਹਨੂੰ ਤਾਂ ਪ੍ਰਵਾਹ ਕਿਸੇ ਦੀ ਹੋ ਕੀ ਸਕਦੀ ਹੈ। ਉਹ ਬੇਪ੍ਰਵਾਹ ਅਤੋਲ ਵਾ, ਕਹਿੰਦੇ ਉਹ ਕਦੇ ਤੋਲਿਆ ਨਾ ਜਾ ਸਕਣ ਵਾਲਾ ਗੁਰਮਤ ਕੀਮਤ ਸਾਰ, ਕਹਿੰਦੇ ਉਹ ਤਾਂ ਗੁਰੂ ਦੇ ਮਤ 'ਤੇ ਚੱਲ ਕੇ ਗਿਆਨ 'ਤੇ ਚੱਲ ਕੇ ਉਹਦੀ ਕੀਮਤ ਉਹਦੀ ਸਾਰ ਜਾਣੀ ਜਾ ਸਕਦੀ ਹੈ, ਉਹਦਾ ਹੋਇਆ ਜਾ ਸਕਦਾ, ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ। ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨਾ ਧਰਾਪੀਐ, ਬਿਨ ਨਾਵੈ ਦੁੱਖ ਸੰਤਾਪ, ਹਰ ਜਪ ਜੀਅਰੇ ਛੁੱਟੀਐ, ਗੁਰਮੁਖ ਚੀਨੈ ਆਪ। ਹੁਣ ਬਾਬਾ ਜੀ ਮਨੁੱਖ ਜਿਹੜੀਆਂ ਗੱਲਾਂ ਕਰਦਾ ਨਾ ਉਹਦੇ 'ਤੇ ਗੱਲ ਕਰ ਰਹੇ ਆ ਕਿ ਤੂੰ ਕਰ ਕੀ ਲਏਗਾ, ਤੂੰ ਇੰਨਾ ਕਰੇਗਾ ਵੀ ਕਿਵੇਂ। ਕਹਿੰਦੇ ਲੱਖ ਸਿਆਣਪ ਜੇ ਕਰੀ, ਇੱਕ ਅੱਧੀ ਸਿਆਣਪ ਨਹੀਂ, ਜੇ ਤੂੰ ਲੱਖਾਂ ਹੀ ਸਿਆਣਪਾਂ ਕਰੇ, ਲੱਖ ਸਿਉਂ ਪ੍ਰੀਤ ਮਿਲਾਪ, ਆਪਦਾ ਲੱਖਾਂ ਲੋਕਾਂ ਨਾਲ ਪ੍ਰੀਤ ਪਾਲੇ ਮਿਲਾਪ ਬਣਾ ਲਏ, ਇਹ ਜਿਹੜਾ ਪ੍ਰੀਤ ਅਤੇ ਮਿਲਾਪ ਨਾ ਤੇਰੀ ਸਿਆਣਪ 'ਚੋਂ ਪੈਦਾ ਹੋਇਆ, ਤੇਰੇ ਮਨ ਦੀ ਹਉਮੈ 'ਚੋਂ ਪੈਦਾ ਹੋਇਆ ਵਾ। ਬਿਨ ਸੰਗਤ ਸਾਧਨਾ ਧਰਾਪੀਐ, ਕਹਿੰਦੇ ਸਾਧੂ ਦੀ ਸੰਗਤ ਤੋਂ ਬਿਨਾਂ ਤੇਰੀਆਂ ਲੱਖਾਂ ਸਿਆਣਪਾਂ ਲੱਖਾਂ ਲੋਕਾਂ ਨਾਲ ਜਿਹੜੀ ਪ੍ਰੀਤ ਅਤੇ ਮਿਲਾਪ ਹੈ, ਤੇਰੇ ਚਿੱਤ ਨੂੰ ਇਹਨਾਂ ਨੇ ਤਸੱਲੀ ਨਹੀਂ ਦੇਣੀ, ਧਰਾਪਿਆ ਨਹੀਂ ਜਾਣਾ, ਤੈਨੂੰ ਰੱਜ ਨਹੀਂ ਆਉਣਾ, ਸੰਤੋਖ ਨਹੀਂ ਆਉਣਾ। ਬਿਨ ਨਾਵੈ ਦੁੱਖ ਸੰਤਾਪ, ਇਹ ਨਾਮ ਤੋਂ ਬਿਨਾਂ ਵਾਲੀਆਂ ਜਿਹੜੀਆਂ ਪ੍ਰੀਤਾਂ ਨਾ, ਨਾਮ ਮਿਲਦਾ ਸਾਧੂ ਦੇ ਦੁਆਰੇ ਤੋਂ, ਸਾਧੂ ਦੀ ਸੰਗ 'ਚੋਂ, ਕਿਉਂਕਿ ਸਾਧੂ ਉਹ ਇੱਕ ਓਂਕਾਰ ਦੇ ਸਤਨਾਮ ਦੇ ਨਾਦ ਨਾਲ ਇੱਕ ਮਿੱਕ ਹੈ, ਉਹ ਅੰਦਰੋਂ ਬਾਹਰੋਂ ਉਹਦੇ ਨਾਲ ਜੁੜਿਆ, ਉਹਨੇ ਸੁਣ ਸੁਣ ਕੇ ਉਹਨੂੰ ਪਾਲਿਆ। ਅਤੇ ਸਾਧੂ ਦੀ ਸੰਗਤ ਅਤੇ ਕਿਰਪਾ ਬਿਨਾਂ ਤੇਰੇ ਅੰਦਰ ਦਾ ਸੰਤਾਪ ਕਦੇ ਨਾ ਮਿਟਿਆ ਨਾ ਮਿਟਣਾ। ਅਤੇ ਇਸ ਗੱਲ ਦੀ ਗਵਾਹੀ ਅੱਜ ਜੇ ਲੈਣੀ ਹੋਵੇ, ਜਿਹੜੇ ਹੋ ਚੁੱਕੇ ਸੈਲੀਬ੍ਰਿਟੀ ਲੋਕ ਹੈ, ਬੜੇ ਬੜੇ ਵਿਗਿਆਨੀ ਹੈ, ਗਿਆਨੀ ਹੈ, ਉਹਨਾਂ ਦੀਆਂ ਜੀਵਨੀਆਂ ਪੜ੍ਹੋਂਗੇ, ਉਹ ਕਹਿਣਗੇ ਅਸੀਂ ਸਟੇਜ 'ਤੇ ਜਾਂਦੇ ਹਾਂ, ਕਰੋੜਾਂ ਲੋਕ ਸਾਨੂੰ ਯਾਦ ਕਰਦੇ ਆ, ਪਿਆਰ ਕਰਦੇ ਆ, ਪੈਸਾ ਲਟਾਉਂਦੇ ਆ, ਪਰ ਜਦੋਂ ਆਪਦੇ ਘਰ ਆਪਦੇ ਰੂਮ 'ਚ ਆ ਜਾਂਦੇ ਹਾਂ, ਇਕੱਲੇ ਮਹਿਸੂਸ ਕਰਦੇ ਹਾਂ, ਕੋਈ ਟਿਕਾ ਨਹੀਂ, ਕੋਈ ਪ੍ਰੇਮ ਨਹੀਂ ਕਿਸੇ ਨਾਲ। ਜਿਹਦੇ ਕੋਲ ਪੈਸਾ ਹੁੰਦਾ ਉਹਨੂੰ ਡਰ ਹੀ ਲੱਗਿਆ ਰਹਿੰਦਾ, ਜਿਹੜਾ ਪ੍ਰੇਮ ਕਰਦਾ ਇਹੀ ਗਲਾ ਨਾ ਘੁੱਟ ਦੇ, ਮੇਰੀ ਜਾਇਦਾਦ ਦਾ ਮਾਰਾ ਨਾ ਕਰਦਾ ਹੋਵੇ, ਉਹ ਇਹੋ ਜਿਹਾ ਉਲਝਦਾ ਹੈ। ਸਾਧੂ ਦੀ ਸੰਗਤ ਬਿਨਾਂ ਅੰਦਰ ਤੋਂ ਬਿਨਾਂ ਇਹ ਸੰਤਾਪ ਮਿਟਦੇ ਹੀ ਨਹੀਂ, ਉਹਦੀ ਜ਼ਿੰਦਗੀ 'ਚ ਭਾਵਾਂ ਉਹ ਅਰਬਾਂ ਪਤੀ ਹੋ ਜਾਵੇ, ਕਲੇਸ਼ ਬਣੇ ਹੀ ਰਹਿੰਦਾ, ਕਲੇਸ਼ ਮਿਟਦਾ ਸੱਚ ਨੂੰ ਜਾਣ ਕੇ। ਜਦੋਂ ਮਾਇਆ ਤੋਂ ਮੁਕਤ ਹੋ ਜਾਂਦਾ ਹਿਰਦਾ, ਉਹਦੀ ਨਿਰਭੈਤਾ ਨਾਲ ਜੁੜ ਜਾਂਦਾ, ਪਹਿਲਾਂ ਇੱਕ ਨਾਲ ਜੁੜਦਾ, ਇੱਕ ਓਅੰਕਾਰ ਸਤਨਾਮ ਨਾਲ, ਫਿਰ ਨਿਰਭੈਤਾ ਆਉਂਦੀ ਹੈ, ਫਿਰ ਨਿਰਵੈਰਤਾ ਆਉਂਦੀ ਹੈ, ਫਿਰ ਸਾਰੇ ਰਾਹ ਖੁੱਲ੍ਹਦੇ ਖੁੱਲ੍ਹਦੇ ਅੰਦਰ ਇੱਕ ਪ੍ਰਕਾਸ਼, ਇੱਕ ਸ਼ਾਂਤੀ, ਇੱਕ ਸਕੂਨ ਉਹਦੀ ਜ਼ਿੰਦਗੀ 'ਚ ਉੱਤਰ ਆਉਂਦਾ। ਕਰਦਾ ਕੀ ਆ ਉਹ ਜਦੋਂ ਸਾਧੂ ਮਿਲ ਜਾਂਦਾ, ਹਰ ਜਪ ਜੀਅਰੇ, ਕਹਿੰਦੇ ਹਰੀ ਦਾ ਜਾਪ ਕਰ, ਹਰੀ ਨਾਲ ਜੁੜ ਜਾ, ਛੁੱਟੀ ਹੈ ਹਰ ਜਪ ਜੀਅਰੇ ਛੁੱਟੀ ਹੈ, ਗੁਰਮੁਖ ਚੀਨਾ ਆਪ। ਹਰੀ ਦਾ ਜਾਪ ਕਰਦਿਆਂ ਜਿਹੜਾ ਗੁਰਮੁਖ ਆ ਉਹ ਚੀਨਦਾ ਹੈ, ਚੀਨ ਕੀ ਹੁੰਦਾ, ਆਪਣੇ ਆਪ ਨੂੰ ਪਹਿਚਾਨਣਾ, ਸਾਨੂੰ ਲੱਗਦਾ ਵੀ ਮੈਂ ਜਾਣਦਾ ਆਪਦੇ ਆਪ ਨੂੰ, ਸਾਨੂੰ ਕੋਈ ਪਤਾ ਨਹੀਂ ਸਾਡੇ ਹਰਿਮੰਦਰ ਰੂਪੀ ਸਰੀਰ 'ਚ ਕਿੰਨੀਆਂ ਕੁਆਲਿਟੀਆਂ, ਕਿੰਨਾ ਕੁਝ ਹੈ, ਕਿੰਨੀਆਂ ਕਲਾਮਾਂ ਹੈ, ਇਹ ਕਿੱਥੇ ਕਿੱਥੇ ਪਹੁੰਚ ਕਰ ਸਕਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਆਪਣੇ ਆਪ ਨੂੰ ਵੇਖਦਾ ਰਹਿੰਦਾ, ਸਭ ਤੋਂ ਪਹਿਲਾਂ ਆਪਣੇ ਸਵਾਸਾਂ ਨੂੰ ਵੇਖਣਾ ਸ਼ੁਰੂ ਕਰਦਾ, ਪਵਨ ਗੁਰੂ ਨੂੰ ਧਿਆਨ ਦੇਣਾ ਸ਼ੁਰੂ ਕਰਦਾ ਇਹਦੇ ਗੁਰੂ 'ਤੇ, ਕਿਉਂਕਿ ਇਹ ਗੱਲ ਤਾਂ ਕਮਲੇ ਤੋਂ ਕਮਲੇ ਨੂੰ ਸਮਝ ਆ ਜਾਂਦੀ ਹੈ ਕਿ ਮੇਰੀ ਜੀਵਨ ਜ਼ਿੰਦਗੀ ਸਵਾਸਾਂ ਨਾਲ ਹੈ। ਜੇ ਮੈਂ ਸਵਾਸਾਂ ਦੀ ਚਾਲ ਢਾਲ ਨੂੰ ਸਮਝ ਗਿਆ, ਸਮਝ ਲਓ ਮੇਰੇ ਹੱਥ ਇੱਕ ਗੁੱਥੀ ਆ ਜਾਣੀ ਹੈ, ਇੱਕ ਸੀਕਰੇਟ ਆ ਜਾਣਾ ਹੈ। ਜਿਹੜਾ ਬੰਦਾ ਥੋੜ੍ਹਾ ਵੀ ਧਿਆਨ ਕਰਦਾ ਉਹਨੂੰ ਪਤਾ ਲੱਗਦਾ ਵੀ ਜਦੋਂ ਹੀ ਮੈਨੂੰ ਗੁੱਸਾ ਆਉਂਦਾ ਮੇਰੇ ਆਟੋਮੈਟਿਕ ਸਾਹ ਤੇਜ਼ ਹੋ ਜਾਂਦੇ ਹੈ। ਜੇ ਉਹ ਹੌਲੀ ਕਰਨ ਸਿੱਖ ਗਿਆ, ਗੁੱਸਾ ਨਹੀਂ ਆ ਸਕਦਾ, ਕ੍ਰੋਧ ਨਹੀਂ ਆ ਸਕਦਾ। ਜਦੋਂ ਦਿਨ ਦਾ ਮੇਰੇ ਮਨ 'ਚ ਕੋਈ ਫੁਰਨਾ ਬਣਿਆ, ਕੋਈ ਵਿਕਾਰ ਉੱਠਿਆ,
मेरा सह तेज हो जाना है। जदों देंदा भी सह तेज हो गया तो वो कोल एक सूत्र है कि सह नू हौली कर ला, हौली हौली वेख गए तू गुरु चरण मन के वो विकार ने उड जाना है। इतों ही सीकरेट हथ आ जो इतों गल एक करी निकल जाती है फिर पत्थे चो तीर निकल जाता है फिर हथ वस गल नहीं रही। ये सारा कुछ ही सह है तो गुरमुखी चीज़ में जान जाता अपने आप में चीन लैंदा अपने आप में वेख लैंदा है। हर जप जी अरे छुट्टी है गुरमुख चीना है आप तन मन गुर पह बेचिया मन दिया सिर नाद तिर भवन खोज टटोलिया गुरमुख खोज निहाल सतगुर मेल मिलाया नानक सो प्रभ नाल। हुण गुरु नानक दी बाणी जदों प्रेम नाल पढ़ांगे ना सानू बड़ियां गल्लां क्लीयर होणगियां कि गुरु नानक केड़ी केड़ी गल करन नू कहिंदे है किवें संगत करन नू कहिंदे है किवें अपने आप नू चीनन नू कहिंदे है किवें खोजन नू कहिंदे है किवें मिलाप नू कहिंदे है। उत्थे पता लगूगा भी गुरु नानक असल च चाहुंदे की है। पर गुरु नानक दे नां ते जिहड़ा सब तो वध प्रचारिया गया है कल्ला भी उहने कहा किरत करो ते किरत करदा होया बंदा जिहड़ा किरत च ही रुझ गया 24 घंटे वह आ सारियां गल्लां छड गया। उहदे वार वार कन्न च हर एक प्रचारक ने हर एक तरह के बंदे ने भी गुरु नानक ने किरत नू कहा गुरु नानक ने किरत नू कहा। बाणी किसी ने पढ़ी नहीं बाबे की गल किसी ने समझी नहीं किरत करदा करदा किरत च ही इन्ना चलिया गया कि हुण पिछे भौंके झाकण का टाइम नहीं। बाणी कहिंदी की है किरत लोड़ अनुसार जिदे नाल साडे कारज चल सकन अपना 24 घंटे किरत नू बेच देने ये गुरु बाबे नानक का राह नहीं। जे बाबा नानक यह जी किरत करता अजो बाबा नानक नहीं सी होना। किसी शायर ने कहा सी कहिंदा ये गुरबाणी कहिंदा कविता किंज बनती गुरबाणी जे बाबा नानक हट्टी पा लैंदा। जे बाबा नानक उवें किरतां करन लग जांदा ना जिवें असीं करदे हां अज आ एडा वड्डा धर्म दुनिया के सामने नहीं सी होना बाणी सामने नहीं सी होनी। किरत जिहनूं असीं बहुता मुल दे रहे हैं उहदा कुछ परसेंट है अपना समा गुरु नूं भी देना। हुण इत्थे महाराज कहणगे तन गुरु कोल तां ही आऊगा जे तुसीं किरत तों वेहले हो के इहनूं लै के आओगे घंटा दो घंटे। फिर मन भी इत्थे हाजर रखना मन च फुरने ही ना चली जाण के फोन ना आ जाए आ ना हो जाए आ ना हो जाए। तन मन गुर पह बेचिया महाराज कहिंदे इह कल्ला धारा दे के ठीक नहीं आउंदा इह बेचना पैंदा ते गुरु दी अगों मर्जी है जिन्हें खरीद लिया कि वह आपकी खरीदी हुई चीज़ नूं किसे नूं दिंदा कि नहीं दिंदा इह गुरु दे मन ते गल खड़ी है गुरु ते है। तन मन गुर पह बेचिया मन दिया सिर नाल मन तां दे ही दिता अपना सिर भी हवाले करता। मन ते सिर क्यों कहा क्योंकि जिहड़ी बुद्धि है ये सिर च वसदी है जिहड़ी आसा तृष्णा सिर चों उठदी है दिमाग चों वह भी चरणां च टेकता भी हे गुरु साहब आ तन मेरा अंदरला मन या मेरा सिर तेरे चरणां च पिया हुण सेवा तूं ला की लाउणी है। हुण जदों गुरु कोल कोई पहुँचदा गुरु फिर अपनी कला वरतौंदा तिर भवन खोज टंटोलिया गुरमुख खोज निहाल। कहिंदे गुरु फिर ऐसा सूत्र दिंदा जिहड़ा मनुख अपने आपे नूं नहीं सी जाणदा अपनी देही नूं नहीं सी जाणदा आ त्रिलोकी किवें बणी है इहदी खोज अंदरों कराती। अंदरों खोज किवें हुंदी है एक आपां स्टोरी बहुत लोकां ने पढ़ी होनी है भी एक बार एक डीटियां जिहां बणियां हुईआं सी उहदे ते पूरी दुनिया का नक्शा सी। मास्टर ने बच्चे नूं कहा कि तैनू पास फेर करांगे तैनू नंबर पूरे फेर देवांगे दुनिया का नक्शा उवें बना के दिखा आसमान पिया बना दे। मास्टर नूं इह सी भी इहनूं दो चार घंटे लगणगे वो आपदे काम होर पीरियड लाउण चलिया गया
ਉਹ ਬੱਚਾ 15 ਮਿੰਟਾਂ ਬਾਅਦ ਹੀ ਮਗਰ ਚਲਿਆ ਗਿਆ, ਕਹਿੰਦਾ ਜੀ ਬਣਾ ਤਾ। ਉਹ ਬਹੁਤ ਹੈਰਾਨ ਵੀ ਅਰੇ ਹੋ ਨਹੀਂ ਸਕਦਾ, ਐਡਾ ਵੱਡਾ ਨਕਸ਼ਾ ਨਾਲ ਇਹ ਜਵਾਕ ਹੈ 5ਵੀਂ 7ਵੀਂ ਦਾ, ਇਹਨੂੰ ਕੀ ਪਤਾ ਵੀ ਲੰਡਨ ਕਿੱਥੇ ਆ, ਇੰਡੀਆ ਕਿੱਥੇ ਆ, ਸਿੰਗਾਪੁਰ ਕਿੱਥੇ ਆ, ਨਹੀਂ ਆਏ ਕਿਵੇਂ ਬਣਾ ਤਾ। ਜਦੋਂ ਜਾ ਕੇ ਦੇਖਿਆ ਉਹ ਨਕਸ਼ਾ ਬਣਾਇਆ ਪਿਆ, ਉਹ ਅੱਗੇ ਡਿਊਟੀਆਂ ਜਾਂ ਸਕੂਲਾਂ 'ਚ ਆਉਂਦੀਆਂ ਸੀ, ਹੁਣ ਤਾਂ ਉਹ ਨਹੀਂ। ਮਾਸਟਰ ਬੜਾ ਖੁਸ਼ ਹੋਇਆ, ਸ਼ਾਬਾਸ਼ ਦਿੱਤੀ, ਕਹਿੰਦਾ ਪੁੱਤਰ ਮੈਨੂੰ ਇੱਕ ਗੱਲ ਦੱਸ ਵੀ ਐਡੀ ਜਲਦੀ ਤੂੰ ਇਹ ਬਣਾਇਆ ਕਿਵੇਂ ਹੈ। ਉਹ ਕਹਿੰਦਾ ਜੀ ਗੱਲ ਕੁਛ ਵੀ ਨਹੀਂ ਹੈ, ਇਹ ਨਕਸ਼ਾ ਹੀ ਹੈ, ਇਸ ਪਾਸੇ ਇਹਦੇ ਮਗਰਲੇ ਪਾਸੇ ਇੱਕ ਬੰਦਾ ਬਣਿਆ ਵਾ ਸੀ, ਮੈਂ ਉਹ ਦੇਖ ਦੇਖ ਕੇ ਬੰਦਾ ਬਣਾਤਾ ਸਹੀ ਅਤੇ ਨਕਸ਼ਾ ਆਪੇ ਬਣ ਗਿਆ। ਇਹ ਬੇਸ਼ੱਕ ਵਿਗਿਆਨਕ ਗੱਲ ਹੈ, ਪਰ ਇਹ ਬਾਣੀ ਦੀ ਪੂਰਨ ਖੋਜ ਦਾ ਨਿਚੋੜ ਹੈ ਕਿ ਜੇ ਅਸੀਂ ਸੰਸਾਰ ਦੇ ਨਕਸ਼ੇ ਨੂੰ ਬਣਾਉਣਾ, ਸੰਸਾਰ ਦੇ ਵਿੱਚੋਂ ਲੱਭਣ ਤੁਰਾਂਗੇ, ਬਾਹਰ ਨੂੰ ਭੱਜਾਂਗੇ, ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣ, ਉਹ ਅਸਲੀਅਤ ਦਾ ਪਤਾ ਨਹੀਂ ਲੱਗਦਾ, ਨਕਸ਼ਾ ਪੂਰਨ ਫਿੱਟ ਬਹਿੰਦਾ ਹੀ ਨਹੀਂ। ਜਿਹੜਾ ਬੰਦਾ ਅੰਦਰ ਉਤਰਨ ਲੱਗ ਗਿਆ, ਆਪਣੇ ਆਪੇ ਨੂੰ ਜਾਣਨ ਲੱਗ ਗਿਆ, ਜਿਹਨੇ ਆਪਣੇ ਆਪ ਨੂੰ ਜਾਣ ਲਿਆ, ਉਹਨੇ ਸਮਝ ਲਓ ਪਰਮਾਤਮਾ ਨੂੰ ਜਾਣ ਲਿਆ, ਉਹਦਾ ਨਕਸ਼ਾ ਫਿੱਟ ਬਹਿ ਜਾਂਦਾ ਅਤੇ ਆਪਣੇ ਆਪ ਨੂੰ ਜਾਣਨ 'ਤੇ ਬਹੁਤਾ ਟਾਈਮ ਨਹੀਂ ਲੱਗਦਾ। ਇੱਕ ਤੀਰ ਹੀ ਚੇਤਨਾ ਦਾ ਇੱਧਰ ਨੂੰ ਮੋੜਨਾ, ਮੂਹਰੋਂ ਮੋੜਨ ਵਾਲਾ ਗੁਰੂ ਸਾਧੂ ਚਾਹੀਦਾ। ਮਹਾਰਾਜ ਕਹਿੰਦੇ ਤਿਰ ਭਵਨ ਖੋਜ ਢੰਡੋਲਿਆ, ਕਹਿੰਦੇ ਉਹ ਖੋਜ ਦੇ ਨਾਲ ਤਿਰ ਭਵਨ ਦੇ ਵਿੱਚੋਂ ਕਹਿੰਦੇ ਢੰਡੋਲ ਲਿਆ। ਗੁਰਮੁਖ ਖੋਜ ਨਿਹਾਲ, ਗੁਰਮੁਖ ਨੇ ਜਦੋਂ ਖੋਜ ਕੀਤੀ ਨਾ, ਕਿਉਂਕਿ ਪਹਿਲਾਂ ਤਾਂ ਮਨਮੁੱਖਾ ਜਿੰਨਾ ਚਿਰ ਖੋਜ ਕਰਨ ਹੀ ਨਹੀਂ ਲੱਗਦਾ, ਇਕੱਲੇ ਕੱਪੜੇ ਪਾ ਕੇ ਇਕੱਲਾ ਹਾਂਜੀ ਹਾਂਜੀ ਕਰਕੇ, ਗੁਰੂ ਜੀ ਕਰਕੇ ਗੁਰਮੁਖ ਨਹੀਂ ਬਣਦਾ, ਉਹ ਮਨਮੁਖੀ ਹੈ ਜਿੰਨਾ ਚਿਰ ਬਾਹਰ ਨੂੰ ਜਾਂਦਾ। ਜਦੋਂ ਹੀ ਅੰਦਰ ਨੂੰ ਖੋਜਣ ਤੁਰ ਪੈਂਦਾ, ਗੁਰੂ ਦੀਆਂ ਦੱਸੀਆਂ ਵਿਧੀਆਂ 'ਤੇ ਕੰਮ ਕਰਦਾ ਹੈ, ਗੁਰੂ ਦੇ ਦਿੱਤੇ ਮੰਤਰ ਦਾ ਜਾਪ ਕਰਦਾ ਹੈ, ਗੁਰੂ ਦੀ ਦਿੱਤੀ ਬਾਣੀ ਦਾ ਪਾਠ ਕਰਦਾ ਹੈ, ਫਿਰ ਉਹ ਖੋਜ ਉਹਦੇ ਸਾਹਮਣੇ ਆਉਂਦੀ ਹੈ ਅਤੇ ਉਹ ਖੋਜ ਜਦੋਂ ਪੂਰੀ ਹੋ ਜਾਂਦੀ ਹੈ, ਉਹ ਪ੍ਰਕਾਸ਼, ਉਹ ਨਾਦ, ਉਹ ਸੁਗੰਧਾਂ ਉਹਨੂੰ ਮਿਲਦੀਆਂ, ਉਹ ਸੰਗੀਤ ਨਾਲ ਇੱਕਮਿਕਤਾ ਹੁੰਦੀ ਹੈ। ਅਤੇ ਮਹਾਰਾਜ ਕਹਿੰਦੇ ਗੁਰਮੁਖ ਖੋਜ ਨਿਹਾਲ, ਉਹ ਨਿਹਾਲ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ, ਉਹਦੇ ਨਾਲ ਇੱਕਮਿਕ ਹੋ ਜਾਂਦਾ। ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਹੁਣ ਐਡਾ ਜਿਹੜਾ ਕਾਰਜ ਹੋਇਆ ਗੁਰਮੁਖ ਦੀ ਜ਼ਿੰਦਗੀ 'ਚ, ਉਹ ਕਰਿਆ ਕਿਹਨੇ ਹੈ? ਉਹ ਸਤਿਗੁਰ ਨੇ ਕਰਿਆ, ਜਿਹੜਾ ਆਪ ਸਤਿਪੁਰਖ ਨਾਲ ਇੱਕਮਿਕ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉਂ, ਉਹ ਸਤਿਗੁਰੂ ਨੇ ਮੇਲ ਮਿਲਾਤਾ ਅੰਦਰੋਂ, ਕਿਉਂਕਿ ਸਤਿਗੁਰੂ ਦੇ ਹੱਥ ਦਇਆ ਮਿਹਰ ਨਦਰ ਹੈ। ਨਾਨਕ ਸੋ ਪ੍ਰਭ ਨਾਲ, ਪ੍ਰਭੂ ਤਾਂ ਜਦੋਂ ਤੋਂ ਅਸੀਂ ਆਏ ਹਾਂ ਉਦੋਂ ਤੋਂ ਵੀ ਨਾਲ ਹੈ, ਪ੍ਰਭੂ ਤੋਂ ਬਿਨਾਂ ਤਾਂ ਇੱਥੇ ਹੈ ਕੁਛ ਨਹੀਂ, ਸਾਨੂੰ ਹੀ ਸੁਰਤ ਨਹੀਂ ਹੁੰਦੀ। ਸਤਿਗੁਰੂ ਸਾਡੀ ਚੇਤਨਾ ਨੂੰ ਜਗਾ ਕੇ ਉਹਦੇ ਨਾਲ ਇੱਕਮਿਕ ਕਰ ਦਿੰਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਮਰਨੈ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾਲਹੀ, ਲੇਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਵਸਹੈ, ਜਿਉਂ ਭਾਵੈ ਤਿਉਂ ਨਿਰਜਾਸ। ਗੁਰੂ ਨਾਨਕ ਸਾਹਿਬ ਬਹੁਤ ਵੱਡੀ ਦਾਤ ਬਖਸ਼ਿਸ਼ ਕਰ ਰਹੇ ਹੈ। ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਿਲਾਪ ਹੁੰਦਾ ਗੁਰੂ ਦਾ, ਸਾਧੂ ਦਾ, ਸੰਤ ਦਾ, ਉਹਨੂੰ ਇਹ ਸਿਸਟਮ ਸਮਝ ਆਉਂਦਾ ਵੀ ਅਸਲ 'ਚ ਇਹ ਸਾਰਾ ਕੁਝ ਹੈ ਕੀ। ਸਭ ਤੋਂ ਪਹਿਲੀ ਜਿਹੜੀ ਘਟਨਾ ਅੰਦਰ ਘਟਦੀ ਹੈ, ਪਹਿਲਾਂ ਸਾਡਾ ਕੀ ਜੀਵਨ ਹੁੰਦਾ, ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਅੰਦਰ ਇੱਕ ਸਹਿਸਾ ਹੁੰਦਾ ਵੀ ਮੈਂ ਨਾ ਮਰ ਜਾਂ, ਮੈਨੂੰ ਨਾ ਕੁਛ ਹੋ ਜਾਵੇ, ਫਲਾਣੇ ਦੇ ਵੀ ਐਂ ਜੇ ਚੀਜ਼ ਪੈਂਦੀ ਸੀ ਮੇਰੇ ਤਾਪ ਪੈਂਦੀ ਹੈ, ਆਈ ਗੱਲਾਂ ਕਰਦਾ ਬੰਦਾ ਬੁੜਾ ਹੋ ਜਾਂਦਾ। ਮਰਨੇ ਦੀ ਚਿੰਤਾ ਹਰ ਇੱਕ ਨੂੰ ਲੱਗੀ ਹੋਈ ਆ, ਬੇਸ਼ੱਕ ਉਹ ਕੋਈ ਜੀਵ ਜੰਤ ਹੈ, ਬੇਸ਼ੱਕ ਮਨੁੱਖ ਹੈ, ਚਿੰਤਾ ਇਸ ਕਰਕੇ ਆ ਕਿ ਉਸ ਆਪਣੇ ਮੂਲ ਨੂੰ, ਪ੍ਰਕਾਸ਼ ਨੂੰ ਜਾਣਦਾ ਨਹੀਂ ਹੈ।
ਜਦੋਂ ਹੀ ਗੁਰੂ ਕਿਰਪਾ ਹੁੰਦੀ ਹੈ, ਗੁਰੂ ਦਾ ਹੱਥ ਸਿਰ 'ਤੇ ਟਿਕਦਾ, ਸਭ ਤੋਂ ਪਹਿਲਾਂ ਮਰਨ ਦੀ ਚਿੰਤਾ ਖਤਮ ਹੁੰਦੀ ਹੈ। ਇਹੀ ਕਾਰਨ ਹੈ ਕਿ ਜਿਹੜੇ ਗੁਰੂ ਦੇ ਹੋ ਜਾਂਦੇ ਹੈ, ਗੁਰੂ ਦੇ ਇੱਕ ਇਸ਼ਾਰੇ 'ਤੇ ਰਫਲਾ ਸਾਹਮਣੇ ਖੜ੍ਹ ਜਾਂਦੇ ਹੈ, ਗੁਰੂ ਦੇ ਇੱਕ ਇਸ਼ਾਰੇ 'ਤੇ ਚਰਖੜੀਆਂ 'ਤੇ ਚੜ੍ਹ ਜਾਂਦੇ ਹੈ, ਗੁਰੂ ਦੇ ਇੱਕ ਇਸ਼ਾਰੇ 'ਤੇ ਦੇਗਾਂ ਚੁੱਬਣ ਜਾਂਦੇ ਆ। ਕਿਉਂ? ਕਿਉਂਕਿ ਗੁਰੂ ਨੇ ਦੱਸਿਆ ਹੋਇਆ ਇਹ ਸਰੀਰ ਸਿੱਲੜ ਹੈ, ਤੁਸੀਂ ਤਾਂ ਮੇਰਾ ਰੂਪ ਹੋ, ਮੇਰੇ ਬੱਚੇ ਹੋ, ਨਾ ਤੁਹਾਨੂੰ ਕੋਈ ਚੀਜ਼ ਕੱਟ ਸਕਦੀ ਆ, ਨਾ ਵੱਢ ਸਕਦੀ ਆ, ਤੁਸੀਂ ਅਮਰ ਆਤਮਾ ਹੋ। ਇਹ ਕਹੇ ਤੋਂ ਤਾਂ ਨਹੀਂ ਲੋਟ ਆਉਂਦਾ। ਜਦੋਂ ਗੁਰਮੁਖ ਨੇ ਗੁਰੂ ਦੇ ਨਾਲ ਬਹਿ ਕੇ ਸਾਧਨਾ ਕਰਕੇ ਸੱਚੀ ਦੇਖਿਆ ਆਪਣੇ ਆਪ ਨੂੰ ਸਰੀਰ 'ਤੇ ਪਾਸੇ, ਉਦੋਂ ਹੀ ਆਹ ਗੱਲ ਵਾਪਰਦੀ ਹੈ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਨਾ ਹੁਣ ਇਹ ਸਰੀਰ ਦੇ ਨਾਲ ਲੰਬਾ ਜੀਵਨ ਜੀਵਨ ਦੀ ਆਸ ਹੈ, ਪਤਾ ਵੀ ਮੈਂ ਅਲੱਗ ਹਾਂ, ਇਹ ਅਲੱਗ ਹੈ, ਜਦੋਂ ਦਿਲ ਕਰੂੰ ਮੈਂ ਸਰੀਰ ਧਾਰਨ ਕਰ ਸਕਦਾ ਹੈ। ਤੂੰ ਸਰਬ ਜੀਆਂ ਪ੍ਰਤਪਾਲ ਹੀ, ਇੱਕ ਗੱਲ ਦਾ ਪਤਾ ਲੱਗਦਾ ਕਿ ਤੂੰ ਜਾਣੀ ਮਾਲਕ ਅਸਤਿਤਵ, ਜਿਹੜਾ ਕਿ ਹੁਣ ਜਦੋਂ ਅਸੀਂ ਬਾਣੀ ਪੜ੍ਹਦੇ ਸੁਣਦੇ ਹਾਂ ਨਾ, ਸਾਡੇ ਲਾਮੀ ਇੱਕ ਕੋਟ ਬਗਲਤਾ ਕਿ ਬਾਣੀ ਸਿੱਖਾਂ ਵਾਸਤੇ ਹੈ, ਸਿੱਖਾਂ ਨੂੰ ਕਿਹਾ ਜਾ ਰਿਹਾ। ਬਾਬੇ ਨਾਨਕ ਵੇਲੇ ਕੋਈ ਸਿੱਖ ਨਹੀਂ ਸੀ, ਬਾਬੇ ਨਾਨਕ ਨੇ ਬਾਣੀ ਦੁਨੀਆਂ ਦੇ ਸਰਬ ਜੀਆਂ ਵਾਸਤੇ ਰਚੀ ਹੈ ਇਹ, ਅਤੇ ਤਾਂ ਹੀ ਮਹਾਰਾਜ ਨੇ ਕਿਹਾ ਤੂੰ ਸਰਬ ਜੀਆਂ ਪ੍ਰਤਪਾਲ ਹੀ। ਕਹਿੰਦੇ ਹੇ ਮਾਲਕ, ਹੇ ਅਸਤਿਤਵ, ਹੇ ਜਗਤ ਦੇ ਨਾਥ ਜਗਦੀਸ਼ਰ, ਤੂੰ ਪ੍ਰਤਪਾਲਣਾ ਕਰਦਾ ਸਰਬ ਜੀਆਂ ਦੀ, ਪਰ ਕਿੱਡਾ ਤੇਰਾ ਸਿਸਟਮ ਬਣਾਇਆ ਵਾ, ਲੇਖਾ ਅਹਿਸਾਸ ਗਰਾਸ ਤੇਰੇ ਲੇਖੇ ਦੇ ਵਿੱਚ ਆ ਕਿ ਕਿੰਨੇ ਸਾਹ ਦੇਣੇ ਆ ਅਤੇ ਕਿੰਨੇ ਦੇ ਕੇ ਤੋਰਿਆ। ਗਰਾਸ ਹੁੰਦਾ ਜੋ ਵੀ ਅਸੀਂ ਖਾਂਦੇ ਹਾਂ, ਗਰਾਹੀ ਗਲ ਦੇ ਥਾਣੀ ਅੰਦਰ ਲੰਘਾਉਂਦੇ ਹਾਂ, ਇਕੱਲਾ ਇਕੱਲਾ ਦਾਣਾ ਪਾਣੀ ਦਾ ਤੁੱਪ ਕੇ ਤੱਕ ਉਹਦੇ ਲੇਖੇ 'ਚ ਹੈ, ਕਿਉਂਕਿ ਉਹ ਤੋਂ ਬਿਨਾਂ ਹੈ ਕੁਛ ਨਹੀਂ। ਇਹ ਮਾਂ ਧਰਤੀ ਵੀ ਉਹਦਾ ਰੂਪ ਹੈ, ਸਾਨੂੰ ਬਣਾਉਣ ਵਾਲੇ ਚਲਾਉਣ ਵਾਲੇ ਵੀ ਉਹਦਾ ਰੂਪ ਹੈ, ਮਾਤਾ ਦੇ ਰੂਪ 'ਚ ਵੀ ਹਰੀ ਆਪ ਹੀ ਆ, ਪਿਤਾ ਦੇ ਰੂਪ 'ਚ ਵੀ ਆਪ ਹੀ ਹੈ, ਭੈਣ ਭਰਾਵਾਂ ਦੋਸਤਾਂ ਮਿੱਤਰਾਂ ਦੇ ਦੁਸ਼ਮਣਾਂ ਦੇ ਰੂਪ 'ਚ ਵੀ ਆਪ ਹੀ ਹੈ। ਮਹਾਰਾਜ ਕਹਿੰਦੇ ਹਰ ਗੱਲ ਲੇਖੇ 'ਚ ਆ, ਤੇਰਾ ਹਿਸਾਬ ਕਿਤਾਬ ਬੜਾ ਹੈ। ਇਹ ਜਦੋਂ ਹਿਸਾਬ ਕਿਤਾਬ ਕਿਤੇ ਧਿਆਨ 'ਚ ਬੈਠਿਆਂ ਨੂੰ ਦੀਂਦਾ ਨਾ, ਉਦੋਂ ਹੀ ਪਤਾ ਲੱਗਦਾ ਕਿ ਇਹ ਤਾਂ ਅਸਤਿਤਵ ਦਾ ਨੰਗੀਆਂ ਤਾਰਾਂ ਹੀ ਆ। ਸੋਡਾ ਮਾੜਾ ਜਿਹਾ ਕਿਹਾ ਬੋਲ ਕਿੱਡਾ ਕੁ ਵੱਡਾ ਪਾਪ ਬਣ ਕੇ ਸਾਹਮਣੇ ਆਉਣਾ ਹੈ, ਤੁਹਾਡੀ ਮਾਰੀ ਬੋਲੀ ਤੋਂ ਕਿਸੇ ਨੇ ਕੀ ਕਰ ਜਾਣਾ ਹੈ, ਅਤੇ ਉਹਦਾ ਪੂਰਨ ਪਾਪ ਤੁਹਾਡੇ 'ਤੇ ਆ ਜਾਣਾ, ਤੁਹਾਨੂੰ ਪਤਾ ਹੀ ਨਹੀਂ ਹੈ। ਤੁਹਾਡੀ ਮਾੜੀ ਜੀ ਦਿੱਤੀ ਰਹਿ ਕਿਸੇ ਨੂੰ ਕਿਵੇਂ ਸਵਾਰ ਸਕਦੀ ਹੈ ਅਤੇ ਕਿਵੇਂ ਵਿਗਾੜ ਸਕਦੀ ਹੈ, ਸਾਨੂੰ ਕਿਹੜੀ ਪਤਾ ਹੀ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਆ ਇਹ ਜਿਹੜਾ ਸ਼ਬਦ ਆ ਨਾ, ਜਿਹੜਾ ਆਪਾਂ ਬੋਲਦੇ ਹਾਂ, ਇਹ ਵੀ ਗੁਰੂ ਰੂਪ ਆ, ਉਹਦੇ ਬੰਦੀਆਂ ਆਉਂਦਾ, ਇਹਦੀ ਸੋਚ ਸਮਝ ਕੇ ਵਰਤੋਂ ਕਰੋ। ਇਸੇ ਕਰਕੇ ਜਿਹੜੇ ਗੁਰਮੁਖ ਲੋਕ ਆ, ਹੌਲੀ ਹੌਲੀ ਚੁੱਪ ਹੁੰਦੇ ਜਾਂਦੇ ਆ, ਜਿੱਥੋਂ ਤਿੱਕਰ ਹੋ ਸਕੇ ਫਾਲਤੂ ਗੱਲਬਾਤ ਤੋਂ ਪਿੱਛੇ ਹਟ ਜਾਂਦੇ ਆ। ਕਹਿੰਦੇ ਤੇਰੇ ਲੇਖੇ ਚਾਹੇ ਸਾਸ, ਇਹ ਪਵਨ ਗੁਰੂ ਤੇਰੇ ਨਾਲ ਜੁੜਿਆ ਹੋਇਆ, ਤੇਰੇ ਕੋਲ ਲੇਖਾ ਅੰਤਰ ਗੁਰਮੁਖ ਤੂੰ ਵਸ ਹੈ, ਜਿਉਂ ਭਾਵੈ ਤਿਉਂ ਨਿਰਜਾਸ। ਜਦੋਂ ਅੰਦਰ ਜਾ ਕੇ ਦੇਂਦਾ ਨਾ ਸਿਸਟਮ ਨੂੰ ਸਾਰੇ ਨੂੰ ਗੁਰਮੁਖ, ਪਤਾ ਲੱਗਦਾ ਕਿ ਸਾਡੇ ਨਾ ਇੱਥੇ ਇੱਕ ਚੱਕਰ ਹੈ, ਜਿਹਨੂੰ ਮੈਡੂਲਾ ਚੱਕਰ ਕਹਿੰਦਾ ਵਿਗਿਆਨ ਵੀ, ਉਹਦੇ ਵਿੱਚ ਆ ਸਾਡੀ ਸਾਰੀ ਤੰਦ, ਉੱਥੋਂ ਸਾਡਾ ਸਿਸਟਮ ਚੱਲਦਾ ਹੈ। ਅਤੇ ਜਿਹੜੇ ਲੋਕ ਪੁਰਾਣੇ ਜਾਣਕਾਰ ਆ ਉਹ ਵੀ ਇਹ ਗੱਲ ਨੂੰ ਸਮਝਦੇ ਆ, ਇੱਥੇ ਇੱਕ ਹਿਸਾਬ ਕਿਤਾਬ ਆ ਜਿਹੜਾ ਸਾਨੂੰ ਚਲਾਉਂਦਾ, ਉਹ ਸਾਨੂੰ ਦਰਸ਼ਨ ਦਦਾਰੇ ਹੁੰਦੇ ਆ ਜਦੋਂ ਅਸੀਂ ਧਿਆਨ 'ਚ ਜਾਂਦੇ ਹਾਂ। ਅੰਤਰ ਗੁਰਮੁਖ ਤੂੰ ਵਸ ਹੈ, ਅੰਦਰ ਤੂੰ ਵੱਸਦਾ, ਤੇਰੀ ਜੋਤ, ਤੇਰਾ ਨੂਰ, ਤੇਰਾ ਪ੍ਰਕਾਸ਼ ਵੱਸਦਾ ਹੈ। ਉਹ ਪ੍ਰਕਾਸ਼ ਨੂੰ ਇੰਟੈਲੀਜੈਂਸ ਕਿਉਂ ਕਿਹਾ, ਸਮਝ ਕਿਉਂ ਕਿਹਾ, ਬੂਝ ਕਿਉਂ ਕਿਹਾ? ਕਿਉਂਕਿ ਉਹ ਆਪਣੇ ਆਪ 'ਚ ਹੀ ਐਸੀ ਆ, ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਦਿਮਾਗ ਨੂੰ ਕਿਵੇਂ ਚਲਾਈ ਜਾਂਦਾ। ਸਾਨੂੰ ਤਾਂ ਹੁਣ ਮਾੜਾ ਜਿਹਾ ਸਾਹਮਣੇ ਆਉਣ ਲੱਗਿਆ ਜਦੋਂ ਟੈਸਟ ਆਇਆ ਵੀ ਜਿੰਨਾ ਬੋਝ ਆ ਸਾਡਾ, ਸਾਡਾ ਲੀਵਰ ਚੱਕਦਾ। ਜੇ ਸਾਡੇ 'ਤੇ ਖੁਸ਼ੀ ਆਉਂਦੀ ਆ, ਉਦਾਸੀ ਆਉਂਦੀ ਹੈ, ਚਿੱਤ ਭੈੜਾ ਹੁੰਦਾ, ਕੁਛ ਹਾਜ਼ਮੇ ਨਹੀਂ ਆਉਂਦਾ, ਵਿਗਾੜ ਹੀ ਵਿਚਾਰੇ ਚਿਹਰੇ 'ਚ ਹੁੰਦਾ, ਗਲਤ ਖਾਣ ਪੀਣ ਨਾਲ, ਸਾਨੂੰ ਤਾਂ ਹੁਣ ਵਿਗਿਆਨ ਦੱਸਦਾ ਵੀ ਇਹ ਇੰਨੇ ਫੰਕਸ਼ਨ ਕਰਦਾ, ਤੁਹਾਡੇ ਜਨਮ ਤੋਂ ਲੈ ਕੇ ਮੌਤ ਤੱਕ ਸਾਰੇ ਰਸ ਜਿੰਨੇ ਤੁਹਾਨੂੰ ਚਾਹੀਦੇ ਆ ਵਿਚਾਰੇ, ਇਹਦੇ 'ਤੇ ਬੋਝ ਹੈ, ਇਹਨੂੰ ਮਾੜਾ ਮੋਟਾ ਖਾਲੀ ਰੱਖੋ, ਇਹਦਾ ਵੀ ਧਿਆਨ ਦਿਓ। ਅਤੇ ਮਹਾਰਾਜ ਕਹਿੰਦੇ ਤੂੰ ਆਪ ਹੀ ਵੱਸਦਾ, ਕਿਵੇਂ ਚਲਾ ਰਿਹਾ,
ਅੰਤਰ ਗੁਰਮੁਖ ਤੂੰ ਵਸ ਹੈ ਜਿਉਂ ਭਾਵ ਹੈ। ਜਿਵੇਂ ਤੇਰਾ ਕਾਨੂੰਨ ਹੈ, ਤੇਰਾ ਲਾਓ ਆ, ਤੇਰਾ ਹੁਕਮ ਹੈ, ਤੇਰਾ ਭਾਣਾ ਹੈ, ਤਿਉਂ ਨਿਰਜਾਸ ਤੂੰ ਉਵੇਂ ਹੀ ਕਰਦਾ, ਉਵੇਂ ਹੀ ਵੇਖਦਾ, ਉਵੇਂ ਹੀ ਸੰਭਾਲਦਾ। ਇਹ ਤੇਰੇ ਆਪਣੇ ਹੀ ਹੱਥ ਹੈ ਮਾਲਕਾ। ਜੀ ਅਰੇ ਰਾਮ ਜਪਤ ਮਨ ਮਾਣ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆ, ਕਹਿੰਦੇ ਜਿਹੜਾ ਉਹ ਮਾਲਕ ਆ ਨਾ, ਉਹ ਰਮਿਆ ਹੋਇਆ, ਰਾ ਅਤੇ ਮਾਂ ਉਹਦਾ ਪਾਸਵਰਡ ਹੈ। ਕਹਿੰਦੇ ਇਹਨੂੰ ਜਪ ਲਾ। ਜੀ ਅਰੇ ਐ ਮਣਾ, ਜੇ ਤਾਂ ਤੂੰ ਬਾਹਰ ਮੁਖੀ ਰਹਿਣਾ, ਫਿਰ ਤਾਂ ਕੁਝ ਵੀ ਕਰਦਾ ਹੀ ਹੈ ਤੂੰ। ਜੇ ਅੰਤਰਮੁਖ ਹੋਣਾ, ਅੰਦਰੋਂ ਖੋਲ੍ਹਣਾ ਹਰ ਹਿਰਦੇ ਨੂੰ, ਤਾਂ ਉਹਦਾ ਜਿਹੜਾ ਪਾਸਵਰਡ ਆ ਉਹ ਰਾਮ। ਜੀ ਅਰੇ ਰਾਮ ਜਪ, ਤੇ ਇਹਨੂੰ ਜਪ ਪਹਿਲਾਂ ਤਾਂ। ਕਾਹਦੇ ਨਾਲ? ਜੀਵਨਾ ਬੈਖਰੀ ਬਾਣੀ ਨਾਲ ਬੋਲ ਬੋਲ ਕੇ ਜਪ, ਫਿਰ ਇਹਨੂੰ ਮੱਧਮ ਕਰ ਲਈ, ਹੌਲੀ ਹੋ ਜੀ, ਗਲੇ 'ਚ ਹੀ ਆਵਾਜ਼ ਆਵੇ, ਇਕੱਲੇ ਬੁੱਲ ਹੀ ਫਰਕਣ। ਤੀਜੀ ਸਟੇਜ ਹੈ ਨਾ ਬੁੱਲ ਫਰਕਣ ਨਾ ਜੀਵ ਹੱਲੇ, ਤੈਨੂੰ ਹਿਰਦੇ ਦੇ ਵਿੱਚ ਰਾਮ ਰਾਮ ਚੱਲਦਾ ਸੁਣੇ ਤੂੰ, ਵੇਖੇ ਇਹਨਾਂ ਨੂੰ, ਅੱਖਰਾਂ ਨੂੰ ਅੰਦਰ, ਇਹਦੀ ਧੁਨੀ ਨੂੰ ਮਹਿਸੂਸ ਕਰੇ ਅੰਦਰ ਸਾਹਾਂ 'ਚ, ਆਪਣੇ ਹਿਰਦੇ 'ਚ। ਚੌਥੀ ਸਟੇਜ ਆ ਕਿ ਜਿੱਥੋਂ ਅੱਖਰ ਪੈਦਾ ਹੁੰਦੇ ਆ, ਜਿੱਥੋਂ ਸਾਹ ਨਾਭੀ ਕੇਂਦਰ ਨੂੰ ਟੱਚ ਕਰਕੇ ਮੁੜਦਾ ਅਤੇ ਹਵਾ ਸ਼ਬਦ ਬਣਾਉਂਦੀ ਹੈ, ਉੱਥੇ ਜਾ ਕੇ ਤੂੰ ਮਹਿਸੂਸ ਕਰੇਗਾ ਕਿ ਰਾਮ ਤੋਂ ਪਹਿਲਾਂ ਵੀ ਗੁਰੂ ਬੈਠਾ, ਪਵਨ ਗੁਰੂ ਸਾਹ ਜਿਹੜਾ ਰਾਮ ਨੂੰ ਬਣਾਉਂਦਾ, ਜਿਹਦੇ 'ਚ ਰਾਮ ਰਮਿਆ ਹੋਇਆ, ਪ੍ਰਾਣਾਂ ਦੇ ਵਿੱਚ ਪ੍ਰਾਣਪਤੀ ਵਸਿਆ ਹੋਇਆ, ਇੱਥੇ ਜਾ ਕੇ ਤੇਰੀ ਸਾਂਝ ਪੈਣੀ ਹੈ ਜਾਗਰਤ ਸ਼ਕਤੀ ਨਾਲ, ਪ੍ਰਾਣਾਂ ਦੀ ਸ਼ਕਤੀ ਨਾਲ, ਅਤੇ ਤੂੰ ਮਨ ਨੂੰ ਬੁਝਾ ਲਾ ਇਹਨੂੰ ਜਪਣ 'ਤੇ। ਇਸ ਪਾਸੇ ਲਾਲਾ ਆਉਂਦੇ ਜਾਂਦੇ ਸਵਾਸਾਂ ਨੂੰ ਧਿਆਨ ਨਾ ਵੇਖੀ, ਤੈਨੂੰ ਅੰਦਰ ਦੀ ਮੰਜ਼ਿਲ ਲੱਭ ਜੂਗੀ। ਗੁਰੂ ਨਾਨਕ ਸਾਹਿਬ ਦਾ ਹੁਕਮ। ਜੀ ਅਰੇ ਰਾਮ ਜਪਤ ਮਨ ਮਾਣ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ ਰਹਾਉ। ਕਹਿੰਦੇ ਜਿਵੇਂ ਜਿਵੇਂ ਜਪੇਗਾ ਨਾ, ਯਕੀਨ ਮੰਨੀਏ ਗੱਲ ਦਾ, ਕਿਉਂਕਿ ਗੁਰੂ ਦਾ ਬਚਨ ਅਟਲ ਹੁੰਦਾ। ਕਹਿੰਦੇ ਜਿਵੇਂ ਜਿਵੇਂ ਜਪੇਗਾ, ਤੇਰੇ ਅੰਦਰ ਜਿਹੜੀ ਸੜਨ ਹੋ ਰਹੀ ਆ ਨਾ, ਈਰਖਾ ਹੋ ਰਹੀ ਆ, ਦਵੈਸ ਹੋ ਰਿਹਾ, ਦੂਜਾ ਭਾਉ ਉੱਠ ਰਿਹਾ, ਅੰਤਰ ਲਾਗੀ ਜਲ ਬੁਝੀ, ਇਹਦੇ 'ਚ ਐਸੀ ਪਾਵਰ ਹੈ ਰਾਮ 'ਚ, ਤੇਰੇ ਅੰਦਰ ਦੀ ਤ੍ਰਿਸ਼ਨਾ ਬੁੱਝ ਜੂਗੀ, ਤੇਰਾ ਹਿਰਦਾ ਸ਼ਾਂਤ ਹੋਜੂ, ਤੇਰੇ ਅੰਦਰ ਇੱਕ ਕਲੀਅਰਟੀ ਆਊਗੀ। ਕਾਹਦੇ ਨਾਲ? ਪਾਇਆ ਗੁਰਮੁਖ ਗਿਆਨ, ਤੈਨੂੰ ਅੰਦਰੋਂ ਹੀ ਇੱਕ ਪ੍ਰਕਾਸ਼, ਇੱਕ ਗਿਆਨ, ਇੱਕ ਸਦਬੁੱਧੀ ਮਿਲੂਗੀ। ਇਹ ਸ਼ੁਰੂਆਤ ਕਿੱਥੋਂ ਕਰਨੀ ਹੈ? ਜਪਣ ਤੋਂ। ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਸਿਖਾ ਰਹੀ ਹੈ, ਰਹਾਓ ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸੰਕ ਉਤਾਰ। ਕਹਿੰਦੇ ਸੰਕੇ ਛੱਡ ਦੇ, ਕੀ ਜਪਾਂ ਕੀ ਨਾ ਜਪਾਂ, ਅੰਦਰ ਦੀ ਮੈਲ ਵੀ ਕੱਟ ਦੂਗਾ। ਜਪਣਾ ਸ਼ੁਰੂ ਕਰ ਗੁਰੂ ਦੇ ਆਖੇ ਲੱਗ ਕੇ। ਅੰਤਰ ਕੀ ਗਤ ਜਾਣੀਐ, ਤੇਰੇ ਅੰਦਰ ਦੀ ਗਤੀ ਕੀ ਹੈ, ਤੇਰੇ ਅੰਦਰ ਹੈ ਕੀ? ਅੱਜ ਜਿਹੜੇ ਵੱਡੇ ਵੱਡੇ ਗ੍ਰੰਥ ਲਿਖੇ ਹੋਏ ਨਾ, 72,000 ਨਾੜੀਆਂ, ਇੜਾ ਪਿੰਗਲਾ ਸੁਖਮਣਾ ਹੈ, ਰੀੜ੍ਹ ਦੀ ਹੱਡੀ ਦੇ ਇੰਨੇ ਮਣਕੇ ਆ, ਇਹਦੇ 'ਚ ਸੁਖਮਣਾ ਇਹ ਲੰਘਦੀ ਹੈ, ਉਹਨਾਂ ਨੇ ਲਿਖਿਆ ਜਿਨ੍ਹਾਂ ਨੇ ਅੰਦਰ ਜਾ ਕੇ ਦੇਖੇ ਆ। ਇਹ ਦਿਸਣਗੇ ਸਾਰਾ ਕੁਝ, ਪ੍ਰਕਾਸ਼ਮਾਨ ਹੋ ਜਾਂਦਾ ਜੋ ਤੇਰੀ ਸੁਰਤ ਅੰਦਰ ਜਾਂਦੀ ਹੈ, ਜਿਵੇਂ ਤੈਨੂੰ ਬਾਹਰ ਦਿੰਦਾ ਹੈ, ਅੰਦਰ ਦੀ ਗਤੀ ਦਾ ਪਤਾ ਲੱਗੂ, ਤੇਰੀ ਨਬਜ਼ ਸੁਣੂਗੀ ਤੈਨੂੰ ਟਿੱਕ ਟਿੱਕ ਚੱਲਦੀ, ਖੂਨ ਦੀ ਗਤੀ ਵੀ ਸੁਣੂਗੀ, ਹਿਰਦੇ ਦੀ ਧੜਕਣ ਵੀ ਸੁਣੂਗੀ, ਸਾਰਿਆਂ ਨਾਲ ਵਾਹ ਪਊ। ਅੰਤਰ ਕੀ ਗਤ ਜਾਣੀ ਹੈ, ਗੁਰ ਮਿਲੀਐ ਸੰਕ ਉਤਾਰ। ਪਵਨ ਗੁਰੂ ਅੰਦਰ ਹੀ ਆ, ਇਹ ਗੁਰੂ ਨੂੰ ਮਿਲ, ਤੇਰੇ ਨਾਲ ਬੈਠਾ ਇਹ ਹਰੀ, ਇਹ ਰਮਿਆ ਹੋਇਆ ਰਾਮ ਤੇਰੇ ਅੰਦਰ ਹੈ, ਸਾਰੇ ਸੰਕੇ ਉਤਾਰ ਕੇ ਸਰਦਾ ਨਾ ਚਰਨੀ ਪੈ ਜਾ, ਅੰਦਰ ਨੂੰ ਸਮਰਪਿਤ ਹੋ ਜਾ, ਤੇਰੇ ਅੰਦਰ ਹੀ ਸਾਰਾ ਕੁਛ ਹੈ, ਹਰ ਵਿਧਾਨ ਹਰ ਚੀਜ਼ ਤੇਰੇ ਅੰਦਰ ਹੈ। ਮੋਇਆ ਜਿੱਤ ਘਰ ਜਾਈਐ, ਤਿੱਤ ਜੀਵਦਿਆਂ ਮਰ ਮਾਰ। ਕਿੱਡੀ ਵੱਡੀ ਗੱਲ ਸਤਿਗੁਰੂ ਦੱਸ ਰਹੇ ਹੈ। ਕਹਿੰਦੇ ਤੂੰ ਜਾਪ ਸ਼ੁਰੂ ਕਰ, ਤੇਰਾ ਵਾਹ ਇੰਨਾ ਪੈਂਦਾ ਜਾਣਾ, ਤੈਨੂੰ ਅੰਦਰ ਦੀ ਗਤੀ ਦੀ ਇੰਨੀ ਸਮਝ ਆ ਜਾਣੀ ਆ,
राम राम का जाप करें मर के जिथे जाइदा हर बंदे नू संसाना बनूगी है कि क्योंकि नरका स्वर्गां दे नां ते बड़ियां भाजड़ां पाईआं होईआं जिवें कोई दुश्मन हुंदा रब मालक कहिंदे मोया जित कर जाइए मर के जिथे जाइदा ना तित जीवदिआं मर मार तेरे हाथ इक निधि आ जाणी आ कि विधि आ जाणी आ उन्हां सुन समाधियां दी उह सचखंड दी उह दरबारां दी गुरु ने तैनूं शैर करा देणी आ वी आह मसला सारा इत्थों ही तूं गया आ बैठिया तेरे ठुले वाले जिन्हां चों गया आ तेरा रूप आ ते इत्थी तूं आउणा उह गल पता लगण तों बाद एक गुरमुख नूं एक साधु नूं इत्थे रहना बहुत औखा हो जांदा है सच्ची खल जगणा इत्थे फिर तां गुरु डंडे नाल रोकदा वी जिन्ने साह दे के तुरे आ हुक्म च इत्थे प्रचार कर दूजिआं नूं सिद्धे राह पा जो तैनूं मिलिआ होरां नूं वंड दे रहना तैनूं इत्थी पैणा है जिवें सरकार कानून बनांदी आ वी 2 साल सरकारी हस्पताल च डॉक्टरी करनी पैणी आ प्राइवेट बाद च खोलनी ਇਹ ਉੱਥੋਂ ਦਾ ਦਰ ਦਿਸ ਜਾਂਦਾ ਸਾਧੂ ਨੂੰ ਜਿੱਥੇ ਮਰ ਕੇ ਜਾਂਦੇ ਆ ਜੀਵ ਜਿੱਥੇ ਸਾਰਿਆਂ ਦਾ ਹਿਸਾਬ ਕਿਤਾਬ ਹੈ ਮੋਇਆ ਜਿੱਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ ਜਿਉਂਦੇ ਜੀ ਉੱਥੋਂ ਦਾ ਹਰ ਹਾਲਾਤ ਪਤਾ ਲੱਗ ਜਾਂਦਾ ਅਣਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਹੁਣ ਸਾਨੂੰ ਡਰਾਇਆ ਜਾਂਦਾ ਵੀ ਉੱਥੇ ਬਾਹਲੇ ਤੇਲ ਦੇ ਕੜਾਹੇ ਆ ਆਹ ਬਾਬਾ ਨਾਨਕ ਕਹਿੰਦਾ ਵੀ ਉੱਥੇ ਤਾਂ ਅਣਹਦ ਨਾਦ ਹੀ ਚੱਲਦੇ ਆ ਆਹ ਜਿਹੜਾ ਕੀਰਤਨ ਇੱਥੇ ਮੈਂ ਕਰ ਕਰਕੇ ਦਿਖਾਇਆ ਨਾ ਇਹ ਕੀਰਤਨ ਉੱਥੋਂ ਹੀ ਲੈ ਕੇ ਆਇਆ ਜਿਹੜੀ ਮੈਂ ਇੱਕ ਦੀ ਗੱਲ ਕਰਦਾ ਮਾਲਕ ਦੇ ਦਰ ਤੋਂ ਅਕਾਲ ਪੁਰਖ ਤੋਂ ਲੈ ਕੇ ਆਇਆ ਉਹ ਇੱਕ ਦਾ ਹੀ ਸਾਰਾ ਕੁਛ ਹੈ ਇੱਕ ਦਾ ਹੀ ਨਾਦ ਹੈ ਅਣਹਦ ਸ਼ਬਦ ਸੁਹਾਵਣੇ ਆਹ ਜਿਹੜੀ ਤੁਰਕੀ ਬਾਣੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਉੱਥੋਂ ਦੀ ਗੱਲ ਦੱਸ ਰਿਹਾ ਅਣਹਦ ਸ਼ਬਦ ਹਰ ਵੇਲੇ ਸੁਹਾਵਣੇ ਇਹ ਤਾਂ ਜਿਹੜੇ ਬੰਦੇ ਨਾਮ ਵੀ ਨਹੀਂ ਨਾ ਜਪਦੇ ਜਿਨ੍ਹਾਂ ਨੂੰ ਅਧਿਆਤਮ ਨਾਲ ਕੋਈ ਸੰਬੰਧ ਨਹੀਂ ਵੈਸੇ ਹੀ ਆ ਵਿਚਾਰੇ ਆਪਦੀ ਦੁਨੀਆ 'ਚ ਜਿਉਂ ਰਹੇ ਆ ਉਹ ਵੀ ਕਦੇ ਕਦੇ ਮਹਿਸੂਸ ਕਰਦੇ ਆ ਵੀ ਆ ਰਮਣੀਕ ਥਾਂ 'ਤੇ ਜਾ ਕੇ ਹਰੇ ਬਾਈ 'ਚ ਜਾ ਕੇ ਜਿੱਥੇ ਪਾਣੀ ਦੇ ਝਰਨੇ ਵਹਿੰਦੇ ਆ ਚੰਗਾ ਚੰਗਾ ਕਿਉਂ ਲੱਗਦਾ ਪਰ ਉਹਨਾਂ ਨੇ ਕਦੇ ਸੋਚਿਆ ਨਹੀਂ ਹੁੰਦਾ ਕਿ ਇਹ ਚੰਗਾ ਤਾਂ ਲੱਗਦਾ ਅਸੀਂ ਪਹਿਲਾਂ ਇਹੋ ਜਿਹੀ ਥਾਂ ਤੋਂ ਹੀ ਆਏ ਹਾਂ ਕਿਤੋਂ ਜਦੋਂ ਕਿਸੇ ਸੰਗੀਤਕ ਮਹਿਫਲ 'ਚ ਬਹਿੰਦੇ ਆ ਕਿਤੇ ਇਹੋ ਜਿਹੀ ਜਗ੍ਹਾ 'ਤੇ ਜਾਂਦੇ ਆ ਜਿੱਥੇ ਰਸ ਵਰਤਾਇਆ ਜਾ ਰਿਹਾ ਰਸ ਦੇ ਵਿੱਚ ਮਗਨ ਹੈ ਸੰਗੀਤ ਚੱਲ ਰਿਹਾ ਉਹਨਾਂ ਨੂੰ ਅਤੀ ਚੰਗਾ ਲੱਗਦਾ ਵੀ ਜੀਵਣਾ ਹੀ ਹੋਵੇ ਸਾਰਾ ਉਹਨਾਂ ਨੂੰ ਪਤਾ ਨਹੀਂ ਇਹ ਉੱਥੋਂ ਦੇ ਦ੍ਰਿਸ਼ ਹੀ ਆ ਉਹਦੀ ਨਕਲ ਹੈ ਸਾਰਾ ਕੁਛ ਉੱਥੇ ਹੋ ਰਿਹਾ ਤਾਂ ਹੀ ਉਹਦੀ ਵਾਪਸੀ ਬਾਰੇ ਇੰਨੀ ਲਟੋਪੀ ਹੋ ਰਹੀ ਹੈ ਅਣਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਪਾਓਗੇ ਤਾਂ ਜੇ ਗੁਰੂ ਦੀ ਵਿਚਾਰ 'ਤੇ ਚੱਲੋਗੇ ਗੁਰੂ ਦੇ ਦਿੱਤੇ ਜਾਪ ਨੂੰ ਮੰਤਰ ਨੂੰ ਜਪੋਗੇ ਉਸੇ ਰਾਹ ਤੁਰੋਂਗੇ ਹੁਣ ਇੱਕ ਬੰਦਾ ਕਿਸੇ ਦੇ ਮੋਟਰ ਚੱਲਦੀ ਦੇਖਿਆ ਆਉਂਦਾ ਆਨੰਦ ਮਾਣਦੇ ਦੇਖਿਆ ਆਉਂਦਾ ਉਹਨਾਂ ਦੇ ਬੱਚੇ ਨਹਾਉਂਦੇ ਪਾਣੀ ਲਾਉਂਦੇ ਫਸਲਾਂ ਹੁੰਦੀਆਂ ਅਤੇ ਕਹਿੰਦਾ ਵੀ ਇਹ ਹੋਇਆ ਕਿਵੇਂ ਅਤੇ ਉਹ ਘਰ ਦੇ ਮਾਲਕ ਨੇ ਦੱਸਤਾ ਭਾਈ ਪੈਪਾਂ ਮੰਗਾ ਕੇ ਮਿਸਤਰੀ ਸੱਦ ਕੇ ਬੋਰ ਕੀਤਾ 2.5 ਲੱਖ ਲੱਗਿਆ ਕਹਿੰਦਾ ਪੈਸਾ ਤਾਂ ਮੇਰੇ ਕੋਲ ਬੇਥਾ ਪਿਆ ਪਾਣੀ ਬਿਨਾਂ ਪਿਆਸੇ ਮਰਦੇ ਹੈ ਉਹ ਕਹਿੰਦਾ ਫਿਰ ਆਹ ਚੱਕ ਐਡਰੈਸ ਉਹਨੂੰ ਸੱਦ ਕੇ ਲਵਾ ਲਈ ਹੁਣ ਜਿਹਨੇ ਉਹਨੂੰ ਮਿਸਤਰੀ ਨੂੰ ਫੋਨ ਨਹੀਂ ਕਰਨਾ ਸੱਦਣਾ ਨਹੀਂ ਪੈਪਾਂ ਪਗਾਉਣੀਆਂ ਨਹੀਂ ਇਹ ਕਾਰਜ ਕਰਨਾ ਨਹੀਂ ਉਹਦੇ ਘਰੇ ਪਾਣੀ ਦੀ ਲਹਿਰ ਵਹਿਰ ਕਿੱਥੋਂ ਆਉਣੀ ਹੈ ਗੁਰੂ ਦਾ ਦਿੱਤਾ ਬਚਨ ਜਦੋਂ ਮੰਨ ਲਾਂਗੇ ਜਪ ਲਾਂਗੇ ਧਿਆਲਾਂਗੇ ਅਣਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਗੁਰੂ ਦੇ ਬਚਨਾਂ ਦੀ ਵਿਚਾਰ ਨਾਲ ਹੀ ਇਹ ਸਾਰਾ ਕੁਛ ਮਿਲਣਾ ਹੈ ਸੋਹਣੇ ਰਸ ਸਾਡੇ ਅੰਦਰੋਂ ਝਰਨੇ ਹੈ ਸਾਨੂੰ ਉਹ ਇੱਕ ਮਿਕਤਾ ਦੀ ਅਵਸਥਾ ਦੀ ਪ੍ਰਾਪਤੀ ਹੋਣੀ ਹੈ ਅਣਹਦ ਬਾਣੀ ਪਾਈਐ ਤਹਿ ਹਉਮੈ ਹੋਏ ਬਿਨਾਸ਼ ਇੱਥੇ ਨਾ ਬੰਦੇ ਨੂੰ ਇੱਕ ਭੁਲੇਖਾ ਕਹਿੰਦਾ ਬੰਦਾ ਸਾਰਾ ਕੁਛ ਕਰਦਾ ਤਾਂ ਹੋ ਰਿਹਾ ਆਹ ਜੇ ਵਿਗਿਆਨੀਆਂ ਨੇ ਐਂ ਕੀਤਾ ਤਾਂ ਹੀ ਬਣਿਆ ਉਹ ਇੱਕ ਗੱਲ ਭੁੱਲ ਜਾਂਦਾ ਕਿ ਜਿਹੜਾ ਰੀਅਲ ਪਦਾਰਥ ਹੈ ਜਿਹਦੇ 'ਤੇ ਵਿਗਿਆਨੀ ਮੱਥਾ ਮਾਰ ਕੇ ਕਰ ਰਹੇ ਆ ਉਹਦੇ 'ਚੋਂ ਚੀਜ਼ਾਂ ਪਾਈਆਂ ਕਿਹਨੇ ਆ ਜਿਹੜੀਆਂ ਸਾਹਮਣੇ ਆ ਰਹੀਆਂ ਵਿਗਿਆਨ ਨੇ ਖੋਜ ਕੇ ਦੱਸਤਾ ਕਿ ਪਹਾੜੀ 'ਚ ਤਾਂਬਾ ਇਹਦੇ 'ਚ ਸਿਉਣਾ ਇਹਦੇ 'ਚ ਆ ਉਹ ਦੱਸਿਆ ਤਾਂ ਜੇ ਪਹਿਲਾਂ ਹੈਗਾ ਇਹ ਜੋ ਵੀ ਬਣਿਆ ਇਹ ਪਹਿਲਾਂ ਅਸਤਿਤਵ ਦੇ ਕੋਲ ਪਿਆ ਉਹ ਤਾਂ ਬਣਦਾ ਹੈ ਅਤੇ ਮਹਾਰਾਜ ਕਹਿੰਦੇ ਜਦੋਂ ਕੋਈ ਅਣਹਦ ਬਾਣੀ ਨਾਲ ਜੁੜਦਾ ਨਾ ਉੱਥੋਂ ਦਾ ਸੈਰ ਸਪਾਟਾ ਕਰਦਾ ਇੱਧਰ ਨੂੰ ਜਾਂਦਾ ਉਹਦੀ ਹਉਮੈ ਦਾ ਵਿਨਾਸ਼ ਹੋ ਜਾਂਦਾ
ਉਹਨੂੰ ਪਹਿਲੀ ਵਾਰ ਪਤਾ ਲੱਗਦਾ ਕਿ ਸਭ ਕੁਝ ਆਪੇ ਆਪ ਹੋ ਰਿਹਾ, ਜਿਹੜਾ ਕਰਨ ਕਰਾਉਣ ਵਾਲਾ ਸਿੱਧਾ ਦਿਸਦਾ ਨਹੀਂ ਹੈ, ਆਟੋਮੈਟਿਕ ਚੱਲ ਰਿਹਾ ਦੇਖ ਕੇ ਉਹਦੀ ਹਉਮੈ ਦਾ ਨਾਸ ਹੋ ਜਾਂਦਾ ਹੈ, ਕਿਉਂਕਿ ਸਾਰਾ ਕੁਝ ਸੱਚੀ ਹੋ ਹੀ ਰਿਹਾ। ਅਤੇ ਜੇ ਅਸੀਂ ਆਪ ਦੇ ਨਾਲ ਵੀ ਧਿਆਨ ਲਾਵਾਂਗੇ ਨਾ, ਬੈਠਾਂਗੇ, ਸਾਨੂੰ ਪਤਾ ਲੱਗੂ ਨਬਜ਼ ਅਸੀਂ ਚਲਾ ਨਹੀਂ ਰਹੇ, ਚੱਲ ਰਹੀ ਆ, ਖੂਨ ਗਰਦਸ ਕਰ ਰਿਹਾ, ਸਾਹ ਚੱਲ ਰਹੇ ਆ, ਲੀਵਰ ਕੰਮ ਕਰ ਰਿਹਾ, ਦਿਲ ਧੜਕ ਰਿਹਾ, ਹੋ ਰਿਹਾ ਸਾਰਾ ਕੁਛ, ਅਸੀਂ ਤਾਂ ਇਹਦੇ ਗਵਾਹ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਵਾਣੈ ਤਾਸ। ਕਹਿੰਦੇ ਜਿਹੜਾ ਆਪਣੇ ਸਤਿਗੁਰੂ ਨੂੰ ਸੇਵ ਲੈਂਦਾ, ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਲੈਂਦਾ, ਸਤਿਗੁਰੂ ਦੇ ਕਹੇ ਬਚਨਾਂ ਨੂੰ ਮੰਨ ਲੈਂਦਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹ ਤੋਂ ਕੁਰਬਾਨ ਜਾਂਦੇ ਹਾਂ ਉਸ ਤੋਂ। ਹੁਣ ਇਹ ਗੱਲ ਨੂੰ ਤੁਸੀਂ ਵੱਡੇ ਪੱਧਰ 'ਤੇ ਵਿਚਾਰੋ ਵੀ ਜਿਹੜੇ ਟਾਈਮ ਗੁਰੂ ਨਾਨਕ ਸਾਹਿਬ ਗੱਲ ਕਰ ਰਹੇ ਹੈ, ਉਹ ਇਹ ਨਹੀਂ ਸੱਦਾ ਦੇ ਰਹੇ ਵੀ ਲੋਕੋ ਮੈਂ ਸਤਿਗੁਰੂ ਆਇਆ ਦੁਨੀਆ 'ਤੇ, ਮੇਰੀ ਸਰਨਾ ਜੋ ਮੈਂ ਤੁਹਾਨੂੰ ਬਖਸ਼ੂ ਸਾਰਾ ਕੁਛ, ਮੈਥੋਂ ਬਿਨਾਂ ਕੋਈ ਨਹੀਂ ਹੈ ਸੰਸਾਰ 'ਚ। ਇਹ ਪ੍ਰਚਾਰ ਉਦੋਂ ਦੀ ਦੁਨੀਆ ਦੇ ਜਿਹੜੇ ਠੱਗ ਟਾਈਪ ਲੋਕ ਸੀ ਉਹ ਕਰਦੇ ਸੀ, ਕਹਿੰਦੇ ਸੀ ਵੀ ਅਸੀਂ ਗੁਰੂ ਹਾਂ ਸਾਡੀ ਸਰਨਾ ਜੋ। ਨਾਨੂ ਨਾਂ ਦਾ ਪੰਡਿਤ ਕਹਿ ਕਹਿੰਦਾ ਹੁੰਦਾ ਸੀ, ਕਹਿੰਦਾ ਜਿਹੜਾ ਗ੍ਰੰਥਾਂ 'ਚ ਲਿਖਿਆ ਨਾਨਕੋ ਨਾਨਕ ਮੈਂ ਹੀ ਹਾਂ, ਪਰ ਜਿੱਦੇ ਬਾਬੇ ਨਾਨਕ ਨਾਲ ਮੇਲ ਹੋਇਆ ਉਹਦੇ ਹੱਥ ਖੜ੍ਹੇ ਕਰਕੇ ਚੱਲਣੀ ਪੈ ਗਿਆ, ਕਹਿੰਦਾ ਮੈਂ ਝੂਠ ਹੀ ਬੋਲਦਾ ਸੀ ਪਰ ਹੁਣ ਮੈਨੂੰ ਸਹੀ ਰਾਹ ਦੇ ਦਿਓ। ਦਿੱਤਾ ਬਾਬੇ ਨੇ, ਮੰਜੀ ਬਖਸ਼ੀ, ਪ੍ਰਚਾਰਕ ਬਣਾਇਆ। ਹੁਣ ਇੱਥੇ ਇੱਕ ਸੱਦਾ ਦੇ ਰਹੇ ਹੈ, ਜਿਵੇਂ ਇੱਕ ਰਾਜਾ ਜਾਂ ਮੁੱਖ ਮੰਤਰੀ ਕਹੇ ਭਾਈ ਤੁਹਾਡਾ ਜਿਹੜਾ ਜਿਹੜਾ ਵੀ ਕੰਮ ਹੈ ਹੁਣ ਬਾਹਲੇ ਥਾਈਂ ਨਹੀਂ ਭਟਕਣਾ ਪਊ, ਸੁਵਿਧਾ ਕੇਂਦਰ ਚਲੇ ਜਾਇਓ। ਉਸੇ ਤਰ੍ਹਾਂ ਗੁਰੂ ਸਾਹਿਬ ਹੋਕਾ ਦੇ ਰਹੇ ਆ ਕਿ ਸਤਿਗੁਰ ਸੇਵੇ ਆਪਣਾ, ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ, ਸਤਿਗੁਰੂ ਨੂੰ ਢੂੰਡ ਲੈਂਦਾ ਜਾਂ ਸਤਿਗੁਰੂ ਦਾ ਬਣ ਜਾਂਦਾ, ਹੁਣ ਸਦ ਕੁਰਬਾਨੈ ਤਾਸ, ਕਹਿੰਦੇ ਅਸੀਂ ਉਹ ਤੋਂ ਕੁਰਬਾਨ ਜਾਂਦੇ ਹਾਂ। ਕਿਉਂਕਿ ਗੁਰੂ ਸਾਧੂ ਸਤਿਗੁਰੂ ਸੰਤ ਪੂਰੇ ਵਰਲਡ ਦੇ ਵਿੱਚ ਹੁੰਦੇ ਆ, ਇਹ ਕਰਤੇ ਪੁਰਖ ਦੀ ਫੁੱਲਵਾੜੀ ਆ। ਅਤੇ ਜਿੱਥੇ ਗੁਰੂ ਸਾਹਿਬ ਗਏ ਐਡੇ ਐਡੇ ਦੇਸਾਂ ਵਿਦੇਸਾਂ 'ਚ, ਉਹਨਾਂ ਨੂੰ ਇਹ ਨਹੀਂ ਕਿਹਾ ਮੇਰੇ ਮਗਰ ਆ ਜਾਇਓ, ਉਹਨਾਂ ਨੂੰ ਇਹੀ ਸਿੱਖਿਆ ਦਿੱਤੀ ਕਿ ਨਿਗਾਹ ਮਾਰੋ ਆਪਣੇ ਆਸੇ ਪਾਸੇ, ਜਾਗਰਤ ਰੂਹਾਂ ਕੌਣ ਹੈ, ਸੰਤ ਕੌਣ ਹੈ, ਸਾਧੂ ਕੌਣ ਹੈ, ਉਹਨਾਂ ਦਾ ਸੰਗ ਕਰੋ, ਸਤਿਗੁਰੂ ਕੌਣ ਆ ਜਿਹੜਾ ਸਤਿਪੁਰਖ ਤੱਕ ਪਹੁੰਚਿਆ, ਉਹਦਾ ਸੰਗ ਕਰੋ, ਤਾਂ ਕਿ ਤੁਹਾਨੂੰ ਕਰਤੇ ਦੀ ਫੁੱਲਵਾੜੀ ਨਾਲ ਜੁੜਨ ਦਾ ਮੌਕਾ ਮਿਲੇ। ਫਿਰ ਇਹ ਸੀ ਵੀ ਕਹੀ ਗੱਲ ਨੂੰ ਇਹ ਮੰਨੇ ਕੋਈ ਨਾ ਮੰਨੇ, ਇੱਕ ਕਰਕੇ ਵੀ ਦਿਖਾਇਆ ਕਿ ਜਿੱਥੇ ਵੀ ਸਤਿਗੁਰੂ ਦੀ ਬਾਣੀ ਮਿਲੀ ਉਹ ਬਾਣੀ ਨੂੰ ਨਮਸਕਾਰ ਵੀ ਕੀਤਾ, ਉਹ ਸਤਿਗੁਰੂ ਦੀ ਸੋਭਾ ਵੀ ਕੀਤੀ, ਉਹ ਸਤਿਗੁਰੂ ਦੀ ਬਾਣੀ ਲਿਆ ਕੇ ਦਿੱਤੀ ਵੀ ਪੋਥੀਆਂ ਦੇ ਰੂਪ 'ਚ, ਪੰਜਵੇਂ ਜਾਮੇ 'ਚ ਆ ਕੇ ਉਹ ਸਾਰੇ ਸਤਿਗੁਰਾਂ ਦੀ ਬਾਣੀ ਇਕੱਤਰ ਕੀਤੀ, ਇਹੀ ਗੱਲ ਸਿੱਧ ਕਰਨ ਵਾਸਤੇ ਕਿ ਅਸੀਂ ਇਕੱਲੇ ਸਤਿਗੁਰੂ ਨਹੀਂ, ਪਹਿਲਾਂ ਵੀ ਸਤਿਗੁਰੂ ਹੋ ਚੁੱਕੇ ਆ। ਸਤਿਗੁਰੂ ਹੋਣਾ, ਸਾਧੂ ਹੋਣਾ, ਸੰਤ ਹੋਣਾ ਨਿਰੰਕਾਰ ਦੀ ਮਰਜ਼ੀ 'ਤੇ ਨਿਰਭਰ ਹੈ, ਉਹ ਸਾਧੂ ਬਖਸ਼ਿਸ਼ ਕਰਦਾ ਹੈ, ਅਤੇ ਅਸੀਂ ਇਹ ਬਾਣੀ ਨੂੰ ਸੁਣ ਕੇ ਪੜ੍ਹ ਕੇ ਜੁੜਨਾ। ਖੜ ਦਰਗਹਿ ਪੈਣਾਈ ਹੈ ਮੁੱਖ ਹਰ ਨਾਮ ਨਿਵਾਸ, ਕਹਿੰਦੇ ਖੜ ਦਰਗਹਿ ਪੈਣਾਈ ਹੈ, ਜਿਹੜਾ ਆਪਣੇ ਸਤਿਗੁਰੂ ਦਾ ਬਚਨ ਮੰਨਦਾ ਹੈ, ਜਿਹੜਾ ਸਾਧਨਾ ਕਰਨੀ ਸ਼ੁਰੂ ਕਰ ਦਿੰਦਾ, ਕਹਿੰਦੇ ਉਹਨੂੰ ਦਰਗਾਹ 'ਚ ਲਿਜਾ ਕੇ ਸਰੋਪਾ ਦਿੱਤਾ ਜਾਂਦਾ, ਮਾਣ ਸਨਮਾਨ ਦਿੱਤਾ ਜਾਂਦਾ ਹੈ। ਕਿੱਥੇ? ਮੁੱਖ ਹਰ ਨਾਮ ਨਿਵਾਸ, ਜਿਹਦੇ ਮੁੱਖ ਦੇ ਵਿੱਚ ਨਾਮ ਦਾ ਨਿਵਾਸ ਹੈ, ਹਰੀ ਦਾ ਨਿਵਾਸ ਹੈ, ਕਿਉਂਕਿ ਜਿਹੜਾ ਜਿਹਦੀ ਯਾਦ ਕਰੂ, ਜਿਹਨੂੰ ਜਪੂ, ਜਿਹਨੂੰ ਧਿਆਊ, ਉਸੇ ਦਾ ਹੀ ਨਿਵਾਸ ਹੋ ਜਾਣਾ ਹੈ। ਜਹ ਦੇਖਾਂ ਤਹ ਰਬ ਰਹੇ ਸਿਵ ਸ਼ਕਤੀ ਕਾ ਮੇਲ, ਤ੍ਰਹਿ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ, ਬੇਜੋਗੀ ਦੁੱਖ ਵਿਛੜੇ ਮਨਮੁਖ ਲਹਿ ਨ ਮੇਲ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਹੁਣ ਗੁਰੂ ਨਾਨਕ ਸਾਹਿਬ ਗੱਲ ਕਿਵੇਂ ਕਰ ਰਹੇ ਆ ਆਪਾਂ ਵਿਚਾਰਾਂਗੇ, ਪਰ ਸਾਡੇ ਸਾਹਮਣੇ ਪੇਸ਼ਕਾਰੀਆਂ ਕਿਵੇਂ ਕੀਤੀਆਂ ਜਾਂਦੀਆਂ, ਜਿੰਨਾ ਕੁ ਅਸੀਂ ਸੁਣਿਆ ਪ੍ਰਚਾਰਕਾਂ ਨੂੰ ਜਾਣਿਆ ਅੱਜ ਤੱਕਰ, ਜਿਵੇਂ ਗੁਰੂ ਸਾਹਿਬ ਤਾਂ ਸਾਰਿਆਂ ਨੂੰ ਕੱਟਣ ਹੀ ਆਏ ਆ, ਭਾਵਾਂ ਕੋਈ ਸਿੱਧ ਹੈ, ਭਾਵਾਂ ਸਿਵ ਹੈ, ਸੰਤ ਹੈ, ਬ੍ਰਹਮ ਹੈ, ਵਿਸ਼ਨ ਹੈ, ਪ੍ਰਚਾਰ ਕਰਨ ਵੇਲੇ ਪੇਸ਼ਕਾਰੀਆਂ ਇਹ ਕਰਦੀਆਂ ਕਿ ਉਹਨਾਂ ਦੇ ਜਿਵੇਂ ਗੁਰੂ ਨਾਨਕ ਵਿਰੋਧੀ ਹੁੰਦੇ ਆ,
ਆਹ ਬਾਣੀ ਦਾ ਜ਼ਿਕਰ ਕਦੇ ਕਿਸੇ ਪ੍ਰਚਾਰਕ ਤੋਂ ਤੁਸੀਂ ਨਹੀਂ ਸੁਣੋਗੇ ਜਿਹੜਾ ਗੁਰੂ ਨਾਨਕ ਨੇ ਲਿਖਿਆ। ਕਹਿੰਦੇ ਜਹ ਦੇਖਾਂ ਹੇ ਅਕਾਲ ਪੁਰਖ ਕਰਤਾ ਪੁਰਖ, ਮੈਂ ਜਿੱਧਰ ਵੀ ਦੇਖ ਰਿਹਾ ਤਹਿ ਰਵ ਰਹੇ। ਕਹਿੰਦੇ ਉੱਥੇ ਤੂੰ ਰਵਿਆ ਹੋਇਆ ਸਮਾਇਆ ਹੋਇਆ ਕੀ, ਕਹਿੰਦੇ ਸ਼ਿਵ ਸ਼ਕਤੀ ਕਾ ਖੇਲ। ਇਹ ਸਾਰਾ ਮੈਨੂੰ ਦਿਸ ਰਿਹਾ ਕਿ ਸ਼ਿਵ ਦਾ ਅਤੇ ਸ਼ਕਤੀ ਦਾ ਖੇਲ ਆ। ਇਹੀ ਵਿਧਾਨ ਸਾਰੇ ਗ੍ਰੰਥਾਂ 'ਚ ਦੱਸਿਆ ਹੋਇਆ। ਸ਼ਿਵ ਜਾਣੀ ਪਰਮ ਪਿਤਾ ਚੇਤਨ ਸੱਤਾ, ਸਾਡੀ ਜਿਹੜੀ ਰੂਹ ਆ ਜਿਹੜੀ ਉਹਦੇ 'ਚੋਂ ਆਉਂਦੀ ਹੈ। ਸ਼ਕਤੀ ਜਿਹੜੀ ਮਾਇਆ ਜੀ ਤੋਂ ਇਹ ਸੰਸਾਰ ਬਣਾਇਆ, ਮਾਇਆ ਨੂੰ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਲਿਖਿਆ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਜੀ ਤੋਂ ਤਿੰਨ ਚੇਲੇ ਪੈਦਾ ਹੋਏ, ਜਾਣੀ ਸੰਸਾਰ ਬਣਿਆ। ਇਹ ਗੁਰੂ ਨਾਨਕ ਸਾਹਿਬ ਲਿਖ ਰਹੇ ਆ, ਕਹਿੰਦੇ ਤੂੰ ਆਪ ਹੀ ਹੈ ਜਹ ਦੇਖਾਂ ਤਹਿ ਰੱਬ ਰਹੇ। ਸ਼ਿਵ ਸ਼ਕਤੀ ਕਾ ਮੇਲ, ਇਹ ਸ਼ਿਵ ਅਤੇ ਸ਼ਕਤੀ ਦਾ ਮੇਲ ਹੈ। ਜਿਹੜੀ ਸਾਡੀ ਦੇਹ ਬਣਦੀ ਹੈ, ਆ ਧਰਤੀ ਬਣੀ, ਸੰਸਾਰ ਬਣਿਆ, ਸਾਰਾ ਇਹ ਇਹਦੇ ਰਾਹੀਂ ਬਣਾਇਆ ਤੂੰ ਸ਼ਿਵ ਅਤੇ ਸ਼ਕਤੀ ਰਾਹੀਂ। ਤ੍ਰੈ ਗੁਣ ਬੰਧੀ ਦੇਹੁਰੀ ਜੋ ਆਇਆ ਜਗ ਸੋਂ ਖੇਲ। ਕਹਿੰਦੇ ਜਦੋਂ ਅੰਦਰ ਉੱਤਰਦਾ ਇਨਸਾਨ ਜਾਣਦਾ ਹੈ, ਕਹਿੰਦੇ ਤਿੰਨ ਗੁਣਾਂ ਤੋਂ ਬੰਨੀ ਵੀ ਇਹ ਦੇਹ ਆ, ਮਾਇਆ ਦੇ ਤਿੰਨ ਗੁਣ ਹੈ ਜਿਹਦੇ ਨਾਲ ਇਹ ਸਾਰਾ ਕੁਝ ਬਣਦਾ ਹੈ, ਜਿਹਨੂੰ ਅਸੀਂ ਬਾਤ ਕਫ ਪਿੱਤ ਕਹਿ ਦਿੰਦੇ ਹਾਂ, ਰਜੋ ਤਮੋ ਸਤੋ ਗੁਣ ਕਹਿ ਦਿੰਦੇ ਹਾਂ, ਬ੍ਰਹਮਾ ਵਿਸ਼ਨ ਮਹੇਸ਼ ਕਹਿ ਦਿੰਦੇ ਹਾਂ, ਤਿੰਨ ਗੁਣ ਹੈ ਜਿਨ੍ਹਾਂ ਨਾਲ ਇਹਦੀ ਚਾਲ ਬੰਦੀ ਸਾਰਾ ਕੁਝ ਬੰਧਿਆ ਹੋਇਆ। ਇਹ ਬ੍ਰਹਮਾ ਵਿਸ਼ਨ ਮਹੇਸ਼ ਦਾ ਤਿੰਨਾਂ ਗੁਣਾਂ ਦਾ ਰੂਪ ਹੈ ਜਿਹੜਾ ਸੰਸਾਰ ਹੈ, ਭਾਵੇਂ ਇਹ ਕੁਛ ਵੀ ਹੈ। ਵਿਯੋਗੀ ਦੁੱਖ ਵਿਛੜੇ ਮਨ ਮੁਖ ਲਹੇ ਨਾ ਮੇਲ। ਕਹਿੰਦੇ ਇਹੀ ਜਿਹੜੀ ਖੇਡ ਹੈ ਸ਼ਿਵ ਸ਼ਕਤੀ ਦਾ ਖੇਡ ਹੈ, ਜਿਹੜਾ ਮਨ ਦੇ ਫੁਰਨਿਆਂ 'ਚ ਉਲਝ ਜਾਂਦਾ ਹੈ, ਬਾਹਰ ਮੁਖੀ ਹੋ ਜਾਂਦਾ ਹੈ, ਉਹ ਇਹਦੇ ਨਾਲੋਂ ਵਿਛੜ ਜਾਂਦਾ ਹੈ। ਕਿਹਦੇ ਨਾਲੋਂ? ਇੱਕ ਨਾਲੋਂ। ਇੱਕ ਵਾਲੀ ਗੱਲ ਭੁੱਲ ਜਾਂਦਾ, ਤਿੰਨ ਵਾਲੀ 'ਚ ਉਲਝ ਜਾਂਦਾ ਹੈ, ਤਿੰਨਾਂ 'ਚੋਂ ਫਿਰ 30 ਹੈ, 30 'ਚੋਂ ਫਿਰ ਪਤਾ ਨਹੀਂ 300 ਹੈ। ਜਾਣੀ ਫਿਰ ਤਾਂ ਸ਼ਕਤੀਆਂ ਦੇ ਰੂਪ ਇੰਨੇ ਹੈ ਕਿ ਤੁਸੀਂ ਗਿਣ ਨਹੀਂ ਸਕਦੇ, ਨਿੱਕੀ ਨਿੱਕੀ ਚੀਜ਼ ਵੀ ਸ਼ਕਤੀ ਹੈ। ਪਰ ਜਿਹੜਾ ਗੁਰਮੁਖ ਉਹ ਇੱਕ ਦਾ ਖੜਾ ਨਹੀਂ ਛੱਡਦਾ, ਇੱਕ ਦਾ ਹੀ ਪੱਲਾ ਗੁਰੂ ਨਾਨਕ ਫੜਾਉਣਗੇ। ਕਹਿੰਦੇ ਵਿਯੋਗੀ ਦੁੱਖ ਵਿਛੜੇ, ਜਿਨ੍ਹਾਂ 'ਤੇ ਵਿਯੋਗ ਦਾ ਸਮਾਂ ਆਇਆ, ਜਿਹੜੇ ਵਿਛੜ ਗਏ, ਆਪਣੇ ਅੰਦਰੋਂ ਟੁੱਟ ਗਏ, ਬਾਹਰ ਮੁਖੀ ਹੋ ਗਏ, ਮਨ ਮੁੱਖ ਲਹੈ ਨਾ ਮੇਲ, ਉਹ ਮਨ ਮੁੱਖ ਹੋ ਗਏ, ਉਹਨਾਂ ਦਾ ਆਪਣੇ ਅੰਦਰ ਨਾਲ ਮੇਲ ਕਦੇ ਹੋਇਆ ਹੀ ਨਹੀਂ, ਇਸੇ ਗੱਲ 'ਚ ਹੀ ਉਹ ਜਨਮ ਮਰਨ ਦੇ ਚੱਕਰ 'ਚ ਪੈ ਕੇ ਭਟਕਦੇ ਆ। ਮਨ ਬੈਰਾਗੀ ਘਰ ਵਸੈ, ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ, ਬੋੜ ਭੁੱਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਗੁਰੂ ਬਾਬਾ ਕਹਿੰਦੇ ਜਿਹੜਾ ਮਨ ਆ ਨਾ, ਇਹ ਬੈਰਾਗੀ ਆ। ਮਨ ਬੈਰਾਗੀ ਘਰ ਵਸੈ, ਇਹ ਘਰ ਦੇ ਵਿੱਚ ਵਸਦਾ, ਦਿੱਤਾ ਹੋਇਆ ਜਿਹੜਾ ਘਰ ਆ, ਸਰੀਰ ਹੈ। ਸੱਚ ਭੈ ਰਾਤਾ ਹੋਏ, ਕਹਿੰਦੇ ਜਦੋਂ ਸੱਚ ਨਾਲ ਜੁੜ ਜਾਂਦਾ ਹੈ, ਉਹਦੇ ਭੈ 'ਚ ਆ ਜਾਂਦਾ ਹੈ, ਉਹਦੇ ਪ੍ਰੇਮ 'ਚ ਜੁੜ ਜਾਂਦਾ ਹੈ, ਕਹਿੰਦੇ ਫਿਰ ਰੱਤਿਆ ਜਾਂਦਾ ਹੈ। ਮਨ ਬੈਰਾਗੀ ਘਰ ਵਸੈ, ਸੱਚ ਭੈ ਰਾਤਾ ਹੋਏ, ਕਹਿੰਦੇ ਉਹਦਿਆਂ ਰੰਗਾਂ 'ਚ ਰੱਤਿਆ ਗਿਆ, ਉਹਦੇ ਪ੍ਰੇਮ 'ਚ ਰੰਗਿਆ ਗਿਆ। ਅਤੇ ਜਦੋਂ ਪ੍ਰੇਮ ਦਾ ਰੰਗ ਚੜ੍ਹਦਾ ਹੈ, ਮਨ ਟਿਕਦਾ ਹੈ, ਮਨ ਆਪਣੇ ਸਰੂਪ 'ਚ ਆ ਜਾਂਦਾ ਹੈ। ਜਦੋਂ ਹੀ ਆਪਣੇ ਆਪੇ 'ਚ ਆਉਂਦਾ ਹੈ, ਪ੍ਰੇਮ ਰਸ 'ਚ ਆਉਂਦਾ ਹੈ, ਗਿਆਨ ਮਹਾਰਸ ਭੋਗਵੈ, ਕਹਿੰਦੇ ਫਿਰ ਇਹਨੂੰ ਇੱਥੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਹਿਲਾਂ ਰਸਾਂ ਮਗਰ ਭੱਜਦਾ ਸੀ, ਜਦੋਂ ਅਸਲੀ ਗੱਲ ਦੀ ਸਮਝ ਨਹੀਂ ਸੀ, ਨਿੱਕੇ ਨਿੱਕੇ ਰਸਾਂ ਪਿੱਛੇ ਜ਼ਿੰਦਗੀ ਲਾਈ ਜਾਂਦਾ ਸੀ, ਆਪਦੇ ਜੀਵਨ ਨੂੰ ਛੋਟੇ ਛੋਟੇ ਰਸਾਂ 'ਚ ਹੀ ਉਲਝਾਈ ਰੱਖਦਾ ਸੀ। ਜਿੱਦੇ ਟਿਕ ਗਿਆ, ਉਹਦੇ ਪ੍ਰੇਮ 'ਚ ਆ ਗਿਆ, ਕਹਿੰਦੇ ਗਿਆਨ ਪ੍ਰਗਟ ਹੋਇਆ ਤਾਂ ਮਹਾਂਰਸ ਮਿਲਿਆ, ਮਹਾਂਰਸ ਭੋਗਵੈ। ਹੁਣ ਨਹੀਂ ਐਨੀਆਂ ਉਹ ਹਟ ਗਿਆ, ਹੁਣ ਰਸ ਦੀ ਬਜਾਏ ਉਹਨੂੰ ਮਹਾਂਰਸ ਮਿਲਿਆ, ਉਹਨੂੰ ਅੰਦਰੋਂ ਅੰਮ੍ਰਿਤ ਰਸ ਮਿਲਿਆ, ਨਾਮ ਰਸ ਮਿਲਿਆ, ਸਮਾਧੀ ਮਿਲੀ। ਗਿਆਨ ਮਹਾਂਰਸ ਭੋਗਵੈ, ਬਹੁੜ ਭੂਖ ਨਾ ਹੋਏ। ਜਿਹਨੂੰ ਗਿਆਨ ਦਾ ਮਹਾਂਰਸ ਆ ਗਿਆ, ਜਿਹੜਾ ਮਾਲਕ ਨਾਲ ਇੱਕ ਮਿੱਕ ਹੋ ਗਿਆ, ਉਹਨੂੰ ਫਿਰ ਕਿਸੇ ਤਰ੍ਹਾਂ ਦੀ ਬਾਹਰੀ ਭੁੱਖ ਨਹੀਂ ਰਹਿੰਦੀ, ਉਹ ਤ੍ਰਿਸ਼ਨਾ 'ਚ ਨਹੀਂ ਭਟਕਦਾ, ਉਹਦੇ ਮਨ ਨੂੰ ਕਿਸੇ ਤਰ੍ਹਾਂ ਦੀ ਵੀ ਚਿੱਤ ਬਣੀ ਚਿੱਤ 'ਚ ਨਹੀਂ ਉੱਠਦੀ, ਕਿਉਂਕਿ ਉਹ ਮਹਾਂਰਸ 'ਚ ਗੜਾਉਂਦਾ ਹੈ।
ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨ ਹੋਏ। ਕਹਿੰਦੇ ਇਹ ਜਿਹੜਾ ਮਨ ਆ ਨਾ, ਜਿਹੜਾ ਮਹਾਰਸ ਦੇ ਵਿੱਚ ਡੁੱਬਿਆ ਹੋਇਆ, ਕਹਿੰਦੇ ਇਹਨੂੰ ਹੁਣ ਉੱਥੇ ਲਿਆ ਜਿੱਥੇ ਇਹਨੇ ਸਮਾਪਤ ਹੋਣਾ ਹੈ। ਮਰਨਾ ਹੁੰਦਾ ਸਮਾਪਤ ਹੋ ਜਾਣਾ, ਮਨ ਫੁਰਨਿਆਂ ਦਾ ਜਾਲ ਹੈ। ਹੁਣ ਇਹਨੂੰ ਮਹਾਰਸ ਨਾਲ ਨਿਭਾਤਾ, ਪਿਆਰ ਨਾਲ ਪ੍ਰੇਮ ਨਾਲ ਗੁਣੰਦ ਕਰਤਾ। ਹੁਣ ਕਹਿੰਦੇ ਨਾਨਕ ਇਹ ਮਨ ਮਾਰ, ਇਹ ਬਸ ਹੋ ਜੂਗਾ, ਹੁਣ ਇਹ ਨਸ਼ੇ 'ਚ ਹੈ, ਹੁਣ ਇਹ ਪ੍ਰੇਮ ਦੇ ਨਸ਼ੇ 'ਚ ਹੈ। ਕਹਿੰਦੇ ਨਾਨਕੇ ਮਨ ਮਾਰ ਮਿਲ, ਹੁਣ ਮਿਲਾ ਕੇ, ਹੁਣ ਜਿਹੜੀ ਚੇਤਨ ਸੱਤਾ, ਜਿਹੜਾ ਚਿੱਤ ਹੈ, ਜਿਹੜਾ ਸਾਡਾ ਆਪਣਾ ਆਪਾ, ਜਿਹਦਾ ਮੈਨੇਜਰ ਸੀ ਮਨ, ਹੁਣ ਮੈਨੇਜਰ ਕਾਬੂ ਹੋ ਗਿਆ, ਹੁਣ ਮਾਲਕ ਤੱਕ ਪਹੁੰਚ ਹੋ ਜਾਣੀ ਹੈ, ਮਿਲਾਪ ਹੋ ਜਾਣਾ। ਜਦੋਂ ਹੀ ਮਾਲਕ ਦਾ ਇੱਧਰਲੇ ਮਾਲਕ ਨਾਲ ਮੇਲ ਹੋ ਗਿਆ, ਕਹਿੰਦੇ ਭੀ ਫਿਰ ਦੁੱਖ ਨਾ ਹੋਏ। ਮੁੜ ਕੇ ਜ਼ਿੰਦਗੀ 'ਚ ਦੁੱਖ ਨਹੀਂ ਆਉਂਦਾ, ਕੋਈ ਵੀ ਸਥਿਤੀ ਫਿਰ ਦੁੱਖ ਨਹੀਂ ਲੱਗਦੀ। ਫਿਰ ਤਾਂ ਜਿਵੇਂ ਕੋਈ ਆਦਮੀ ਫਿਲਮ 'ਚ ਰੋਲ ਕਰਦਾ, ਸਾਡੇ ਸਾਹਮਣੇ ਤਾਂ ਉਵੇਂ ਹੀ ਦੁਖੀ ਹੁੰਦਾ, ਉਵੇਂ ਹੀ ਬੁੜਕਾ 'ਚ ਆਉਂਦਾ, ਉਵੇਂ ਹੀ ਉਹਦੇ ਜੀ ਜੰਮਦੇ ਆ, ਪਰਿਵਾਰ ਦੇ ਅਤੇ ਮਰਦੇ ਆ, ਪਰ ਉਹ ਰੋਲ ਕਰਦਾ ਹੋਇਆ ਅੰਦਰੋਂ ਖੁਸ਼ ਰਹਿੰਦਾ ਕਿ ਮੈਨੂੰ ਰੋਲ ਬੜਾ ਵਧੀਆ ਮਿਲਿਆ ਅਤੇ ਮੈਂ ਰੋਲ ਡਟ ਕੇ ਕੀਤਾ। ਉਵੇਂ ਜਿਵੇਂ ਜਦੋਂ ਕੋਈ ਅੰਦਰ ਜੁੜ ਜਾਂਦਾ, ਕਰਤੇ ਦੀ ਫਿਲਮ ਦਾ ਪਾਤਰ ਬਣ ਜਾਂਦਾ, ਅਸਲੀਅਤ ਪਤਾ ਲੱਗ ਜਾਂਦੀ ਹੈ, ਫਿਰ ਉਹ ਰੋਲ ਵਾਂਗੂ ਨਿਭਾਉਂਦਾ, ਤੜਫਦਾ ਨਹੀਂ ਹੈ, ਚਿੱਤ 'ਚ ਪਤਾ ਕਿ ਮੈਨੂੰ ਰੋਲ ਦਿੱਤਾ ਹੋਇਆ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਣ, ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਣ ਜਾਣ। ਸਾਧੂ ਸਤਿਗੁਰ ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨ। ਇਦੂ ਪਿੱਛੇ ਜਾਪ ਕਰਕੇ ਧਿਆਨ ਨਾਲ ਪ੍ਰੇਮ ਨਾਲ ਮਨ ਨੂੰ ਜੋੜਨਾ ਕਿਵੇਂ ਹੈ, ਹੁਣ ਦੱਸਣਗੇ ਗਾਹਾਂ ਮਨ ਦੀਆਂ ਕੁਆਲਿਟੀਆਂ ਵੀ ਇਹ ਕਰਦਾ ਕੀ ਹੈ। ਕਹਿੰਦੇ ਇਹ ਮਨੋ ਮੂਰਖ ਲੋਭੀ ਆ, ਕਹਿੰਦੇ ਜਿਹੜਾ ਇਹ ਮਨ ਆ ਨਾ, ਇਹਨੂੰ ਮੈਲ ਲੱਗੀ ਹੁੰਦੀ ਹੈ ਜਨਮਾਂ ਜਨਮਾਂ ਦੀ। ਇਹ ਮੂਰਖ ਬਣਿਆ ਹੁੰਦਾ, ਲੋਭੀ ਹੋਇਆ ਹੁੰਦਾ ਕਿਸੇ ਵੀ ਪਦਾਰਥ ਦਾ, ਲੋਭੇ ਲੱਗਾ ਲੋਭਾਣ। ਕਹਿੰਦੇ ਇਹ ਉਸੇ ਲੋਭ ਦੇ ਵਿੱਚ ਹੀ ਲੱਗਿਆ ਰਹਿੰਦਾ, ਉਸੇ ਲੋਭ ਦੇ ਵਿੱਚ ਹੀ ਫਸਿਆ ਰਹਿੰਦਾ। ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਣ ਜਾਣ। ਕਹਿੰਦੇ ਇਹ ਸ਼ਬਦ 'ਚ ਭਿੱਜਦਾ ਨਹੀਂ, ਇਹ ਸ਼ਬਦ ਨੂੰ ਸੁਣਦਾ ਵੀ ਨਹੀਂ। ਗੁਰੂ ਕਹਿੰਦਾ ਕਿ ਸ਼ਬਦ ਹੀ ਬ੍ਰਹਮ ਹੈ, ਉਹ ਹੀ ਕਰਤੇ ਦਾ ਨਾਦ ਹੈ। ਗੁਰੂ ਕਹਿੰਦਾ ਇਹ ਤੁਰਕੀ ਬਾਣੀ ਹੈ, ਇਹਨੂੰ ਪੜ੍ਹ ਲਿਆ ਕਰ, ਸੁਣ ਲਿਆ ਕਰ। ਕਹਿੰਦੇ ਇਹਦਾ ਚਿੱਤ ਹੀ ਨਹੀਂ ਭਿੱਜਦਾ, ਪੜ੍ਹ ਸੁਣ ਕੇ ਵੀ ਨਹੀਂ ਭਿੱਜਦਾ। ਸ਼ਬਦ ਨਾ ਭੀਜੈ ਸਾਕਤਾ, ਇਹ ਸਾਕਤ ਆ ਨਾ ਜਿਹੜਾ, ਸਾਕਤ ਕਿਹੜੇ ਬੰਦੇ ਨੂੰ ਕਿਹਾ, ਜਿਹੜਾ ਮਾਇਆ ਦੇ ਚੱਕਰਾਂ ਦੇ ਵਿੱਚ ਉਲਝਿਆ ਰਹਿੰਦਾ, ਜਿਹਦੇ ਅੱਖਾਂ 'ਤੇ ਨੇਰ ਪਿਆ ਰਹਿੰਦਾ, ਜਿਹਨੂੰ ਆ ਦੁਨਿਆਵੀ ਸਿਸਟਮ ਤੋਂ ਬਿਨਾਂ ਦੀਦੇ ਹੀ ਕੁਛ ਨਹੀਂ, ਇਹਨੂੰ ਜਾਪ ਤਾਪ ਪਾਠ, ਗੱਲ ਕਰਿਓ ਕਿਤੇ ਮਾਇਆ ਵਾਲੇ ਬੰਦੇ ਨਾਲ, ਜੇ ਕੋਈ ਜਾਪ ਪਾਠ ਵੀ ਕਰਾਉਂਦਾ ਨਾ, ਕੀਰਤਨ ਵੀ ਕਰਦਾ, ਉਹ ਕਹਿਣਗੇ ਇਹਦਾ ਬੜਾ ਜਗਾੜ ਸੈੱਟ ਆਇਆ, ਇਹਨੇ ਦੁਨੀਆਂ ਨੂੰ ਬੜਾ ਭਰਮਾਇਆ। ਉਹਨਾਂ ਨੂੰ ਰੱਬ ਦੀ ਗੱਲ ਦੇ ਵਿੱਚ ਵੀ ਮਾਇਆ ਦਿਸਣੀ ਹੈ, ਉਹਨਾਂ ਨੂੰ ਰੱਬ ਦੀ ਗੱਲ ਦੇ ਵਿੱਚ ਵੀ ਮੈਲ ਦਿਸਣੀ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਚਿੱਤ ਭਿੱਜਦਾ ਹੀ ਨਹੀਂ, ਕਿੰਨੇ ਹੀ ਉਹਨਾਂ ਦੇ ਸਾਹਮਣੇ ਤੁਸੀਂ ਸਾਰਾ ਕੁਝ ਕਰਕੇ ਦਿਖਾ ਦਿਓ, ਕਦੇ ਹਮ ਹੀ ਨਹੀਂ ਭਰਨਗੇ। ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਣ ਜਾਣ। ਮਾੜੀ ਗੱਲ ਛੇੜ ਲਓ, ਮਾੜੀ ਮਤ ਦੀ ਗੱਲ ਕਰ ਲਓ, ਕਿਸੇ ਦੀ ਸਲਾਹਤਾ ਕਰ ਦਿਓ, ਨਾ ਕਹਿਣਗੇ, ਨਿੰਦਣ ਲੱਗ ਜਾਓ ਵੀ ਉਹਦੇ 'ਚ ਨੁਕਸ ਵੀ ਹੈ, ਕਹਿਣਗੇ ਹਾਂ ਇਹ ਸਹੀ ਆ, ਕਿਉਂਕਿ ਇਹ ਮਾਇਆ ਅੱਖਾਂ 'ਤੇ ਪੱਟੀ ਬਣਦੀ ਹੈ। ਸਾਧੂ ਸਤਿਗੁਰ ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨ। ਹੁਣ ਫਿਰ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਆ, ਲੋਕਾਂ ਨਾਲ ਜਦੋਂ ਗੱਲ ਕਰਦੇ ਆ, ਜਿੱਥੇ ਆ ਸ਼ਬਦ ਉਚਾਰੇ ਆ, ਹੁਣ ਇਹਨੂੰ ਅਸੀਂ ਸਮਝਣਾ ਹੈ। ਜੇ ਮੰਨ ਲਓ ਸੰਗਤ ਨੇ ਕੋਈ ਸਵਾਲ ਕੀਤਾ ਕਿ ਗੁਰੂ ਬਾਬਾ ਜੀ, ਜੇ ਸਾਨੂੰ ਕੋਈ ਰੋਗ ਹੋ ਜਾਵੇ,
ਅਸੀਂ ਕੀ ਕਰੀਏ? ਅਤੇ ਬਾਬਾ ਜੀ ਕਹਿਣਗੇ ਭਾਈ ਜਿੱਥੇ ਵੀ ਕੋਈ ਵੈਦ ਮਿਲੇ ਸਿਆਣਾ ਉਹ ਤੋਂ ਦਵਾਈ ਲੈ ਲਿਓ, ਜਿਹੜਾ ਪਰਹੇਜ਼ ਦੱਸੇ ਪਰਹੇਜ਼ ਕਰ ਲਿਓ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਸਾਧੂ ਸਤਿਗੁਰ ਜੇ ਮਿਲੇ, ਕਹਿੰਦੇ ਜੇ ਜੀਵਨ 'ਚ ਤੁਹਾਨੂੰ ਕੋਈ ਸਾਧੂ ਮਿਲਦਾ ਹੈ, ਸਤਿਪੁਰਖ ਨੂੰ ਜਾਣਨ ਵਾਲਾ ਮਿਲਦਾ, ਜਿਹਦਾ ਚੇਤਨਾ ਦਾ ਦੀਵਾ ਜਗਦਾ ਹੈ, ਪਾਈਆ ਗੁਣੀ ਨਿਧਾਨ, ਕਹਿੰਦੇ ਉਹਦੇ ਕੋਲ ਗੁਣਾਂ ਦਾ ਖਜ਼ਾਨਾ ਹੁੰਦਾ, ਉਹਨੇ ਆਪਣਾ ਜੀਵਨ ਲਾ ਕੇ ਗੁਣ ਖੱਟੇ ਹੁੰਦੇ ਆ। ਜੋ ਵੀ ਜ਼ਿੰਦਗੀ 'ਚ ਮਿਲਦਾ ਸਾਧੂ ਨੂੰ, ਉਹ ਆਈਂ ਨਹੀਂ ਮਿਲ ਜਾਂਦਾ ਕਿ ਇੱਕ ਦਿਨ 'ਚ ਮਿਲ ਗਿਆ, ਆਪਣੇ ਜੀਵਨ ਦਾ ਹਿੱਸਾ ਉਸੇ ਚੀਜ਼ 'ਤੇ ਲਾਉਂਦਾ ਜਿਹੜੀ ਪਾਉਣ ਲਈ ਤੁਰਿਆ ਹੁੰਦਾ, ਜਦੋਂ ਪਾ ਲੈਂਦਾ ਫਿਰ ਉਹ ਵੰਡਣ ਦਾ ਅਧਿਕਾਰੀ ਮਿਲਦਾ ਬਣਦਾ। ਪਾਤਸ਼ਾਹ ਕਹਿੰਦੇ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਆ ਗੁਣੀ ਨਿਧਾਨ, ਨਿਸ਼ਾਨੀ ਕੀ ਹੈ? ਉਹਦੇ ਕੋਲ ਗੁਣਾਂ ਦੇ ਖਜ਼ਾਨੇ ਹੋਣਗੇ, ਉਹਦੇ ਕੋਲ ਸੁੱਖ ਹੋਊਗਾ, ਸ਼ਾਂਤੀ ਹੋਊਗੀ, ਸਹਿਜ ਹੋਊਗਾ, ਤੁਹਾਡੇ ਲਈ ਚੰਗਾ ਗਿਆਨ ਹੋਊਗਾ, ਗੁਣਾਂ ਦੇ ਖਜ਼ਾਨੇ ਪ੍ਰਗਟ ਰੂਪ 'ਚ ਦਿਸਣਗੇ। ਇੱਕ ਇੱਕ ਦੱਸਿਆ ਹੋਇਆ ਸ਼ਬਦ, ਇੱਕ ਇੱਕ ਦਿੱਤੀ ਵੀ ਰਾਇ ਤੁਹਾਡੇ ਜੀਵਨ ਨੂੰ ਪਲਟਾ ਖਵਾਊਗੀ, ਇਹ ਨਿਸ਼ਾਨੀ ਹੋਊਗੀ। ਅਤੇ ਜਿਹੜਾ ਆਪ ਹੀ ਤਪਦਾ ਫਿਰਦਾ ਉਹ ਫਿਰ ਸਾਧੂ ਨਹੀਂ ਹੈ, ਉਹ ਤੁਸੀਂ ਦੇਖਣਾ। ਮਨ ਰੇ ਹੋ ਮੈਂ ਛੋੜ ਗਵਾਣ, ਕਹਿੰਦੇ ਮਨਾ ਸਤਿਗੁਰ ਸਾਧੂ ਦੇ ਚਾਨਣਾਂ 'ਚੋਂ ਕੋਈ ਗੁਣ ਕੱਟ ਲਾ, ਖਜ਼ਾਨਾ ਕੱਟ ਲਾ, ਫੋਕੀ ਹੋ ਮੈਂ ਛੱਡ ਦੇ। ਮਨ ਰੇ ਹੋ ਮੈਂ ਛੋੜ ਗਵਾਣ, ਝੂਠਾ ਹੰਕਾਰ ਝੂਠਾ ਮਾਣ ਛੱਡ ਦੇ ਕਿ ਮੈਨੂੰ ਸਭ ਕੁਛ ਪਤਾ ਹੈ। ਇਹ ਸੰਸਾਰ 'ਚ ਸਭ ਕੁਛ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ। ਜਿਹਦੇ ਕੋਲ ਖਜ਼ਾਨਾ ਪਿਆ ਗੁਣਾਂ ਦਾ, ਉਹ ਟਾਇਰਾਂ ਦੇ ਪੈਂਚਰ ਲਾਉਣ ਵੀ ਜਾਣਦਾ ਹੋਵੇ, ਇਹ ਟਾਇਰਾਂ ਦੇ ਪੈਂਚਰ ਵਾਲਾ ਹੀ ਲਾਊਗਾ। ਜਿਹੜੀ ਗੁਣ ਕਿਸੇ ਸੰਗੀਤਕਾਰ ਕੋਲ ਹੈ, ਜ਼ਰੂਰੀ ਨਹੀਂ ਉਹ ਖੇਤੀ ਕਰਨ ਵੀ ਜਾਣਦਾ ਹੋਵੇ। ਇਸ ਕਰਕੇ ਜਿਹੜਾ ਗੁਣ ਹੁੰਦਾ ਉਹ ਅਲੱਗ ਅਲੱਗ ਬਖਸ਼ਦਾ ਪਰਮਾਤਮਾ। ਮਨਾ ਹਰ ਇੱਕ ਨੂੰ ਕੋਈ ਨਾ ਕੋਈ ਉਹਨੇ ਗੁਣ ਦਿੱਤਾ, ਕੋਈ ਚੀਜ਼ ਦਿੱਤੀ ਹੈ, ਤੂੰ ਝੂਠਾ ਗਮਾਨ ਛੱਡ ਦੇ। ਹਰ ਗੁਰ ਸਰਵਰ ਸੇਵ ਤੂੰ, ਪਾਵ ਹੈ ਦਰਗਹਿ ਮਾਣ ਰਹਾਉ। ਕਹਿੰਦੇ ਜਿਹੜਾ ਗੁਰੂ ਆ ਨਾ, ਉਹ ਹਰੀ ਦਾ ਰੂਪ ਆ, ਉਹ ਮਾਲਕ ਦਾ ਰੂਪ ਹੈ, ਅਤੇ ਉਹ ਸਰਵਰ ਹੈ। ਕਹਿੰਦੇ ਉਹ ਨਾਮ ਦਾ ਸਰੋਵਰ ਹੈ ਸਾਧੂ ਗੁਰੂ। ਤੂੰ ਸਾਧੂ ਦੀ ਸਤਿਗੁਰ ਦੀ ਜਾ ਕੇ ਸੇਵਾ ਕਰ, ਤੂੰ ਸੇਵਾ ਕਰੇਗਾ ਤੈਨੂੰ ਤਾਂ ਹੀ ਗੁਣਾਂ ਦਾ ਪਤਾ ਲੱਗੂਗਾ। ਤੁਰੇ ਜਾਂਦਿਆਂ ਨੂੰ ਗੁਣ ਨਹੀਂ ਦਿੱਤੇ ਜਾਂਦੇ, ਪਹਿਲੇ ਦਿਨ ਹੀ ਚੱਕ ਕੇ ਕੋਈ ਆਖਰੀ ਚੀਜ਼ ਨਹੀਂ ਦਿਖਾ ਦਿੰਦਾ। ਸੇਵਾ ਕਰਦਿਆਂ 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 ਆਪਣਾ ਆਪ ਗਵਾਉਣਾ ਪੈਂਦਾ ਹੈ, ਸਾਧੂ ਦੀ ਖੁਸ਼ੀ ਹਾਸਲ ਕਰਨੀ ਪੈਂਦੀ ਹੈ। ਅਤੇ ਮਹਾਰਾਜ ਕਹਿੰਦੇ ਜਦੋਂ ਸੇਵਾ ਕਰਦਾ ਰਹੇਗਾ ਨਾ, ਇੱਥੇ ਅਤੇ ਉੱਥੇ ਦਰਗਾਹ 'ਚ ਮਾਣ ਪਾਏਗਾ, ਕਿਉਂਕਿ ਤੂੰ ਉੱਥੇ ਸੇਵਾ ਕਰ ਰਿਹਾ ਜਿੱਥੇ ਗੁਣਾਂ ਦਾ ਖਜ਼ਾਨਾ ਪਿਆ। ਇੱਕ ਸੂਤਰ ਵੀ ਮਿਲ ਗਿਆ, ਤੇਰਾ ਜੀਵਨ ਸਵਰ ਜਾਣਾ, ਜਨਮ ਮਰਨ ਕੱਟਿਆ ਜਾਣਾ ਹੈ। ਰਹਾਓ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਣ। ਹੁਣ ਗੁਰੂ ਬਾਬਾ ਕਹਿੰਦੇ ਕੀ ਹੈ? ਕਹਿੰਦੇ ਜੇ ਸਾਡੀ ਬਾਣੀ ਸੁਣ ਕੇ ਪੜ੍ਹ ਕੇ ਸਿੱਧਾ ਹੀ ਲੱਗਣਾ ਇਸ ਰਾਹ 'ਤੇ, ਕਹਿੰਦੇ ਫਿਰ ਰਾਮ ਨਾਮ ਜਪ, ਰਾਮ ਦਾ ਨਾਮ ਜਪ। ਕਦੋਂ ਜਪਾਂ ਬਾਬਾ? ਦਿਨ ਸਰਾਤ ਤੇਰੇ ਚਿੱਤ ਦੇ ਵਿੱਚ ਉਹਦੇ ਪਿਆਰ ਦੀ ਖਿੱਚ, ਉਹ ਰਮੇ ਹੋਏ ਦੀਆਂ ਝਲਕਾਂ, ਉਹਦਾ ਸਰੂਪ ਝਲਕਾਰੇ ਮਾਰੇ ਤੈਨੂੰ ਆਪਣੇ ਸਵਾਸਾਂ 'ਚੋਂ ਦਿਸੇ। ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਣ। ਜਿੱਦਾਂ ਹੀ ਗੁਰਮੁਖ ਹੋ ਜਾਏਗਾ, ਚੇਤਨਾ ਦਾ ਤੀਰ ਅੰਦਰ ਵੱਲ ਮੋੜ ਲਏਗਾ, ਤੇਰੇ ਅੰਦਰ ਹੀ ਹਰੀ ਧਨ ਭਰਿਆ ਪਿਆ, ਉਹ ਤੇਰੇ ਪ੍ਰਾਣਾਂ 'ਚ ਵੱਸਦਾ ਪ੍ਰਾਣਪਤੀ, ਉਹ ਹਰੀ ਉਹ ਰਾਮ। ਕਹਿੰਦੇ ਉਹਦੇ ਨਾਲ ਸਾਂਝ ਪਾ, ਗੱਲ ਜਪਣ ਤੋਂ ਹੀ ਸ਼ੁਰੂ ਹੋਣੀ ਆ। ਜਿਵੇਂ ਅਸੀਂ ਕਿਤੇ ਵੀ, ਜਿਹੜੀ ਸਾਡੀ ਸਭ ਤੋਂ ਗੂੜ੍ਹੀ ਰਿਸ਼ਤੇਦਾਰੀ ਪੈਂਦੀ ਹੈ, ਪਹਿਲੀ ਵਾਰ ਜਦੋਂ ਅਸੀਂ ਟੱਕਰਦੇ ਹਾਂ, ਇੱਕ ਗੱਲ ਹੀ ਪੁੱਛਦੇ ਹੁੰਦੇ ਇੱਕ ਦੂਜੇ ਨੂੰ, ਬਾਈ ਦਾ ਨਾਂ ਕੀ ਹੈ? ਅਗਲਾ ਕਹਿੰਦਾ ਫਲਾਨਾ ਸਿਵਾ, ਸੋਡਾ ਜੀ ਅਸੀਂ ਕਹਿੰਦੇ ਫਲਾਨਾ। ਨਾਵਾਂ ਤੋਂ ਜਾਣੂ ਹੋ ਗਏ, ਫਿਰ ਮਿਲਦੇ ਰਹੇ, ਫਿਰ ਇੱਕ ਦਿਨ ਮਨ ਬਣਿਆ ਕਹਿੰਦੇ ਰਿਸ਼ਤੇਦਾਰੀ ਨਾ ਪਾਲ ਕੇ, ਰਿਸ਼ਤੇਦਾਰੀ ਪੈ ਗਈ, ਕੁੜਮ ਬਣ ਗਏ, ਗਾਹਾਂ ਵੱਧਦੇ ਗਏ, ਜਾਣੀ ਖਾਨਦਾਨ ਇੱਕ ਹੋ ਜਾਂਦੇ ਆ। ਗੱਲ ਨਾਮ ਤੋਂ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਜਿਹੜੀ ਪਰਮ ਸੱਤਾ ਨਾ, ਉਹਦਾ ਜਿਹੜਾ ਪਾਸਵਰਡ ਆ ਉਹ ਰਾਮ ਹੈ, ਰਮੇ ਹੋਏ ਦਾ। ਕਹਿੰਦੇ ਇਹਦਾ ਜਾਪ ਕਰ, ਨਾਮ ਇਹਦੇ ਵਿੱਚ ਹੀ ਸੁਮਿਆ ਹੋਇਆ। ਜਿਹੜਾ ਇੱਕ ਓਅੰਕਾਰ ਆ ਨਾ,
ਜਿੱਥੇ ਓਂਕਾਰ ਦੀ ਅਹਿਮ ਆਉਂਦੀ ਆ ਉਹ ਰਾਮ ਦੇ ਵਿੱਚ ਰਮੀ ਹੋਈ ਆ, ਉਹ ਸਮਝਦੀ ਆ। ਜਿਵੇਂ ਗੂਗਲ ਵਿੱਚੋਂ ਗੱਲਾਂ ਜੇ ਚੱਕ ਕੇ ਸਹੀ ਚੀਜ਼ ਲਿਆ ਦਿੰਦੀ ਆ ਜਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ, ਅਤੇ ਰਾਮ ਕਹਿਣ ਨਾਲ ਇੱਕ ਓਂਕਾਰ ਵਾਲਾ ਦਰ ਖੁੱਲਦਾ। ਰਾਮ ਨਾਮ ਜਪ ਦਿਨ ਸਰਾਤ, ਇਹ ਬਾਬੇ ਦਾ ਹੁਕਮ ਹੈ ਗੁਰੂ ਨਾਨਕ ਦਾ। ਗੁਰਮੁਖ ਹਰ ਧਨ ਜਾਣ, ਤੈਨੂੰ ਅੰਦਰੋਂ ਹਰੀ ਧਨ ਦੀ ਪ੍ਰਾਪਤੀ ਹੋ ਜੂ। ਸਭ ਸੁੱਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ, ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਹੁਣ ਜਿਹੜਾ ਮਨੁੱਖ ਆ ਨਾ, ਇਹ ਜੱਗ ਸੱਚੇ ਦੀ ਕੋਠੜੀ 'ਚ ਕਰਨ ਕੀ ਆਇਆ? ਇੱਥੇ ਜਿਹੜੇ ਰੰਗ ਹੈ ਉਹਨਾਂ ਨੂੰ ਵੇਖਣ ਆਇਆ, ਜਿਹੜੇ ਰਸ ਹੈ ਉਹਨਾਂ ਨੂੰ ਭੋਗਣ ਆਇਆ। ਹੁਣ ਸਾਨੂੰ ਉਲਝਾਇਆ ਕਿਵੇਂ ਆ ਧਰਮ ਦੇ ਠੇਕੇਦਾਰਾਂ ਨੇ ਕਿ ਜਿੰਨੇ ਰਸ ਆ ਕੇ ਵਰਤਣੇ ਨਹੀਂ, ਆਹ ਵੀ ਨਹੀਂ ਖਾਣਾ, ਆਹ ਵੀ ਨਹੀਂ ਪੀਣਾ, ਇਹਨੂੰ ਹੱਥ ਨਹੀਂ ਲਾਉਣਾ, ਇਹਦੇ ਨੇੜ ਨਹੀਂ ਜਾਣਾ, ਜਿਵੇਂ ਉਹ ਰੱਬ ਨੂੰ ਮਿਲ ਕੇ ਆਏ ਹੁੰਦੇ ਆ, ਐਂ ਦਾਵਾ ਕਰਕੇ ਕਹਿੰਦੇ ਆ। ਹੁਣ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਤੂੰ ਰਾਮ ਨਾਮ ਜਪ, ਤੇਰੇ ਅੰਦਰ ਗਿਆਨ ਸਮਝ ਪੈਦਾ ਹੋਊ। ਜਦੋਂ ਹੀ ਸਮਝ ਪੈਦਾ ਹੋਣੀ ਆ, ਕਹਿੰਦੇ ਸਭ ਸੁੱਖ ਹਰ ਰਸ ਭੋਗਣੇ, ਆਹ ਜਿੰਨੇ ਸੁੱਖ ਤੇਰੇ ਲਈ ਪੈਦਾ ਕੀਤੇ ਆ ਨਾ, ਵਾਹਿਗੁਰੂ ਨੇ ਦਰਖਤ ਬਣਾਏ ਆ ਕਾਹਦੀ ਖਾਤਰ, ਮੇਰਾ ਪੁੱਤ ਸਾਵੇਂ ਬੈਠੇ। ਫਲ ਲਾਏ ਆ ਕਾਹਦੀ ਖਾਤਰ, ਮੇਰਾ ਪੁੱਤ ਖਾਲਵੇ ਫਲ ਰਸ ਮਾਣੇ ਇਹਨਾਂ ਦੇ। ਜੋ ਵੀ ਇੱਥੇ ਬਣਾਇਆ, ਜੋ ਵੀ ਪਰਮ ਪਿਤਾ ਨੇ ਬਣਾਇਆ, ਆਪਣੇ ਬੱਚਿਆਂ ਦੇ ਖੇਡਣ ਲਈ ਬਣਾਇਆ। ਹੁਣ ਪਾਰਕ ਬਣਾਇਆ ਕਾਹਦੇ ਲਈ ਬਣਾਇਆ? ਵੀ ਸਾਡੇ ਵਸਨੀਕ ਸੈਰ ਕਰਨ, ਜੇ ਉੱਥੇ ਫਲਦਾਰ ਬੂਟੇ ਲੱਗਿਆ ਕਾਹਦੇ ਲਈ? ਵੀ ਬੂਟਿਆਂ ਤੋਂ ਬੱਚੇ ਫਲ ਛੱਕ ਲੈਣ। ਹੁਣ ਜੇ ਕੋਈ ਕਹਿੰਦਾ ਵੀ ਇਹ ਫਲ ਖਾਣ ਨਾਲ ਨਰਕ ਜਾਏਗਾ, ਉਹਦਾ ਕੋਈ ਮਤਲਬ ਹੋਰ ਆ, ਉਹਨੇ ਕੋਈ ਡਰਾ ਕੇ ਹੀ ਰੱਖਣੇ ਆ ਡਾਂਗ ਨਾਲ, ਅਤੇ ਉਹਦੀ ਡਾਂਗ ਕਿਸੇ ਹੋਰ ਕੰਮ ਲਈ ਵਰਤਣੀ ਆ ਉਹਨੇ। ਅਤੇ ਗੁਰੂ ਮਹਾਰਾਜ ਤਾਂ ਕਹਿੰਦੇ ਆ ਸਭ ਸੁੱਖ ਹਰ ਰਸ ਭੋਗਣੇ, ਜਿੰਨੇ ਸੁੱਖ ਹੈ ਇਹ ਤੁਸੀਂ ਭੋਗਣ ਆਏ ਹੋ, ਇਹ ਹਰੀ ਰਸ ਦੇ ਵਿੱਚੋਂ ਹੀ ਬਣੇ ਆ। ਕਣ ਕਣ ਦੇ ਵਿੱਚ ਮਾਲਕ ਆਪ ਹੈ, ਤੁਹਾਡੀ ਵਿਵੇਕ ਬੁੱਧ ਜਾਗ ਜੇ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਅਤੇ ਜਦੋਂ ਬੁੱਧੀ ਨਾ ਕੰਮ ਕਰੇ, ਵਿਵੇਕ ਨਾ ਜਾਗੇ, ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ। ਸਭ ਸੁੱਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਕਹਿੰਦੇ ਸੰਤਾਂ ਦੀ ਸਭਾ 'ਚੋਂ ਗਿਆਨ ਲੈ ਲਿਓ। ਵੀ ਭੋਗਣੇ ਕਿਵੇਂ ਆ? ਇਕੱਲਾ ਤਾਂ ਦੇਸੀ ਘਿਓ ਪੀਤਾ ਵੀ ਦੂਜੇ ਦਿਨ ਪਤੇ ਆ ਕੀ ਕਰ ਦਿੰਦਾ। ਜਾਣੀ ਜਿਹੜੀ ਚੀਜ਼ ਵੀ ਮਹਾਰਾਜ ਕਹਿੰਦੇ ਤੈਨੂੰ ਦਿੱਤੀ ਆ ਨਾ, ਕਹਿੰਦੇ ਉਹ ਪਹਿਲਾਂ ਸਿੱਖ ਨਹੀਂ। ਵੈਦ ਦੱਸਦਾ ਕਿ ਜਿਹੜੀ ਦਵਾਈ ਤੰਦਰੁਸਤੀ ਲਿਆ ਸਕਦੀ ਹੈ, ਵੱਧ ਮਾਤਰਾ 'ਚ ਲਈ ਮੌਤ ਵੀ ਕਰ ਸਕਦੀ ਹੈ, ਇਹ ਵੈਦ ਦਾ ਸੰਗ ਕਰ ਨਹੀਂ, ਸਾਧੂ ਦਾ ਸੰਤ ਦਾ ਸੰਗ, ਸੰਤ ਸਭਾ ਮਿਲ ਗਿਆਨ। ਇਹ ਸੰਤਾਂ ਦੀ ਸਭਾ 'ਚੋਂ ਗਿਆਨ ਮਿਲਦਾ ਕਿ 36 ਪ੍ਰਕਾਰ ਦੇ ਭੋਜਨ ਕਿਵੇਂ ਛਕਣੇ ਆ। ਜਹ ਪ੍ਰਸ਼ਾਦ 36 ਅੰਮ੍ਰਿਤ ਖਾਵੇ, ਤਿਸ ਠਾਕਰ ਕੋ ਰੱਖ ਮਣ ਮਾਹੇ, ਉਹਨੂੰ ਚੇਤੇ ਰੱਖਣਾ ਪੈਂਦਾ ਜਿਹਨੇ ਬਣਾਏ ਆ। ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਕਹਿੰਦੇ ਜਿਹਨੇ ਜਪਿਆ ਅਤੇ ਸੇਵਿਆ ਨਾ ਦਿਨ ਰਾਤ, ਅਹਿਨਸ ਹੁੰਦਾ ਦਿਨ ਅਤੇ ਰਾਤ। ਕਹਿੰਦੇ ਨਿਤ ਅਹਿਨਸ ਹਰ ਪ੍ਰਭ ਸੇਵਿਆ, ਹਰੀ ਨੂੰ ਪ੍ਰਭੂ ਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ, ਰਾਮ ਨਾਮ ਦਾ ਜਾਪ ਕੀਤਾ, ਉਹਦੀ ਸੇਵਾ ਕੀਤੀ, ਸਤਿਗੁਰ ਦੀਆ ਨਾਮ। ਜਿਹੜਾ ਨਾਮ ਐਡਾ ਸੌਖਾ ਨਹੀਂ, ਜਿਹੜਾ ਅਸੀਂ ਕਹਿੰਦੇ ਮੈਂ ਮਿਲ ਗਿਆ ਜਾਂ ਲੈ ਲਿਆ, ਇੰਨੀਆਂ ਸਵਾਵਾਂ ਕਰਨ ਤੋਂ ਬਾਅਦ ਅੰਦਰ ਉਤਰਦੇ ਹੈ, ਅੰਦਰ ਪ੍ਰਕਾਸ਼ ਹੁੰਦਾ, ਹਿਰਦਾ ਸਾਫ਼ ਹੁੰਦਾ, ਮਨ ਦੀ ਮੈਲ ਉਤਰਦੀ ਹੈ, ਵਿਕਾਰ ਨਿਕਲਦੇ ਅੰਦਰੋਂ, ਸੰਤ ਸਭਾ ਦੇ ਦਰਸ਼ਨ ਕਰਿਆ, ਸਾਰਾ ਕੁਛ ਅੰਦਰੋਂ ਬਾਹਰ ਜਾਂਦਾ ਹੈ, ਫਿਰ ਸਤਿਗੁਰ ਨਾਮ ਬਖਸ਼ਿਸ਼ ਕਰਦਾ ਹੈ। ਜਿਹੜਾ ਇੱਕ ਮਿਕਤਾ ਬਖਸ਼ਦਾ ਕਰਤੇ ਪੁਰਖਣਾ, ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਛਾਣ, ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਛਾਣ, ਭਰਮੇ ਭੂਲਾ ਦੁੱਖ ਘਣੋ, ਜਮ ਮਾਰ ਕਰੈ ਖੁਲਹਾਣ, ਮਨ ਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਣ। ਪਾਤਸ਼ਾਹ ਕਹਿੰਦੇ ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਣ,
ਕਹਿੰਦੇ ਜਿਹੜਾ ਗੁਰੂ ਦੀ ਨਿੰਦਿਆ ਵੱਲ ਤੁਰ ਪੈਂਦਾ ਨਾ, ਸਾਧੂ ਦੀ ਸੰਤ ਦੀ ਗੁਰੂ ਦੀ ਨਿੰਦਿਆ ਕਰਦਾ ਹੈ, ਉਹ ਕਹਿੰਦੇ ਕੁੱਤੇ ਵਾਂਗੂ ਖੁਆਰ ਹੁੰਦਾ। ਹੁਣ ਤੁਸੀਂ ਸੋਚੋ ਵੀ ਕੁੱਤਾ ਜਿਹੜਾ ਸੜਕ 'ਤੇ ਫਿਰਦਾ ਹੁੰਦਾ, ਉਹਨੂੰ ਕਾਰ ਕੀ ਕਹਿੰਦੀ ਹੈ ਜਿਹੜੀ ਲੰਘੀ ਜਾਂਦੀ ਹੈ? ਨਾ ਉਹਨਾਂ ਬੰਦਿਆਂ ਨੂੰ ਜਾਣਦਾ, ਨਾ ਉਹ ਕੰਪਨੀ ਜਾਣਦਾ ਕਿਹੜੀ ਕੰਪਨੀ ਦੀ ਕਾਰ ਹੈ। ਜਿਉਂ ਭੱਜਦਾ ਉਹਦੇ ਮਗਰ ਵੀ ਦੰਦ ਮਾਰਨ ਦੀ ਕੋਸ਼ਿਸ਼ ਕਰਦਾ, ਜੇ ਉਹ ਬੰਦਾ ਕਾਰ ਰੋਕ ਲਏ ਫਿਰ ਮੁੜਿਆ ਆਉਂਦਾ। ਸਿਰਫ ਇਕੱਲੀ ਖੁਆਰੀ ਆ ਨਾਲੇ ਵੀ ਭੱਜ ਭੱਜ ਕੇ ਥੱਕਣਾ ਹੀ ਹੈ। ਇਹੀ ਕੰਮ ਹੁੰਦਾ ਸਾਧੂਆਂ ਦੀ ਨਿੰਦਿਆ ਕਰਨ ਵਾਲਿਆਂ ਦਾ ਕਿ ਉਹਨਾਂ ਨੇ ਬੋਲ ਬੋਲ ਕੇ ਬਸ ਨਿੰਦਾ ਹੀ ਕਰਨੀ ਹੈ। ਜੇ ਸਾਧੂ ਸਾਹਮਣੇ ਟੱਕਰ ਜੇ ਫਿਰ ਜਿਵੇਂ ਲੋਕ ਪੈਰੀ ਹੱਥ ਲਾਉਂਦੇ ਉਵੇਂ ਪੈਰੀ ਹੱਥ ਲਾ ਦੇਣੇ ਹੈ। ਇੰਨਾ ਕੁ ਕੰਮ ਹੀ ਹੈ। ਕੂਕਰ ਕੂੜ ਕਮਾਈ ਹੈ ਗੁਰ ਨਿੰਦਾ ਪਚੈ ਪਛਾਣ। ਕਹਿੰਦੇ ਉਹ ਨਿੰਦਿਆ ਕਰ ਕਰਕੇ ਕਰਕੇ ਖੁਆਰ ਹੁੰਦੇ ਰਹਿੰਦੇ ਹੈ, ਅਤੇ ਖੁਆਰੀ ਇਹੋ ਜਿਹੀ ਆਉਂਦੀ ਹੈ ਜਿਹੜੀ ਜੀਵਨ ਨੂੰ ਨੀਰਸ ਕਰ ਜਾਂਦੀ ਹੈ। ਕੋਈ ਰੰਗ ਨਹੀਂ ਦਿਸੂਗਾ ਤੁਹਾਨੂੰ ਨਿੰਦਕ ਦੇ ਮੂੰਹ 'ਤੇ, ਕੋਈ ਖੁਸ਼ੀ ਨਹੀਂ ਦਿਸੂਗੀ। ਹਰ ਵੇਲੇ ਜਿਵੇਂ ਸੂਈ ਖਾਧੀ ਹੁੰਦੀ ਐਂ ਝਾਕਦਾ। ਕਾਰਨ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ। ਮਹਾਰਾਜ ਕਹਿੰਦੇ ਮੂਰਖ ਹੁੰਦੇ ਆ ਲੋਕ ਜਿਹੜੇ ਨਿੰਦਿਆ ਕਰਦੇ, ਤਾਂ ਕਿਸੇ ਦੀ ਵੀ ਨਹੀਂ ਚੰਗੀ, ਆਮ ਜੀਵ ਦੀ ਵੀ ਨਿੰਦਿਆ ਨਹੀਂ ਚੰਗੀ। ਜਿਹੜੇ ਸਤਿਪੁਰਸ਼ ਆ ਜਿਹੜੇ ਸਾਧੂ ਆ ਉਹਨਾਂ ਦੀ ਤਾਂ ਬਿਲਕੁਲ ਵੀ ਨਹੀਂ। ਫਿਰ ਹੁੰਦਾ ਕੀ ਆ ਕਹਿੰਦੇ ਭਰਮੇ ਭੁੱਲਾ ਦੁੱਖ ਘਣੋ। ਕਹਿੰਦੇ ਅਸਲ 'ਚ ਨਾ ਉਹ ਕਿਸੇ ਭਰਮ 'ਚ ਭੁੱਲਿਆ ਵਾ, ਉਹਦੇ ਨਾਲ ਕੋਈ ਘਟਨਾ ਵਾਪਰ ਗਈ, ਉਹਨੇ ਕਿਸੇ ਤੋਂ ਗੱਲ ਸੁਣ ਸੁਣਾ ਲਈ, ਉਹਨੂੰ ਹੀ ਸੱਚ ਮੰਨ ਕੇ ਜਿਉਂ ਲੱਗਦਾ। ਕਹਿੰਦੇ ਫਿਰ ਦੁਖੀ ਹੁੰਦਾ ਰਹਿੰਦਾ। ਇਹ ਇੱਕ ਆਮ ਵੀ ਸੱਚ ਹੈ, ਕੁਦਰਤ ਦਾ ਵਿਧਾਨ ਹੈ। ਤੁਸੀਂ ਮੌਤ ਦੀ ਗੱਲ ਛੇੜ ਕੇ ਐਕਸੀਡੈਂਟਾਂ ਦੀ ਗੱਲ ਕਰਨੀ ਸ਼ੁਰੂ ਕਰ ਦਿਓ, ਅੱਧੇ ਘੰਟੇ ਦੇ ਵਿੱਚ ਸਾਰੇ ਕਮਰੇ 'ਚ ਮਾਹੌਲ ਗਮਗੀਨ ਹੋਜੂ, ਨੈਗੇਟਿਵ ਰੂਹਾਂ ਦਾ ਪਹਿਰਾ ਹੋਜੂ, ਡਰ ਲੱਗਣ ਲੱਗ ਜਾਣਾ। ਉੱਥੇ ਹੀ ਤੁਸੀਂ ਗੁਣ ਗਾਉਣ ਲੱਗ ਜਾਓ, ਚੜ੍ਹਦੀ ਕਲਾ ਦੀ ਗੱਲ ਕਰਨ ਲੱਗ ਜਾਓ, ਜੋਸ ਵਾਲੀਆਂ ਵਾਰਾਂ ਗਾਉਣ ਲੱਗ ਜਾਓ, ਹਰੀ ਸਿੰਘ ਨਲੂਏ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਯਾਦ ਕਰੋ। ਬੰਦੇ ਦੇ ਖੁਸ਼ੀ ਨਾਲ ਡੌਲੇ ਫਰਕਣ ਲੱਗ ਜਾਂਦੇ ਆ। ਪੋਜ਼ਿਟਿਵ ਪਾਵਰਾਂ ਤੁਹਾਡੇ ਹਿਰਦੇ ਨੂੰ ਆ ਸਾਂਭਦੀਆਂ। ਇਹੀ ਕਰਤੇ ਦਾ ਵਿਧਾਨ ਹੈ। ਜਿੱਦੇ ਬੰਦਾ ਸਮਝ ਜਾਂਦਾ ਹੈ ਕਿ ਬਟਨ ਲੱਗੇ ਵੇ ਆ ਖੁਸ਼ੀ ਗਮੀ ਬਿਰਹਾ ਬਰਾਗ, ਵੀ ਜਿਹੜਾ ਟੱਚ ਕਰਦਿਆਂਗੇ ਉਸੇ ਰੰਗ ਦੀ ਧਾਰ ਆਉਣੀ ਆ ਉੱਧਰੋਂ, ਫਿਰ ਕਿਉਂ ਨਾ ਅਸੀਂ ਖੁਸ਼ੀ ਨੂੰ ਟੱਚ ਕਰੀਏ, ਕਿਉਂ ਨਾ ਅਸੀਂ ਪ੍ਰੇਮ ਟੱਚ ਕਰੀਏ, ਕਿਉਂ ਨਾ ਪਿਆਰ ਟੱਚ ਕਰੀਏ। ਅਤੇ ਮਹਾਰਾਜ ਕਹਿੰਦੇ ਨਹੀਂ ਤਾਂ ਫਿਰ ਸਾਰਾ ਦਿਨ ਭਰਮੇ ਭੁੱਲਾ ਦੁੱਖ ਘਣੋ। ਘਣੋ ਹੁੰਦਾ ਬਹੁਤ ਸਾਰਾ। ਜਮ ਮਾਰ ਕਰੈ ਖਲਹਾਣ। ਕਹਿੰਦੇ ਉਹਨੂੰ ਨਾ ਫਿਰ ਇਹੋ ਜਿਹੀਆਂ ਗੁੱਝੀਆਂ ਸੱਟਾਂ ਵੱਜਦੀਆਂ। ਜਮ ਕੀ ਆ? ਕਰਤੇ ਦੇ ਨਿਯਮ, ਉਹਦੇ ਨਿਯਮ ਅਨੁਸਾਰ ਜਿਵੇਂ ਤੁਸੀਂ ਕਿਸੇ ਚੱਕ ਕੇ ਤੁਰੇ ਜਾਂਦੇ ਨੂੰ ਗਾਲ ਕੱਢਤੀ, ਉਂਗਲ ਕਰਤੀ, ਉਹਨੇ ਰਫਟ ਦੇਤੀ, ਤੁਹਾਡੇ 'ਤੇ ਮੁਕੱਦਮਾ ਦਰਜ ਹੋ ਗਿਆ, ਹੁਣ ਭੁਗਤੋ ਤਰੀਕਾਂ। ਹੁਣ ਇਹਦੇ ਚੱਕਰ ਦੇ ਵਿੱਚ ਹੀ ਤੁਸੀਂ ਭੁਗਤਦੇ ਰਹਿਣਾ ਹੈ, ਕਿਉਂਕਿ ਜਦੋਂ ਕੁਛ ਕਰਾਂਗੇ ਕਰਤੇ ਦੇ ਵੀ ਵਿਧਾਨ ਹੈ, ਉਸ ਵਿਧਾਨ ਅਨੁਸਾਰ ਉਹ ਤੁਹਾਨੂੰ ਉਲਝਾ ਲੈਂਦਾ। ਮਨਮੁੱਖ ਸੁੱਖ ਨਾ ਪਾਈਐ ਗੁਰਮੁਖ ਸੁੱਖ ਸੁਭਾਣ। ਮਨਮੁੱਖ ਦੀ ਅਤੇ ਗੁਰਮੁਖ ਦੀ ਨਿਸ਼ਾਨੀ ਕੀ ਹੈ? ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਦੱਸ ਰਹੇ ਹੈ, ਇੱਕ ਗੱਲ ਯਾਦ ਰੱਖਣੀ ਹੈ, ਮਨਮੁੱਖ ਦਾ ਕੋਈ ਪਹਿਰਾਵਾ ਨਹੀਂ, ਗੁਰਮੁਖ ਦਾ ਵੀ ਕੋਈ ਪਹਿਰਾਵਾ ਨਹੀਂ। ਮਨਮੁੱਖ ਵੀ ਇੱਕ ਬਾਹਰੀ ਅਵਸਥਾ ਹੈ, ਜਿਹੜਾ ਬਾਹਰ ਮੁਖੀ ਆ ਨਿੰਦਿਆਂ ਨਾਲ ਜੁੜਿਆ ਹੋਇਆ। ਗੁਰਮੁਖ ਇੱਕ ਅੰਦਰੂਨੀ ਅਵਸਥਾ ਹੈ, ਜਿਹਦੀ ਚੇਤਨਾ ਦਾ ਤੀਰ ਅੰਦਰ ਵੱਲ ਹੈ, ਜਿਹੜਾ ਅੰਦਰ ਦੀ ਸਮਝ ਰੱਖਦਾ ਹੈ, ਜਿਹੜਾ ਸਤਿਪੁਰਸ਼ਾਂ ਨਾਲ, ਗੁਰੂਆਂ ਨਾਲ, ਸਾਧੂਆਂ ਨਾਲ, ਵਿਦਵਾਨਾਂ ਨਾਲ ਜੁੜਿਆ ਹੋਇਆ, ਜਿਹਨੂੰ ਅੰਦਰੋਂ ਸਮਝ ਹੈ ਦੋਨਾਂ ਦਾ ਜੀਵਨ ਕਿਵੇਂ ਹੈ। ਮਹਾਰਾਜ ਕਹਿੰਦੇ ਮਨਮੁੱਖ ਸੁੱਖ ਨਾ ਪਾਈ ਹੈ, ਇਹ ਪਰਮਾਨੈਂਟ ਸਿਸਟਮ ਹੈ ਕਿ ਜਿਹੜਾ ਬਾਹਰ ਮੁਖੀ ਹੈ, ਨਿੰਦਕ ਹੈ, ਉਹਨੂੰ ਕਦੇ ਜ਼ਿੰਦਗੀ 'ਚ ਸੁੱਖ ਨਹੀਂ ਮਿਲਦਾ, ਕਾਸੇ ਦਾ ਵੀ ਰੋਕ ਲੱਗ ਜਾਂਦੀ ਹੈ। ਗੁਰਮੁਖ ਸੁੱਖ ਸੁਭਾਣ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ, ਸੁਭਾਣ ਹੁੰਦਾ ਅਚਰਜ, ਉਹਨੂੰ ਅਚਰਜ ਸੁੱਖ ਮਿਲਦੇ ਆ, ਆਨੰਦ ਮਿਲਦੇ ਆ, ਇੱਕਮਿਕਤਾ ਮਿਲਦੀ ਹੈ। ਹੁਣ ਜਿਹਨੂੰ ਤੁਸੀਂ ਗੁਰਮੁਖ ਸਮਝਦੇ ਹੋ, ਜੇ ਉਹ ਆਸਾ ਤ੍ਰਿਸ਼ਨਾ 'ਚ ਤੁਰਿਆ ਫਿਰਦਾ, ਭਟਕਦਾ ਫਿਰਦਾ, ਉਹਦੇ ਕੋਲ ਸੁੱਖ ਹੀ ਨਹੀਂ, ਫਿਰ ਸੋਨੂੰ ਭੁਲੇਖਾ ਵੀ ਉਹ ਗੁਰਮੁਖ ਹੈ? ਗੁਰਮੁਖ ਹੈ ਨਹੀਂ, ਕਿਉਂਕਿ ਗੁਰਮੁਖ ਦੇ ਹਿਰਦੇ ਦੇ ਵਿੱਚ ਕਦੇ ਤਪਸ ਨਹੀਂ ਹੁੰਦੀ, ਆਸਾ ਤ੍ਰਿਸ਼ਨਾ ਨਹੀਂ ਹੁੰਦੀ, ਹਰ ਵੇਲੇ ਦਿਨ ਰਾਤ ਅਹਿਨਿਸ ਉਹ ਰਾਮ ਦਾ ਕਰਤੇ ਦਾ ਨਾਮ ਜਪਦਾ, ਉਹ ਰਮੇ ਹੋਏ ਨਾਲ ਇੱਕਮਿਕਤਾ ਰੱਖਦਾ। ਇੱਥੇ ਧੰਦ ਪਟਾਈਐ ਸੱਚ ਲਿਖਤ ਪਰਵਾਣ। ਕਈ ਵਾਰੀ ਜਦੋਂ ਇਕੱਲੇ ਬਾਣੀ ਪੜ੍ਹਦੇ ਹਾਂ ਨਾ, ਇਹ ਲੱਗਦਾ ਵੀ ਗੁਰੂ ਨਾਨਕ ਦੇ ਨਾਂ 'ਤੇ ਜਿਹੜਾ ਕਿਹਾ ਵੀ ਉਹਨੇ ਸੋਨੂੰ ਇਕੱਲੀ ਕਿਰਤ ਕਰਨ ਨੂੰ ਕਿਹਾ, ਵੀ ਸ਼ਾਇਦ ਇਹ ਕਿਸੇ ਨੇ ਬਹੁਤ ਵੱਡਾ ਝੂਠ ਫੈਲਾਇਆ।
क्योंकि गुरु नानक जिथे भी गल करनगे बाणी च जिहड़े संसार दे जंजाल आ इन्हां नूं धंद पिटणे ही कहणगे किन्ना चिर जिन्ना चिर अपने आपे नूं जाणदा नहीं हुण जिन्ना चिर अपने आपे नूं नहीं जाणदा जे उह टाइम ही नहीं दिंदा अपने आप नूं किरत दे नां ते तुरिया फिरदा है तो जाणूगा कित्थों हुण मालक इत्थे भी आई कहिंदे आ ਇੱਥੇ ਧੰਦ ਪਿਟਾਈ ਹੈ ਸੱਚ ਲਿਖਤ ਪ੍ਰਵਾਨ ਇੱਥੇ ਕਹਿੰਦੇ ਹੁਣ ਤੁਹਾਨੂੰ ਭੇਜਿਆ ਇਸ ਲੋਕ 'ਚ ਕਹਿੰਦੇ ਇਸ ਜਨਮ 'ਚ ਇੱਥੇ ਫਿਰ ਧੰਦਾ ਸ਼ੁਰੂ ਕਰਦੇ ਆ ਧੰਦ ਜਾਣੀ ਜੰਜਾਲ ਕਹਿੰਦੇ ਇਕੱਲਾ ਸ਼ੁਰੂ ਹੀ ਨਹੀਂ ਕਰਿਆ ਧੰਦ ਪਿੱਟਿਆ ਖੜ੍ਹੇ ਹੀ ਨਹੀਂ ਛੱਡਿਆ ਦਿਨ ਰਾਤ ਦੁਨੀਆਂ ਦੇ ਜੰਜਾਲਾਂ ਵਿੱਚ ਹੀ ਖਚਤ ਰਿਹਾ ਜੇ ਕਿਸੇ ਨੇ ਕਿਹਾ ਵੀ ਪਾਠ ਕਰਦਾ ਨਾਮ ਜਪਲਾ ਕਹਿੰਦਾ ਮਰਨ ਦਾ ਟਾਈਮ ਨਹੀਂ ਇਹ ਤਾਂ ਤੁਹਾਡੇ ਅੱਗੇ ਵਿਹਲਿਆਂ ਦੀਆਂ ਗੱਲਾਂ ਇੱਥੇ ਧੰਦ ਪਟਾਈ ਹੈ ਸੱਚ ਲਿਖਤ ਪ੍ਰਮਾਣ ਮਹਾਰਾਜ ਕਹਿੰਦੇ ਸੱਚ ਦੀ ਲਿਖਤ ਹੈ ਇਹ ਕਰਤੇ ਦੇ ਦਰ ਤੱਕ ਕਬੂਲ ਹੁੰਦੀ ਹੈ ਧੰਦਿਆਂ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਜਨਮ ਮਰਨ ਦਾ ਚੱਕਰ ਹੀ ਮਿਲਦਾ ਧੰਦਿਆਂ 'ਚੋਂ ਟਾਈਮ ਕੱਢ ਕੇ ਬਾਣੀ ਪੜ੍ਹਨੀ ਪੈਣੀ ਹੈ ਸੁਣਨੀ ਪੈਣੀ ਹੈ ਆਪਣੇ ਆਪ ਨੂੰ ਜਾਣਨਾ ਪੈਣਾ ਜਿਹੜੀ ਕਿਰਤ ਵਾਲੀ ਗੱਲ ਸੀ ਨਾ ਉਹ ਇਹੀ ਕਹੀ ਸੀ ਬਾਬੇ ਨੇ ਕਿ ਮੈਂ ਦੁਨੀਆਂ ਘੁੰਮ ਕੇ ਦੇਖ ਲਈ ਮੰਗ ਕੇ ਖਾਧਾ ਕੰਮ ਹੀ ਨਹੀਂ ਕਰਦਾ ਚਿੱਤ 'ਚ ਭਟਕਣਾ ਲਿਆਉਂਦਾ ਪਤਾ ਨਹੀਂ ਅਗਲਾ ਕਿਹੜੀ ਨੀਤ ਨਾਲ ਦਿੰਦਾ ਜਿਹੜੇ ਬੰਦੇ ਨੇ ਅੰਦਰ ਸੁੱਖ ਅਤੇ ਸ਼ਾਂਤੀ ਅਤੇ ਖੁਦਦਾਰੀ ਪਾਉਣੀ ਹੈ ਆਪਣੀ ਜ਼ਮੀਰ ਨਾਲ ਇੱਕਮਿਕ ਹੋ ਕੇ ਕਰਤੇ ਨਾਲ ਇੱਕਮਿਕ ਹੋਣਾ ਹੈ ਉਹਨੂੰ ਖੁਦ ਦਾ ਹੀ ਕੋਈ ਕੰਮ ਕਰਨਾ ਚਾਹੀਦਾ ਖੁਦ ਦੀ ਕੋਈ ਕਿਰਤ ਕਰਨੀ ਚਾਹੀਦੀ ਹੈ ਨਾ ਕਿ ਉਹਦੀ ਡੋਰੀ ਮੰਗਣ 'ਤੇ ਹੋਵੇ ਅਤੇ ਉਹਦੇ ਵਿੱਚ ਕਿਰਤ ਇਕੱਲੀ ਖੇਤੀ ਨਹੀਂ ਵਕੀਲ ਆਪਦੇ ਦਿਮਾਗ ਦੀ ਕਿਰਤ ਕਰਦਾ ਹੈ ਪੜ੍ਹਨ ਵਾਲਾ ਪੜ੍ਹਾਈ ਨੂੰ ਕਿਰਤ ਮੰਨ ਕੇ ਪੜ੍ਹਦਾ ਉਹ ਗਾਹਾਂ ਪੜ੍ਹਾਉਂਦਾ ਹੈ ਮਾਸਟਰ ਆਪ ਸਿੱਖ ਕੇ ਦੂਜਿਆਂ ਨੂੰ ਸਿਖਾਉਂਦਾ ਹਰ ਚੀਜ਼ ਹੀ ਕਿਰਤ ਹੁੰਦੀ ਹੈ ਜਿਹੜੀ ਤੁਸੀਂ ਦੂਜਿਆਂ ਨੂੰ ਵੰਡਦੇ ਹੋ ਗਿਆਨ ਇਕੱਠਾ ਕਰਨਾ ਫਿਰ ਵੰਡਣਾ ਇਹ ਵੀ ਇੱਕ ਕਿਰਤ ਆ ਮਹਾਰਾਜ ਕਹਿੰਦੇ ਇੱਥੇ ਧੰਦ ਪਟਾਈ ਹੈ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਕਹਿੰਦੇ ਗੁਰੂ ਦੀ ਜਿਹੜੀ ਕਰਨੀ ਆ ਨਾ ਜਿਹੜੀ ਗੁਰੂ ਵਾਲੀ ਕਾਰ ਹੈ ਜਿਹੜੀ ਗੱਲ ਗੁਰੂ ਕਹਿੰਦਾ ਉਹੀ ਸ੍ਰੇਸ਼ਟ ਅਤੇ ਪ੍ਰਧਾਨ ਆ ਦੁਨੀਆਂ 'ਤੇ ਜੇ ਗੁਰੂ ਨੇ ਕਿਹਾ ਆਹ ਜਪ ਲਾ ਤਾਂ ਉਹ ਜਪਣਾ ਹੀ ਪੈਣਾ ਜੇ ਗੁਰੂ ਨੇ ਕਿਹਾ ਧਿਆਲ ਆ ਤਾਂ ਧਿਆਉਣਾ ਪੈਣਾ ਜੇ ਗੁਰੂ ਨੇ ਕਿਹਾ ਸੇਵ ਲਾ ਸੇਵਾ ਕਰ ਲਾ ਤਾਂ ਸੇਵਾ ਕਹਿੰਦੇ ਹਰ ਸੱਜਣ ਗੁਰ ਸੇਵਦਾ ਜਿਹੜਾ ਹਰੀ ਆਪ ਆ ਨਾ ਮਾਲਕ ਉਹ ਵੀ ਸੱਜਣ ਬਣ ਜਾਂਦਾ ਹੈ ਉਹ ਵੀ ਗੁਰੂ ਦੇ ਰੂਪ 'ਚ ਸਾਹਮਣੇ ਹੈ ਗੁਰ ਕਰਨੀ ਪ੍ਰਧਾਨ ਗੁਰੂ ਦੀ ਕਰਨੀ ਪ੍ਰਧਾਨ ਹੈ ਹੁਣ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਪਰਮਾਤਮਾ ਨੂੰ ਮੰਨਦਾ ਪਰਮਾਤਮਾ ਤਾਂ ਸਰਵ ਵਿਆਪਕ ਇੱਕ ਨੂਰ ਹੈ ਮੰਨਣਾ ਤਾਂ ਗੁਰੂ ਨੂੰ ਪੈਣਾ ਹੈ ਹਉਮੈ 'ਤੇ ਚੋਟ ਤਾਂ ਗੁਰੂ ਨੇ ਮਾਰਨੀ ਹੈ ਜੇ ਸਨ 'ਚ ਗੁਰੂ ਹੈ ਨਹੀਂ ਸਾਧੂ ਹੈ ਨਹੀਂ ਉਹ ਇੱਕ ਬਹਾਨਾ ਬੰਦੇ ਦਾ ਅਤੇ ਉਹ ਇੰਨਾ ਹੰਕਾਰੀ ਹੋ ਜਾਂਦਾ ਹੈ ਇੰਨਾ ਹਉਮੈ ਦੇ ਘੋੜੇ 'ਤੇ ਸਵਾਰ ਹੁੰਦਾ ਉਹਦੀ ਅੱਖ ਦੱਸ ਦਿੰਦੀ ਹੈ ਕਿ ਇਹ ਕਰਦਾ ਕੀ ਫਿਰਦਾ ਮਹਾਰਾਜ ਕਹਿੰਦੇ ਗੁਰੂ ਸਨ 'ਚ ਜ਼ਰੂਰੀ ਹੈ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਗੁਰੂ ਦੀ ਜਿਹੜੀ ਕਰਨੀ ਕਹਿਣੀ ਆ ਉਹੀ ਪ੍ਰਧਾਨ ਹੈ ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨਿਸ਼ਾਨ ਬਾਬਾ ਕਹਿੰਦਾ ਮੈਂ ਤੁਹਾਨੂੰ ਦਰਗਾਹ ਤੋਂ ਲਿਆ ਕੇ ਨਿਸ਼ਾਨ ਦਿੱਤਾ ਨਾਮ ਦਿੱਤਾ ਤੁਹਾਨੂੰ ਸਾਰਿਆਂ ਨੂੰ ਸਰਵ ਵਿਆਪਕ ਜਿਹੜਾ ਲੁੱਕ ਕੇ ਨਹੀਂ ਉਹਦੇ ਨਹੀਂ ਤੁਹਾਨੂੰ ਦੱਸਤਾ ਵੀ ਉਹਦੀ ਜਿਹੜੀ ਪ੍ਰੈਜੈਂਸ ਆ ਨਾ ਉਹ ਇੱਕ ਓਅੰਕਾਰ ਸਤਨਾਮ ਇਹ ਸੱਚਾ ਨਾਮ ਹੈ ਇਹਨੂੰ ਦਿਲੋਂ ਨਾ ਵਿਸਾਰਿਓ ਜਿੰਨੇ ਹੋਰ ਮੰਤਰ ਹੈ ਇਹਦੇ ਉਪ ਮੰਤਰ ਹੈ ਬੇਸ਼ੱਕ ਓਮ ਹੈ ਸੋਮ ਹੈ ਹਰੀ ਹੈ ਵਾਹਿਗੁਰੂ ਹੈ ਉਹ ਇੱਧਰ ਨੂੰ ਲਿਆਉਣ ਵਾਲੇ ਆ ਐਂਡ ਇਹੀ ਹੈ ਇੱਕ ਓਅੰਕਾਰ ਇਹੀ ਸੱਚਾ ਨਾਮ ਹੈ ਇਹਨੂੰ ਨਾ ਵਿਸਾਰਿਓ ਜਿਹਨੇ ਗੁਰੂ ਨਾਨਕ ਕੋਲ ਪਹੁੰਚਣਾ ਹੈ ਜਿਹਨੇ ਸੱਚਖੰਡ ਨਾਲ ਵਾਹ ਪਾਉਣਾ ਹੈ ਜਿਹਨੇ ਕਰਤੇ ਨਾਲ ਵਾਹ ਪਾਉਣਾ ਹੈ ਉਹਦੇ ਕੋਲ ਦਰਗਾਹੀ ਨਿਸ਼ਾਨ ਉਹਦੇ ਹਿਰਦੇ 'ਚ ਜਦੋਂ ਵਿਹਲਾ ਬੈਠਾ ਆਪਦੇ ਮੱਥੇ 'ਚ ਲਿਖ ਲਿਖ ਦੇਖੇ ਸੁਰਤ ਨਾਲ ਤਾਂ ਕਿ ਜਿੱਥੇ ਗੁਰੂ ਦੁਆਰ ਹੈ ਉੱਥੇ ਸੁਰਤ ਲੱਗੀ ਰਹੇ ਅਤੇ ਉਹ ਗੁਰੂ ਦੁਆਰ ਖੁੱਲ੍ਹ ਜੇ ਸਾਡੀ ਜਿਹੜਾ ਪਿੰਗਲਾ ਸੁਖਮਣਾ ਇੱਕ ਹੋ ਜਾਣ ਸੁਰਤੀ ਦੇ ਨਾਲ ਇਹਨੂੰ ਇੱਕ ਓਂਕਾਰ ਨੂੰ ਮੱਥੇ 'ਤੇ ਲਿਖਣ ਦੀ ਕੋਸ਼ਿਸ਼ ਕਰਿਓ ਬੜੇ ਰਿਜ਼ਲਟ ਮਿਲਣਗੇ ਸਾਰੀ ਸੁਰਤ ਇੱਥੇ ਆ ਜਾਣੀ ਹੈ ਜਿੱਥੇ ਸਾਨੂੰ ਲਿਆਉਣੀ ਚਾਹੀਦੀ ਹੈ ਕਹਿੰਦੇ ਵਿਸਰੇ ਨਾ ਕਦੇ ਵੀ ਅਹਿਨਸ ਦਿਨ ਰਾਤ ਇਹਨੂੰ ਚੇਤੇ ਰੱਖਣਾ ਹੈ ਕਰਮ ਸੱਚਾ ਨਿਸ਼ਾਨ ਕਹਿੰਦੇ ਇਹੀ ਕਰਮ ਹੈ ਸੱਚਾ ਇਹੀ ਨਿਸ਼ਾਨ ਸਾਂਭ ਕੇ ਰੱਖਣਾ ਹੈ ਇਹ ਦਰਗਾਹ ਦਾ ਪ੍ਰਵਾਨਾ ਹੈ ਹਰ ਦੁੱਖ ਦੇ ਸੁੱਖ ਦੇ ਮੂਲ ਮੰਤਰ ਦੇ ਕੰਮ ਆਉਣਾ ਹੈ
ਆ ਜਦੋਂ ਕੰਪਨੀ ਸਰਕਾਰ ਨੇ ਪੰਗੇ ਨਹੀਂ ਪਾਏ ਸੀ ਨਾ, ਆਪਦਾ ਵਿਧਾਨ ਬਣਾ ਕੇ ਵੰਡਿਆ ਨਹੀਂ ਸੀ, ਆਪਦੀਆਂ ਜਥੇਬੰਦੀਆਂ ਨਹੀਂ ਸੀ ਛੱਡੀਆਂ ਪੰਜਾਬ 'ਚ, ਉਦੋਂ ਜਿੰਨੇ ਗ੍ਰੰਥ ਪੜ੍ਹ ਲਓ ਉਦੋਂ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਜਿੰਨੇ ਸਾਧੂ ਸੰਤ ਫੈਲੇ ਹੋਏ ਸੀ ਦੁਨੀਆ 'ਚ, ਜਿਨ੍ਹਾਂ ਨੂੰ ਗੁਰੂਆਂ ਨੇ ਡਿਊਟੀਆਂ ਦਿੱਤੀਆਂ ਸੀ, ਮੂਲ ਮੰਤਰ ਦਾ 125,000 ਜਾਪ ਆਮ ਹੀ ਕਰਾ ਦਿੰਦੇ ਸੀ, ਛੋਟੇ ਛੋਟੇ ਬੱਚੇ ਕਰ ਲੈਂਦੇ ਸੀ, ਇੱਕ ਓਂਕਾਰ ਸਤਨਾਮ ਸਭ ਦੇ ਚੇਤੇ ਸੀ, ਮੂਲ ਮੰਤਰ ਸਭ ਦੇ ਚੇਤੇ ਸੀ, ਜਪਜੀ ਸਾਹਿਬ ਦਾ ਪਾਠ ਸਭ ਦੇ ਚੇਤੇ ਸੀ। ਮਸਕੀਨ ਸਾਹਿਬ ਨੇ ਇੱਕ ਵਾਰੀ ਦੱਸਿਆ ਸੀ, ਕਹਿੰਦੇ ਅਸੀਂ ਬਿਹਾਰ 'ਚ ਗਏ, ਇਹੋ ਜਿਹਾ ਇਲਾਕਾ ਸੀ ਜਿੱਥੇ ਸਿੱਖਾਂ ਦਾ ਨਾਂ ਨਿਸ਼ਾਨ ਨਹੀਂ ਸੀ, ਵੈਸੇ ਗਏ ਸੀ ਯਾਤਰਾ 'ਤੇ, ਕਹਿੰਦੇ ਉੱਥੇ ਗਏ ਤਾਂ ਇੱਕ ਘਰੇ ਸਾਨੂੰ ਸੱਦਾ ਮਿਲਿਆ, ਉਹ ਕਹਿੰਦੇ ਅਸੀਂ ਟੀ ਵੀ 'ਤੇ ਵੇਖਦੇ ਹੁੰਦੇ ਹਾਂ ਤੁਹਾਨੂੰ, ਅਸੀਂ ਪ੍ਰਸ਼ਾਦਾ ਛਕਾਉਣਾ ਹੈ। ਜਦੋਂ ਕਹਿੰਦੇ ਅੱਗੇ ਅਸੀਂ ਗਏ, ਉਹ ਨੋਰਮਲ ਜੇ ਗਰੀਬ ਘਰ, ਝੁੱਗੀਆਂ ਝੋਪੜੀਆਂ ਜਿਵੇਂ ਹੁੰਦੀਆਂ, ਬਿਹਾਰ ਕੰਨੀ ਦਾ ਜ਼ਿਆਦਾਤਰ ਤਕੜਿਆਂ ਦੇ ਵੀ ਇੰਨੇ ਕੀ ਘਰ ਹੁੰਦੇ ਆ ਕੱਚੇ ਜੇ। ਜਦੋਂ ਕਹਿੰਦੇ ਅਸੀਂ ਗਏ ਬੈਠੇ, ਉਹਨਾਂ ਨੇ ਪ੍ਰਸ਼ਾਦਾ ਛਕਾਇਆ, ਬਹੁਤ ਬਜ਼ੁਰਗ 90 ਸਾਲਾਂ ਦੀ ਬੁੜੀ ਕਹਿੰਦੇ ਮੇਰੇ ਕੋਲ ਆ ਕੇ ਬੇਨਤੀ ਕਰਨ ਲੱਗ ਗਈ, ਕਹਿੰਦੀ ਮਸਕੀਨ ਜੀ ਤੁਹਾਨੂੰ ਸੁਣਦੇ ਹਾਂ, ਤੁਸੀਂ ਗੁਰੂ ਰੂਪ ਹੋ, ਇੱਕ ਕਿਰਪਾ ਕਰਕੇ ਜਾਓ ਮੇਰੀ ਨੂੰਹ 'ਤੇ। ਕਹਿੰਦੇ ਅਸੀਂ ਆਖਿਆ ਕਿ, ਕਹਿੰਦੇ ਇਹਨੂੰ ਗੁਰੂ ਧਾਰਨਾ ਕਰਾਓ, ਨਾਮਦਾਨ ਦੇ ਕੇ ਜਾਓ ਜੀ। ਤੋਂ ਕਹਿੰਦੀ ਮੈਂ ਨਾਮਦਾਨ ਲਿਆ ਸੀ ਗੁਰਮੁਖ ਤੋਂ, ਸਾਧੂ ਤੋਂ, ਸੰਤ ਤੋਂ, ਉਹ ਬਜ਼ੁਰਗ ਤਾਂ ਸੁਰਗਵਾਸ ਹੋ ਚੁੱਕੇ ਆ ਬਹੁਤ ਸਾਲ ਪਹਿਲਾਂ, ਹੁਣ ਸਾਨੂੰ ਕੋਈ ਗੁਰੂ ਨਾਨਕ ਦੇ ਘਰ ਦਾ ਸਾਧੂ ਗੁਰਮੁਖ ਮਿਲਿਆ ਹੀ ਨਹੀਂ ਸੀ, ਸ਼ੁਕਰ ਹੈ ਤੁਸੀਂ ਸਾਡੇ ਨਗਰਾਂ 'ਚ ਆਏ, ਹੁਣ ਨਾਮਦਾਨ ਦੇ ਜਾਓ। ਹੁਣ ਜਿਹੜਾ ਅੰਗਰੇਜ਼ਾਂ ਨੇ ਫਲਾਇਆ ਵਾ ਜਾਲ ਆ ਵੀ ਨਾਮਦਾਨ ਦੇਣਾ ਹੀ ਨਹੀਂ, ਸਿੱਖ ਨੇ ਕਹਾ ਇਹ ਕਹਿਣੇ ਹੀ ਨਹੀਂ ਤੂੰ ਨਾਮ ਜਪ ਲਿਆ ਕਰਕੇ ਅਤੇ ਤੂੰ ਗੁਰੂ ਨਾ ਬਣ ਜੇ, ਕਿਉਂਕਿ ਜਿਹੜਾ ਦੂਜੇ ਨੂੰ ਕਹੂੰ ਤੂੰ ਜਪ ਤੂੰ ਪੜ੍ਹ ਅਤੇ ਉਹਦੇ ਲਈ ਤਾਂ ਉਹਦਾ ਗੁਰੂ ਹੋ ਗਿਆ। ਇੰਨਾ ਡਰਾਇਆ ਉਹਨਾਂ ਨੇ ਗੁਰੂ ਲਫ਼ਜ਼ ਤੋਂ, ਗੁੜ ਨੂੰ ਵੀ ਗੁੜ ਨਹੀਂ ਸੀ ਕਹਿਣ ਦਿੰਦੇ, ਅਤੇ ਇਹੋ ਜਿਹੀਆਂ ਜਥੇਬੰਦੀਆਂ ਛੱਡੀਆਂ ਵੀ ਇਸ ਗੱਲ ਦੇ ਖਿਲਾਫ਼ ਮੋਰਚਾ ਖੋਲ੍ਹ ਲਓ, ਕਿਉਂਕਿ ਜਿਹੜਾ ਗੁਰੂ ਕਹੂ ਉਹ ਗੁਰੂ ਦੀ ਗੱਲ ਵੀ ਮੰਨੋ, ਉਹਦੇ ਅਧੀਨ ਵੀ ਰਹੋ। ਉਹਨਾਂ ਨੇ ਫਿਰ ਨਵਾਂ ਲਫ਼ਜ਼ ਕੱਢਿਆ, ਕਹਿੰਦੇ ਜੇ ਜਵਾਨੀ ਸਾਹਿਬ ਦਾ ਟੀਚਰ ਕਹਿ ਲਓ, ਗੁਰੂ ਨਹੀਂ ਕਹਿਣਾ। ਨਹੀਂ, ਸਾਰੀ ਗੁਰਬਾਣੀ ਕਹੀ ਜਾਂਦੀ ਹੈ ਵੀ ਗੁਰੂ ਕਹੋ, ਸਾਧੂ ਕਹੋ, ਸੰਤ ਕਹੋ, ਜੁੜੋ। ਉੱਥੋਂ ਮਸਕੀਨ ਕਹਿੰਦੇ ਮੈਂ ਡਰਾਂ, ਕਹਿੰਦੇ ਮੈਂ ਆਖਿਆ ਵੀ ਸਾਡੇ ਤਾਂ ਹੁਣ ਉਵੇਂ ਵਿਧਾਨ ਨਹੀਂ ਹੈ। ਉਹ ਕਹਿੰਦੀ ਵੀ ਮੈਨੂੰ, ਕਹਿੰਦਾ ਮੈਂ ਕਿਹਾ ਤੂੰ ਦੱਸ ਤੈਨੂੰ ਕਿਹਾ ਕੀ ਸੀ ਉਹ ਜਿਹੜਾ ਗੁਰਮੁਖ ਆਇਆ ਸੀ। ਕਹਿੰਦਾ ਉਹਨੇ ਪੜ੍ਹ ਕੇ ਸੁਣਾਇਆ ਮੈਨੂੰ, ਉਹਨੇ ਦਿੱਤਾ ਸੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਕਹਿੰਦੀ ਪਹਿਲਾਂ ਮੈਂ ਇਹ 125,000 ਕੀਤਾ, ਉਦੋਂ ਮੇਰੀ ਜਵਾਨੀ ਦੀ ਉਮਰ ਸੀ, ਮੁੜ ਕੇ ਮਾਲਾ ਨਾ ਮੈਂ ਇਹਨੂੰ ਹਰ ਵੇਲੇ ਕਰਦੀ ਰਹਿੰਦੀ ਹਾਂ, ਮੈਂ ਗੁਰੂ ਨਾਨਕ ਦੇ ਦਰ ਘਰ ਨਾਲ ਜੁੜੀ ਹੋਈ ਹਾਂ। ਕਹਿੰਦੇ ਫਿਰ ਅਸੀਂ ਹੋਰ ਲੋਕਾਂ ਨੂੰ ਪੁੱਛੋ, ਕਹਿੰਦੇ ਵੀ ਸਾਡੇ ਸਾਰੇ ਲੋਕ ਇਹ ਜਪਦੇ ਆ, ਅੱਗੇ ਗੁਰਸਿੱਖ ਜਾਂਦੇ ਆਪਦੀ ਆਪ, ਹੁਣ ਅਸੀਂ ਝਾਕਦੇ ਹਾਂ ਕਮੇਟੀ ਕੰਨੀ, ਆਪਦੀ ਆਪ ਜਾਂਦੇ ਪਿੰਡਾਂ 'ਚ ਉੱਤਰਦੇ, ਉਹਨਾਂ ਨੂੰ ਨਾਮ ਨਾਲ ਜੋੜ ਕੇ ਆਉਂਦੇ, ਹੁਣ ਜਿਹੜੇ ਜਾਂਦੇ ਉਹ ਕੀ ਕਰਦੇ ਆ, ਜਿਵੇਂ ਆਪਣੇ ਨਾਲ ਵੀ ਹੋ ਰਿਹਾ ਆਪਾਂ ਕਿਉਂ ਨਹੀਂ ਮਗਰ ਲੱਗ ਰਹੇ। ਅਸੀਂ ਪੰਜਾਬੀ ਲੋਕ ਹਾਂ, ਸਾਡਾ ਇੱਕ ਵਿਰਸਾ, ਸਾਡੀ ਇੱਕ ਵਿਰਾਸਤ ਹੈ, ਵਿਆਹਾਂ 'ਚ ਸਿੱਠਣੀਆਂ ਗਾਉਣੀਆਂ, ਵਿਆਹਾਂ 'ਚ ਭੰਗੜੇ ਪਾਉਣੇ, ਵਿਆਹਾਂ 'ਚ ਨੱਚਣਾ, ਚੰਗੇ ਖਾਧ ਪਦਾਰਥ ਛਕਣੇ, ਪੰਜਾਬੀਆਂ ਦਾ ਮੂਲ ਸੁਭਾਅ। ਪੰਜਾਬੀ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ। ਹੁਣ ਜਿਹੜਾ ਸਾਨੂੰ ਸਿੱਖ ਬਣਾਉਣ ਆਉਂਦਾ, ਉਹ ਕਹਿੰਦਾ ਵੀ ਆਪਦਾ ਵਿਰਸਾ ਛੱਡ ਪਹਿਲਾਂ, ਵਿਆਹ 'ਚ ਨਾਚ ਨਹੀਂ ਕਰਨਾ, ਵਿਆਹ 'ਚ ਗਾਉਣਾ ਨਹੀਂ, ਵਿਆਹ 'ਚ ਗਿੱਧਾ ਨਹੀਂ ਪਾਉਣਾ, ਸਿੱਠਣੀਆਂ ਨਹੀਂ ਗਾਉਣੀਆਂ, ਆਹ ਨਹੀਂ ਕਰਨਾ। ਹੁਣ ਪੰਜਾਬੀ ਸੋਚਦਾ ਫਿਰ ਕਰਨ ਕੀ ਆਏ ਹਾਂ, ਫਿਰ ਇਕੱਲੀ ਮੌਤ ਹੀ ਡੀਕਾਂਗੇ ਘਰੇ ਬਹਿ ਕੇ। ਉਹ ਕਹਿੰਦੇ ਨਾ ਭਾਈ, ਅਸੀਂ ਤਾਂ ਇੰਝ ਹੀ ਚੰਗੇ, ਅੱਧ ਵਿਚਾਲੇ ਜੇ ਪੱਗ ਜੀ ਬੰਨ ਲਈ, ਦਾੜੀ ਕਟਾ ਲਈ, ਸਾਰੇ ਪਾਸੇ ਸੌਖੇ ਹਾਂ। ਉਹ ਤਾਂ ਨਹੀਂ ਜਾ ਰਹੇ ਕਿਉਂਕਿ ਅਸੀਂ ਵਿਰਸਾ ਛਡਾਉਣ ਲੱਗ ਗਏ। ਹੁਣ ਤੁਸੀਂ ਕਿਸੇ ਹਿੰਦੀ ਭਾਸੀ ਸੂਬੇ 'ਚ ਜਾਓਗੇ, ਉਹਨਾਂ ਦੀ ਇੱਕ ਆਪਣੀ ਵਿਰਾਸਤ, ਆਪਣਾ ਵਿਰਸਾ ਹੈ। ਗੁਰਬਾਣੀ ਕਦੇ ਕਿਸੇ ਦਾ ਵਿਰਸਾ ਨਹੀਂ ਛਡਾਉਂਦੀ, ਗੁਰਬਾਣੀ ਨਿਰੰਕਾਰ ਨਾਲ ਜੋੜਦੀ ਹੈ। ਅਤੇ ਮਸਕੀਨ ਜੀ ਕਹਿੰਦੇ ਫਿਰ ਅਸੀਂ ਕਹਿਤਾ ਭਾਈ ਜਪ, ਉਹਦੀ ਨੂੰਹ ਨੇ ਉਵੇਂ ਭਾਈ ਚੇਤੇ ਕਰਕੇ ਜਪਣਾ ਸ਼ੁਰੂ ਕਰਤਾ। ਉਹ ਕਹਿੰਦੇ ਵੀ ਸਾਨੂੰ ਤਾਂ ਗੁਰੂ ਧਾਰਨਾ ਹੋ ਗਈ। ਹੁਣ ਬਾਬਾ ਡਰੇ ਵੀ ਮੈਨੂੰ ਪੰਜਾਬ 'ਚ ਗਏ ਨੂੰ ਕਿਤੇ ਆਈ ਨਾ ਕਹਿੰਦੇ ਤੂੰ ਗੁਰੂ ਬਣ ਗਿਆ। ਉਹ ਕਹਿੰਦਾ ਮੈਂ ਮਾਫ਼ੀ ਮੰਗੀ ਵੀ ਮਾਤਾ, ਇਹ ਬਸ ਤੁਸੀਂ ਜਪ ਲਿਆ ਕਰੋ, ਠੀਕ ਹੈ ਗੱਲ। ਕਿਉਂਕਿ ਇੰਨਾ ਵਿਰੋਧ 'ਚ ਪ੍ਰਚਾਰ ਕੀਤਾ ਵਾ ਗੁਰਬਾਣੀ ਦਾ, ਪ੍ਰਚਾਰ ਕਰਨ ਦੇ, ਗਾਹਾਂ ਜਾਪ ਦੇਣ ਅਤੇ ਪਾਠ ਦੇਣ 'ਤੇ, ਇੱਥੇ ਸਾਡੀਆਂ ਬ੍ਰੇਕਾਂ ਨੱਪ ਗਏ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵਾਲੇ। ਜਿੰਨਾ ਚਿਰ ਅਸੀਂ ਇਹ ਗੱਲ ਨੂੰ ਸਮਝਦੇ ਨਹੀਂ, ਬਾਣੀ ਨੂੰ ਬਾਣੀ ਦੇ ਰੂਪ 'ਚ ਪੜ੍ਹਦੇ ਸੁਣਦੇ ਨਹੀਂ, ਉਹਨਾਂ ਚਿਰ ਸਾਨੂੰ ਜਿਵੇਂ ਬਾਹਰ ਬੈਠਾ ਕੋਈ ਡਿਬੇਟ 'ਚ ਕਹਿ ਦਿੰਦਾ, ਸਾਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਹੀ ਲਿਖਿਆ। ਅਤੇ ਉਹਨਾਂ ਦੇ ਸਿਰਲੇਖ ਵੀ ਐਂ ਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਇਹਦੇ ਗੱਲ ਨਾਲ ਸੰਬੰਧ ਨਹੀਂ,
एक परसों तो उत्थे पाई बैठा कहिंदा जन्मा जन्मा ना गुरु ग्रंथ साहिब की बाणी नहीं मनदी ते बाणी लिखी जन्मा ते है जन्म जन्म किस मन को मल लागी काला होआ सिया किन्नियां उदाहरणां दे दईए हुण उहनां नूं दस्से कौण क्योंकि मीडिया हर एक दे कोले आ इस करके आपां कोशिश इह करनी है कि जिहड़ी पंक्ति पढ़ी आ उसे दे अर्थ तुहानूं भी भुलेखा ना पवे सानूं भी सुकून रहे कि असीं उह गल कहिण च कामयाब होए आ जो मां देसां ने साडी झोली पाई जो दसवें पातशाह माता देसां नूं धरोहर सौंप के गए असीं उह संगत दे सामने रखण च कामयाब होईए यही अरदास यही बेनती है। आओ प्यारे हो 6 मिनट उत्तों की लंघे आप समाप्ति करिए हर सज्जन गुर सेवता गुर करनी प्रधान नानक नाम न विसरै कर्म सच्चा निशान नानक नाम ना विसरै कर्म सच्चा निशान वाहिगुरु जी का खालसा वाहिगुरु जी की फतेह। ਧੰਨਵਾ ਦੇਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਭਾਉ ਤੇਹੇ ਫਲ ਪਾਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਓ ਵਾਹਿਗੁਰੂ ਦਾ ਧਿਆਨ।